ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਿਗੁਰ ਪ੍ਰਸਾਦ ਜੀਵਨ ਬਿਰਤਾਂਤ ਸ੍ਰੀ ਗੁਰੂ ਨਾਨਕ ਦੇਵ ਜੀ, ਲੇਖਕ ਪ੍ਰੋਫੈਸਰ ਸਾਹਿਬ ਸਿੰਘ ਜੀ, ਡੀ ਲਿਟ, ਪਹਿਲੀ ਵਾਰ ਛਪੀ 1969, 13ਵੀਂ ਵਾਰ ਜੁਲਾਈ 2015, ਪ੍ਰਕਾਸ਼ਕ ਸਿੰਘ ਬ੍ਰਦਰਜ਼, ਬਾਜ਼ਾਰ ਮਾਈ ਸੇਵਾ, ਅੰਮ੍ਰਿਤਸਰ। ਪੰਨਾ 7, ਜਾਣ ਪਛਾਣ। ਆਪਣੀਆਂ ਹੱਡ ਬੀਤੀਆਂ ਤੋਂ ਮੇਰਾ ਇਹੀ ਨਿਸ਼ਚਾ ਬਣ ਗਿਆ ਹੈ ਕਿ ਗੁਰੂ ਪਾਤਸ਼ਾਹ ਜੀ ਆਪ ਹੀ ਮੇਰੇ ਵਾਸਤੇ ਢੋ ਢਕਾਉਂਦਾ ਆ ਰਿਹਾ ਹੈ। ਨਹੀਂ ਤਾਂ ਇੱਕ ਅਤ ਗਰੀਬ ਅਨਪੜ੍ਹ ਪੇਂਡੂ ਹਿੰਦੂ ਘਰ ਵਿੱਚ ਜੰਮ ਪਲ ਕੇ ਮੈਂ ਇਤਨੇ ਯੋਗਾ ਕਿੱਥੇ ਹੋ ਸਕਣਾ ਸੀ। ਜਦੋਂ ਗੁਰਬਾਣੀ ਦੇ ਮੇਰੇ ਕੁਝ ਟੀਕੇ ਛਪ ਕੇ ਸਿੱਖ ਸੱਜਣਾਂ ਦੇ ਹੱਥਾਂ ਵਿੱਚ ਚੱਪੜੇ ਤਾਂ ਅੱਜ ਕੱਲ੍ਹ ਦੇ ਅੰਗਰੇਜ਼ੀ ਪੜ੍ਹੇ ਲਿਖੇ ਨੌਜਵਾਨਾਂ ਨੇ ਬਹੁਤ ਪਸੰਦ ਕੀਤੇ। ਖਾਲਸਾ ਕਾਲਜ ਅੰਮ੍ਰਿਤਸਰ ਦੇ ਕਈ ਪ੍ਰੋਫੈਸਰ ਸੱਜਣ ਮੈਨੂੰ ਕਦੇ ਕਦੇ ਇਹ ਪ੍ਰੇਰਨਾ ਦੇਣ ਲੱਗ ਪਏ ਕਿ ਮੈਂ ਸਾਰੇ ਗੁਰ ਵਿਅਕਤੀਆਂ ਦਾ ਜੀਵਨ ਬਿਰਤਾਂਤ ਵੀ ਲਿਖਾਂ। ਸੰਨ 1951 ਵਿੱਚ ਮੈਂ ਇਹ ਕੰਮ ਸ਼ੁਰੂ ਕਰ ਹੀ ਦਿੱਤਾ। ਕਦੇ ਕਦੇ ਜਦੋਂ ਇਸ ਕੰਮ ਲਈ ਅੰਦਰੋਂ ਪ੍ਰੇਰਨਾ ਉੱਠਦੀ ਸੀ, ਕੁਝ ਦਿਹਾੜੇ ਕਰਕੇ ਫਿਰ ਬੰਦ ਕਰ ਦਿੰਦਾ ਸਾਂ। ਗੁਰੂ ਨਾਨਕ ਦੇਵ ਜੀ ਦਾ ਜੀਵਨ ਬਿਰਤਾਂਤ ਮੈਂ 28 ਜੂਨ 1953 ਨੂੰ ਸ਼ੁਰੂ ਕੀਤਾ। 15 ਸਤੰਬਰ 1953 ਮੰਗਲਵਾਰ ਨੂੰ ਮੈਂ ਸਤਿਗੁਰ ਜੀ ਦੀ ਪਹਿਲੀ ਉਦਾਸੀ ਦੇ ਅਖੀਰ ਤੱਕ ਅਪੜਿਆ। ਅਗਾਂਹ ਚੱਲਣੋਂ ਮੇਰੀ ਕਲਮ ਰੁਕ ਗਈ। ਬਾਕੀ ਦੇ ਗੁਰ ਵਿਅਕਤੀਆਂ ਦਾ ਜੀਵਨ ਬਿਰਤਾਂਤ ਮੈਂ ਇਸ ਤੋਂ ਪਹਿਲਾਂ ਮੁਕਾ ਚੁੱਕਾ ਸਾਂ। ਉਨੀ ਦਿਨੀ ਮੇਰੀ ਰਿਹਾਇਸ਼ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੀ ਇਮਾਰਤ ਵਿੱਚ ਸੀ। ਖਾਲਸਾ ਕਾਲਜ ਵਿੱਚੋਂ ਮੈਂ 12 ਅਕਤੂਬਰ 1952 ਨੂੰ ਰਿਟਾਇਰ ਹੋ ਕੇ ਇੱਥੇ ਆ ਚੁੱਕਾ ਸਾਂ। 1 ਅਪ੍ਰੈਲ 1954 ਨੂੰ ਮਿਸ਼ਨਰੀ ਕਾਲਜ ਖੁੱਲ੍ਹ ਗਿਆ ਅਤੇ ਮੈਨੂੰ ਉੱਥੋਂ ਦੇ ਪ੍ਰਿੰਸੀਪਲ ਬਣਨ ਦੀ ਸੇਵਾ ਦਿੱਤੀ ਗਈ। ਜਨਵਰੀ 1957 ਤੋਂ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕੇ ਵਿੱਚ ਰੁੱਝ ਗਿਆ। ਟੀਕੇ ਦੀ ਛਪਾਈ ਹੋ ਹੀ ਰਹੀ ਸੀ ਕਿ ਮੇਰੇ ਲੜਕੇ ਡਾਕਟਰ ਦਲਜੀਤ ਸਿੰਘ ਦੀ ਤਬਦੀਲੀ ਪਿੰਡ ਸਿੱਧਵਾਂ ਬੇਟ ਹੋ ਗਈ। ਮੈਂ ਵੀ 16 ਮਈ 1962 ਨੂੰ ਮਿਸ਼ਨਰੀ ਕਾਲਜ ਦੀ ਸੇਵਾ ਛੱਡ ਕੇ ਉਸ ਦੇ ਨਾਲ ਚਲਾ ਗਿਆ। 16 ਮਈ 1964 ਨੂੰ ਉਹ ਫਿਰ ਤਬਦੀਲ ਹੋ ਕੇ ਅੰਮ੍ਰਿਤਸਰ ਆ ਗਿਆ। ਇਸ ਦੇ ਰਤਾ ਪਹਿਲਾਂ 5 ਫਰਵਰੀ 1964 ਨੂੰ ਪਟਿਆਲੇ ਮੇਰਾ ਲਾਰਜ ਪ੍ਰੋਟੈਸਟ ਦਾ ਓਪਰੇਸ਼ਨ ਹੋਇਆ। ਉੱਥੋਂ 27 ਫਰਵਰੀ ਨੂੰ ਡਿਸਚਾਰਜ ਹੋ ਕੇ ਮੈਂ ਆਪਣੇ ਵੱਡੇ ਲੜਕੇ ਪ੍ਰੋਫੈਸਰ ਕੁਲਵੰਤ ਸਿੰਘ ਪਾਸ ਚੰਡੀਗੜ੍ਹ ਅੱਪੜ ਗਿਆ ਸਾਂ। ਜਦੋਂ ਅੰਮ੍ਰਿਤਸਰ ਦਲਜੀਤ ਸਿੰਘ ਦੀ ਰਿਹਾਇਸ਼ ਦਾ ਪ੍ਰਬੰਧ ਹੋ ਗਿਆ ਤਾਂ 29 ਜੂਨ ਨੂੰ ਮੈਨੂੰ ਵੀ ਉਹ ਅੰਮ੍ਰਿਤਸਰ ਲੈ ਆਇਆ। ਇੱਥੇ 3 ਸਤੰਬਰ ਤੋਂ ਮਿਸ਼ਨਰੀ ਕਾਲਜ ਵਿੱਚ ਫਿਰ 1 ਘੰਟਾ ਰੋਜ਼ ਪੜ੍ਹਾਉਣ ਦਾ ਅਵਸਰ ਮਿਲ ਗਿਆ। ਦਰਪਣ ਦੀ ਨਾਮੀ ਪੋਥੀ ਚੰਡੀਗੜ੍ਹ ਅਤੇ 10ਵੀਂ ਪੋਥੀ ਅੰਮ੍ਰਿਤਸਰ ਪੁੱਜਣ 'ਤੇ ਛਪ ਕੇ ਤਿਆਰ ਹੋਈ ਸੀ। ਪ੍ਰੋਫੈਸਰ ਪ੍ਰੀਤਮ ਸਿੰਘ ਜੀ ਆਲੋਚਨਾ ਦੇ ਆਨਰੇਰੀ ਆਡੀਟਰ ਬਣੇ। ਉਹਨਾਂ ਦੇ ਉੱਦਮ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਬਿਰਤਾਂਤ ਆਲੋਚਨਾ ਪੇਪਰ ਵਿੱਚ ਛਪਣਾ ਸ਼ੁਰੂ ਹੋ ਗਿਆ ਅਤੇ ਇਸ ਤਰ੍ਹਾਂ ਇਸ ਗੱਲ ਦੀ ਲੋੜ ਪਈ ਕਿ ਮੈਂ ਇਸ ਅਧੂਰੇ ਕੰਮ ਨੂੰ ਸਿਰੇ ਚਾੜਾਂ। 29 ਜਨਵਰੀ 1965 ਤੋਂ ਮੈਂ ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਲਿਖਣੀ ਸ਼ੁਰੂ ਕੀਤੀ। 20 ਮਾਰਚ 1965 ਨੂੰ ਇਹ ਜੀਵਨ ਬਿਰਤਾਂਤ ਅਖੀਰ ਤੱਕ ਪਹੁੰਚ ਗਿਆ। ਬਾਕੀ ਰਹਿ ਗਈ ਦੂਜੀ ਉਦਾਸੀ, ਇਹ ਵੀ ਮਾਰਚ ਦੇ ਅਖੀਰ ਤੱਕ ਲਿਖ ਕੇ ਮੁਕਾ ਲਈ। ਜਨਵਰੀ 1967 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 300 ਸਾਲਾ ਜਨਮ ਪੁਰਬ ਮਨਾਇਆ ਗਿਆ। ਉਸ ਸਮੇਂ ਡਾਕਟਰ ਰਣਜੀਤ ਸਿੰਘ ਸਕੱਤਰ ਸਿੰਘ ਸਭਾ ਬੈਂਕੋਕ
ਸਿੱਖ ਸੰਗਤਾਂ ਅਤੇ ਸਭਾ ਸੁਸਾਇਟੀਆਂ ਦੀ ਭਾਰੀ ਮਿਲਵਰਤਨ ਨਾਲ ਜੀਵਨ ਬਰਤਾਂਤ ਸ੍ਰੀ ਗੁਰੂ ਗੋਬਿੰਦ ਸਿੰਘ ਹਜ਼ਾਰਾਂ ਦੀ ਗਿਣਤੀ ਵਿੱਚ ਛਪ ਕੇ ਪਾਠਕਾਂ ਦੇ ਹੱਥਾਂ ਤੱਕ ਅਪੜਿਆ। ਇਸ ਤੋਂ ਬਾਅਦ 67-68 ਦੇ ਸਾਲਾਂ ਵਿੱਚ ਹੀ ਸ੍ਰੀ ਗੁਰੂ ਅੰਗਦ ਸਾਹਿਬ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ 8 ਗੁਰ ਵਿਅਕਤੀਆਂ ਦੇ ਜੀਵਨ ਬਿਰਤਾਂਤ ਵੱਖ ਵੱਖ ਪੁਸਤਕਾਂ ਵਿੱਚ ਮੁਕੰਮਲ ਹੋ ਕੇ ਸੰਗਤਾਂ ਪਾਸ ਪੁੱਜ ਗਏ। ਹੁਣ ਆ ਰਿਹਾ ਹੈ ਗੁਰੂ ਨਾਨਕ ਸਾਹਿਬ ਜੀ ਦਾ 500 ਸਾਲਾ ਜੀਵਨ ਪੁਰਬ। ਸਿੰਘ ਬ੍ਰਦਰਜ਼ ਹੀ ਮੇਰਾ ਲਿਖਿਆ ਜੀਵਨ ਬਿਰਤਾਂਤ ਸ੍ਰੀ ਗੁਰੂ ਨਾਨਕ ਦੇਵ ਜੀ ਛਾਪ ਰਹੇ ਹਨ। ਇਸ ਤਰ੍ਹਾਂ ਸੰਨ 1951 ਤੋਂ 1953 ਤੱਕ ਅਤੇ ਫਿਰ 1965 ਵਿੱਚ ਜਿਹੜੀ ਮਿਹਨਤ ਮੇਰੇ ਪਾਤਸ਼ਾਹ ਨੇ ਮੈਥੋਂ ਕਰਾਈ ਸੀ ਉਹ ਮੁਕੰਮਲ ਰੂਪ ਵਿੱਚ ਪਾਠਕਾਂ ਦੇ ਹੱਥਾਂ ਤੱਕ ਅਪੜਾਉਣ ਦਾ ਢੋ ਢੁਕਾ ਦਿੱਤਾ। ਨਹੀਂ ਤਾਂ ਮੈਂ ਗਰੀਬ ਵਿਚਾਰਾ ਕੌਣ ਸਾਂ, ਮੇਰਾ ਗੁਰੂ ਜਾਣਦਾ ਹੈ। ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾ ਬਿਧ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਾਮ ਥਾਪੇ। ਪਾਠਕ ਸੱਜਣਾ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹ ਹੁਣ ਤੱਕ ਮੇਰੀ ਸਰਪ੍ਰਸਤੀ ਕਰਦੇ ਆ ਰਹੇ ਹਨ। ਕਈ ਭੁੱਲਾਂ ਮੈਥੋਂ ਹੋ ਗਈਆਂ ਹੋਣਗੀਆਂ, ਪੰਥ ਬਖਸ਼ਣਹਾਰ ਹੈ। ਕੇਅਰ ਆਫ ਡਾਕਟਰ ਦਲਜੀਤ ਸਿੰਘ, E13 ਮੈਡੀਕਲ ਕਾਲਜ ਪਟਿਆਲਾ, ਦਾਸ ਸਾਹਿਬ ਸਿੰਘ, 10-8-1968, ਪੰਨਾ 10, 2 ਸ਼ਬਦ। ਇਹ ਪੁਸਤਕ ਜੀਵਨ ਬਿਰਤਾਂਤ ਸ੍ਰੀ ਗੁਰੂ ਨਾਨਕ ਦੇਵ ਜੀ ਅੱਜ ਆਪਦੇ ਕਰ ਕਮਲਾਂ ਵਿੱਚ ਸੁਸ਼ੋਭਿਤ ਹੋ ਰਹੀ ਹੈ। ਕੁਝ ਚਿਰ ਹੋਇਆ ਅਸਾਂ ਇਸ ਦੇ ਪਹਿਲੇ ਕੁਝ ਪੰਨੇ 2 ਸੈਂਚੀਆਂ ਦੇ ਰੂਪ ਵਿੱਚ ਛਪਵਾ ਕੇ ਪ੍ਰਚਾਰ ਹਿੱਤ ਵੰਡੇ ਸਨ। ਹੁਣ ਇਹ ਸਾਰੀ ਮੁਕੰਮਲ ਇਤਿਹਾਸਕ ਪੁਸਤਕ ਛਪ ਕੇ ਆਪ ਜੀ ਦੇ ਪੇਸ਼ ਹੈ। ਇਸ ਵਡਮੁੱਲੀ ਸੌਗਾਤ ਵਿੱਚ ਆਪ ਜੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਿਰਤਾਂਤ, ਉਹਨਾਂ ਦੇ ਲੋਕ ਭਲਾਈ ਲਈ ਕੀਤੇ ਉਪਕਾਰ, ਉਹਨਾਂ ਦੇ ਉੱਚ ਕਾਰਨਾਮੇ ਪੜ੍ਹ ਕੇ ਉਤਸ਼ਾਹਿਤ ਹੋਵੋਗੇ, ਉੱਥੇ ਨਾਲ ਹੀ ਲੇਖਕ ਦੀ ਕਮਾਲ ਬਿਆਨੀ ਸਿੱਖ ਇਤਿਹਾਸ ਦੇ ਨਾਲ ਦੂਜੇ ਮਤਾਂ ਦੇ ਇਤਿਹਾਸਾਂ ਬਾਰੇ ਵੀ ਪੜ੍ਹ ਕੇ ਚਾਕ੍ਰਿਤ ਹੋ ਜਾਓਗੇ। ਹੋਰ ਤੱਕੋ ਕਿਵੇਂ ਇਤਿਹਾਸਕ ਘਟਨਾਵਾਂ ਦੀ ਇੱਕ ਇੱਕ ਥਾਂ, ਇੱਕ ਇੱਕ ਗਰਾਂ, ਇੱਕ ਇੱਕ ਤਰੀਕ, ਦਿਨ ਵਾਰ ਸਮੇਤ ਇੱਕ ਇੱਕ ਖਾਨਦਾਨ ਆਦਿ ਦਾ ਸਿਲਸਿਲੇਵਾਰ ਢੁਕਵਾਂ ਜ਼ਿਕਰ ਥਾਂ ਪਰ ਥਾਂ ਕਰ ਦਿੱਤਾ ਹੈ। ਲੇਖਕ ਨੇ ਕਿਧਰੇ ਵੀ ਮਨ ਘੜਤ ਕਹਾਣੀਆਂ ਦਾ ਆਸਰਾ ਨਹੀਂ ਲਿਆ ਅਤੇ ਨਾ ਹੀ ਵਾਧੂ ਕਰਾਮਾਤਾਂ ਜੋੜ ਕੇ ਇਤਿਹਾਸ ਦੀ ਰੌਣ ਨੂੰ ਬਦਲਿਆ ਹੈ, ਸਗੋਂ ਕਮਾਲ ਦੀ ਖੂਬੀ ਨਾਲ ਗੁਰਬਾਣੀ ਦੇ ਆਧਾਰ 'ਤੇ ਇਤਿਹਾਸ ਦੀ ਸੁਧਾਈ ਅਤੇ ਨਵੀਂ ਧੁਲਾਈ ਕਰਕੇ, ਚਮਕਾ ਕੇ, ਸਾਫ਼ ਸੁਥਰੇ ਕਰਕੇ ਸੰਗਤਾਂ ਦੇ ਸਾਹਮਣੇ ਰੱਖਿਆ ਹੈ ਅਤੇ ਸਤਿਗੁਰਾਂ ਦੇ ਆਸ਼ੇ ਨੂੰ ਗੁਰਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ ਹੀ ਮੁੱਖ ਵਿਸ਼ਾ ਰੱਖਿਆ ਹੈ। ਇਸ ਕਸਵੱਟੀ 'ਤੇ ਕਈ ਇਤਿਹਾਸਕਾਰ ਖੁੰਝ ਵੀ ਜਾਂਦੇ ਹਨ। ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਸਾਰੀ ਆਯੂ ਦੇ ਤਜਰਬਿਆਂ ਦਾ ਨਿਚੋੜ ਹੈ ਆਪ ਜੀ ਦੀ ਲੇਖਣੀ, ਜੋ ਅੱਤ ਦਰਜੇ ਦੀ ਸੁਖੈਨ ਮਨੁੱਖ ਮਾਤਰ ਦੀ ਸਮਝ ਵਿੱਚ ਆ ਸਕਣ ਵਾਲੀ ਹੈ। ਆਪ ਨੇ ਗੁਰਬਾਣੀ ਦੇ ਅਰਥ ਕਈ ਪੁਸਤਕਾਂ ਵਿੱਚ, ਫਿਰ 10 ਜਿਲਦਾਂ ਵਿੱਚ ਸਾਰੀ ਹੀ ਬਾਣੀ ਦੇ ਅਰਥ ਦਰਪਣ ਪੋਥੀਆਂ ਰਾਹੀਂ ਅਤੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੀਆਂ ਪਾਤਸ਼ਾਹੀਆਂ ਦੇ ਜੀਵਨ ਬਿਰਤਾਂਤ ਲਿਖੇ ਹਨ। ਹੋਰ ਕਈ ਖੋਜ ਭਰੇ ਧਾਰਮਿਕ ਲੇਖਾਂ ਦੀਆਂ ਪੁਸਤਕਾਂ ਵੀ ਰਚੀਆਂ ਹਨ। ਇੰਨੀ ਮਹਾਨ ਦੇਣ ਹੈ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ। ਅਸੀਂ ਕੀ ਆਉਣ ਵਾਲੀਆਂ ਨਸਲਾਂ ਵੀ ਆਪ ਦਾ ਅਹਿਸਾਨ ਨਹੀਂ ਚੁਕਾ ਸਕਣਗੀਆਂ ਅਤੇ ਆਪ ਜੀ ਨੂੰ ਪੜ੍ਹ ਪੜ੍ਹ ਕੇ ਖੁਸ਼ੀ ਵਿੱਚ ਨੱਚ ਉੱਠਿਆ ਕਰਨਗੀਆਂ? ਸਾਡੇ ਹਿਰਦੇ ਦੀ ਅਰਦਾਸ ਹੈ, ਸਾਹਿਬ ਸਿੰਘ ਤੂੰ ਸਦਾ ਜਿਉਂਦਾ ਰਹੋ,
ਸਦਾ ਸਾਡੇ ਦਿਲਾਂ ਵਿੱਚ ਜਾਗਦਾ ਰਹੋ। ਸਾਨੂੰ ਸਦਾ ਗੁਰਬਾਣੀ, ਗੁਰ ਇਤਿਹਾਸ ਅਤੇ ਗੁਰਸਿੱਖੀ ਸਿਧਾਂਤਾਂ ਦੀ ਰੋਸ਼ਨੀ ਦਿੰਦਾ ਰਹੋ। ਗੁਰੂ ਪੰਥ ਦਾ ਦਾਸਰਾ ਰਣਜੀਤ ਸਿੰਘ, ਸਕੱਤਰ, ਸ੍ਰੀ ਗੁਰੂ ਸਿੰਘ ਸਭਾ, ਫਾਹੂਰਟ ਰੋਡ, ਬੈਂਕੋਕ, ਥਾਈਲੈਂਡ। ਪੰਨਾ 13, ਜੀਵਨ ਬਿਰਤਾਂਤ ਸ੍ਰੀ ਗੁਰੂ ਨਾਨਕ ਦੇਵ ਜੀ। ਜਨਮ ਅਤੇ ਬਾਲ ਉਮਰ। ਜਨਮ ਅਸਥਾਨ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਿੰਡ ਤਲਵੰਡੀ ਵਿੱਚ ਵੈਸਾਖ ਸੁਦੀ 3 ਸੰਮਤ 1526 ਨੂੰ ਹੋਇਆ। ਪ੍ਰਵਿਸ਼ਟਾ ਮਹੀਨਾ ਵੈਸਾਖ ਦੀ 20 ਤਰੀਕ ਸੀ। ਈਸਵੀ 1469 ਮਹੀਨਾ ਅਪ੍ਰੈਲ ਦੀ 15 ਤਰੀਕ ਅਤੇ ਦਿਨ ਸ਼ਨਿਚਰਵਾਰ ਸੀ। ਤਲਵੰਡੀ ਦਾ ਪਹਿਲਾ ਨਾਮ ਰਾਏਪੁਰ ਸੀ, ਫਿਰ ਰਾਏਭੋਏ ਦੀ ਤਲਵੰਡੀ ਨਾਮ ਪ੍ਰਸਿੱਧ ਹੋਇਆ। ਸਤਿਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੋਣ ਕਰਕੇ ਹੁਣ ਇਸ ਦਾ ਨਾਮ ਨਨਕਾਣਾ ਸਾਹਿਬ ਹੈ। ਨਨਕਾਣਾ ਸਾਹਿਬ ਲਾਹੌਰ ਤੋਂ 48 ਮੀਲ ਪੱਛਮ ਵੱਲ ਹੈ। ਲਾਹੌਰ ਤੋਂ ਜੜ੍ਹਾਂ ਵਾਲੇ ਨੂੰ ਜਾਣ ਵਾਲੀ ਰੇਲਵੇ ਲਾਈਨ ਉੱਤੇ ਨਨਕਾਣਾ ਸਾਹਿਬ ਰੇਲ ਦਾ ਸਟੇਸ਼ਨ ਹੈ। ਜ਼ਿਲ੍ਹਾ ਸ਼ੇਖੂਪੁਰਾ। ਜ਼ਿਲ੍ਹਾ ਸ਼ੇਖੂਪੁਰਾ ਜੰਕਸ਼ਨ ਤੋਂ ਇੱਕ ਲਾਈਨ ਸਾਂਗਲੇ ਦੇ ਰਸਤੇ ਲਾਇਲਪੁਰ ਨੂੰ ਜਾਂਦੀ ਹੈ, ਦੂਜੀ ਲਾਈਨ ਨਨਕਾਣਾ ਸਾਹਿਬ ਜੜ੍ਹਾਂ ਵਾਲੇ ਦੇ ਰਸਤੇ ਲਾਇਲਪੁਰ ਨੂੰ ਜਾਂਦੀ ਹੈ। ਰਾਏਭੋਏ ਪੱਟੀ ਮੁਸਲਮਾਨ ਸਰਦਾਰ ਤਲਵੰਡੀ ਦੇ ਆਸ ਪਾਸ ਦੇ ਇਲਾਕੇ ਦਾ ਮਾਲਕ ਸੀ। ਮੁਸਲਮਾਨਾਂ ਦੇ ਰਾਜ ਸਮੇਂ ਬਹੁਤ ਸਾਰੇ ਪੱਟੀ ਰਾਜਪੂਤ ਮੁਸਲਮਾਨ ਹੋ ਗਏ ਸਨ, ਜਿਨ੍ਹਾਂ ਵਿੱਚੋਂ ਪਿੰਡੀ ਪੱਟੀਆਂ, ਜ਼ਿਲ੍ਹਾ ਗੁਜਰਾਤ ਦਾ ਦੁੱਲਾ ਪੱਟੀ ਅਤੇ ਉਸਦਾ ਪੁੱਤਰ ਕਮਾਲ ਖਾਨ ਇਤਿਹਾਸ ਵਿੱਚ ਪ੍ਰਸਿੱਧ ਹਨ। ਪਹਿਲਾ ਪਿੰਡ। ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਦਾ ਨਾਮ ਬਾਬਾ ਕਾਲੂ ਜੀ ਸੀ। ਇਤਿਹਾਸ ਵਿੱਚ ਉਹਨਾਂ ਨੂੰ ਕਲਿਆਣ ਰਾਏ ਅਤੇ ਕਾਲੂ ਰਾਏ ਕਰਕੇ ਲਿਖਿਆ ਹੈ। ਰਾਏਭੋਏ ਦੇ ਪੁੱਤਰ ਰਾਏ ਬੁਲਾਰ ਪਾਸ ਪਟਵਾਰੀ ਦੇ ਅਹੁਦੇ ਉੱਤੇ ਮੁਲਾਜ਼ਮਤ ਦੇ ਕਾਰਨ ਇਹ ਤਲਵੰਡੀ ਰਹਿੰਦੇ ਸਨ। ਇਹਨਾਂ ਦਾ ਅਸਲੀ ਪਿੰਡ ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਤਰਨ ਤਾਰਨ ਵਿੱਚ ਸੀ। ਉਸ ਪਿੰਡ ਦਾ ਨਾਮ ਪੱਠੇ ਪਿੰਡ ਸੀ। ਤਰਨ ਤਾਰਨ ਤੋਂ 10 ਮੀਲ ਪੂਰਬ ਦੱਖਣ ਦੀ ਗੁੱਠ ਵਿੱਚ ਪੱਠੇ ਪਿੰਡ, ਪਿੰਡ ਲੋਹਾਰ ਦੇ ਉੱਤਰ ਪਾਸੇ ਅਤੇ ਜਾਮਾ ਰਾਏ ਤੋਂ 1.5 ਮੀਲ ਲਹਿੰਦੇ ਪਾਸੇ ਸੀ। ਹੁਣ ਉੱਥੇ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ, ਨਾਮ ਡੇਰਾ ਸਾਹਿਬ ਹੈ। ਸਥਾਨਕ ਸੰਗਤ ਦੇ ਉੱਦਮ ਨਾਲ ਇੱਕ ਖਾਲਸਾ ਹਾਈ ਸਕੂਲ ਵੀ ਬਣ ਗਿਆ ਹੈ। ਨਾਨਕਾ ਪਿੰਡ। ਸਤਿਗੁਰੂ ਨਾਨਕ ਸਾਹਿਬ ਜੀ ਦੀ ਮਾਤਾ ਦਾ ਨਾਮ ਤ੍ਰਿਪਤਾ ਸੀ। ਮਾਤਾ ਤ੍ਰਿਪਤਾ ਜੀ ਦਾ ਪੇਕਾ ਪਿੰਡ ਚਾਹਲ, ਜ਼ਿਲ੍ਹਾ ਅਤੇ ਤਹਿਸੀਲ ਲਾਹੌਰ ਵਿੱਚ ਹੈ। ਲਾਹੌਰ ਛਾਉਣੀ ਤੋਂ 8 ਮੀਲ ਦੀ ਵਿੱਥ ਉੱਤੇ ਪੂਰਬ ਦੱਖਣ ਵਾਲੇ ਪਾਸੇ। ਸਤਿਗੁਰੂ ਜੀ ਦੀ ਵੱਡੀ ਭੈਣ ਬੀਬੀ ਨਾਨਕੀ ਜੀ ਦਾ ਜਨਮ ਇਸੇ ਪਿੰਡ ਵਿੱਚ ਸੰਨ 1464 ਵਿੱਚ ਹੋਇਆ ਸੀ। ਬੀਬੀ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਨਾਲੋਂ 5 ਸਾਲ ਵੱਡੇ ਸਨ। ਨਾਨਕਾ ਪਿੰਡ ਹੋਣ ਕਰਕੇ ਸਤਿਗੁਰੂ ਜੀ ਕਈ ਵਾਰ ਚਾਲ ਆਉਂਦੇ ਜਾਂਦੇ ਰਹੇ। ਉਹਨਾਂ ਦੀ ਯਾਦ ਵਿੱਚ ਉੱਥੇ ਇੱਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਵਿਦਿਆ। 7 ਸਾਲਾਂ ਦੀ ਉਮਰੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਪਹਿਲਾਂ ਇਹਨਾਂ ਨੂੰ ਗੋਪਾਲ ਪੰਡਿਤ ਪਾਸ ਹਿੰਦੀ ਪੜ੍ਹਨ ਬਿਠਾਇਆ, ਫਿਰ ਬ੍ਰਿਜ ਲਾਲ ਪੰਡਿਤ ਪਾਸ ਸੰਸਕ੍ਰਿਤ ਪੜ੍ਹਨ। ਜਦੋਂ ਸਤਿਗੁਰੂ ਜੀ ਦੀ ਉਮਰ 13 ਸਾਲਾਂ ਦੀ ਹੋਈ ਤਾਂ ਸੰਮਤ 1539 ਵਿੱਚ ਉਹਨਾਂ ਨੂੰ ਤਲਵੰਡੀ ਦੇ ਮੌਲਵੀ ਕੁਤਬਦੀਨ ਪਾਸ ਫਾਰਸੀ ਪੜ੍ਹਨ ਲਈ ਬਿਠਾਇਆ ਗਿਆ। ਗੁਰੂ ਨਾਨਕ ਦੇਵ ਜੀ ਦੀ ਅਤ ਉੱਚੇ ਦਰਜੇ ਦੀ ਤੀਖਣ ਬੁੱਧੀ ਨੂੰ ਵੇਖ ਕੇ ਇਹ 3 ਬਾਦ ਆਪੋ ਆਪਣੀ ਵਾਰੀ ਬੜੇ ਹੈਰਾਨ ਹੋਏ। ਨਿਰਾ ਦਿਮਾਗ ਹੀ ਰੋਸ਼ਨ ਨਹੀਂ ਸੀ, ਸਤਿਗੁਰੂ ਜੀ ਨੂੰ ਆਤਮਕ ਜੀਵਨ ਦੀ ਵੀ ਬੜੀ ਸੂਝ ਸੀ। ਗੁਰੂ ਨਾਨਕ ਦੇਵ ਜੀ ਦਾ ਬਾਲ ਉਮਰ ਦਾ ਗੰਭੀਰ ਜੀਵਨ ਤੱਕ ਕੇ ਨਗਰ ਦੇ ਸਾਰੇ ਹਿੰਦੂ ਮੁਸਲਮਾਨ ਸਿਰ ਨਵਾਉਣ ਲੱਗ ਪਏ। ਰਾਏ ਬੁਲਾਰ ਵੀ ਆਖਣ ਲੱਗ ਪਿਆ ਕਿ ਇਸ ਬਾਲਕ ਉੱਤੇ ਖੁਦਾ ਦੀ ਖਾਸ ਰਹਿਮਤ ਹੈ।
ਜਨੇਊ। ਤਕਰੀਬਨ ਹਰੇਕ ਧਰਮ ਅਨੁਸਾਰ ਮਨੁੱਖ ਦੇ ਦੋ ਜਨਮ ਮਿੱਥੇ ਗਏ ਹਨ। ਇੱਕ ਸਰੀਰਕ ਜਨਮ ਜੋ ਹਰੇਕ ਜੀਵ ਨੂੰ ਆਪਣੀ ਮਾਂ ਤੋਂ ਮਿਲਦਾ ਹੈ। ਦੂਜਾ ਆਤਮਕ ਜਨਮ ਜਿਸ ਦੀ ਪ੍ਰਾਪਤੀ ਵਾਸਤੇ ਖਾਸ ਉਮਰ ਉੱਤੇ ਪਹੁੰਚ ਕੇ ਧਾਰਮਿਕ ਮਰਿਆਦਾ ਕਰਨੀ ਪੈਂਦੀ ਹੈ। ਮਨੂ ਦੇ ਧਰਮ ਸ਼ਾਸਤਰ ਅਨੁਸਾਰ ਬ੍ਰਾਹਮਣ ਖੱਤਰੀ ਅਤੇ ਵੈਸ਼ ਵਾਸਤੇ ਆਤਮਕ ਜਨਮ ਦੀ ਪ੍ਰਾਪਤੀ ਦੀ ਖਾਤਰ ਜਨੇਊ ਪਹਿਰਨ ਦੀ ਮਰਿਆਦਾ ਹੈ। ਸ਼ੂਦਰ ਨੂੰ ਇਸ ਦਾ ਅਧਿਕਾਰ ਹੀ ਨਹੀਂ ਹੈ। ਮਨੂ ਦੇ ਮਤ ਅਨੁਸਾਰ ਬ੍ਰਾਹਮਣ ਦਾ ਜੇਊ ਕਪਾਹ ਦਾ, ਖੱਤਰੀ ਦਾ ਜਨੇਊ ਸਣ ਦਾ ਅਤੇ ਵੈਸ਼ ਦਾ ਜਨੇਊ ਮੇਢੇ ਦੀ ਉੱਨ ਦਾ ਹੋਣਾ ਚਾਹੀਦਾ ਹੈ। ਸੂਤਰ ਨੂੰ ਵੱਟ ਕੇ ਤੇਰਾ ਕਰਕੇ ਉਸ ਦੀ ਡੋਰ ਵੱਟਣੀ ਹੁੰਦੀ ਹੈ। ਇਹਨਾਂ ਤੇਰੀਆਂ ਤਿੰਨ ਡੋਰਾਂ ਦਾ ਇੱਕ ਅਗਰ ਹੁੰਦਾ ਹੈ। ਦੋ ਅਗਰਾਂ ਦਾ ਇੱਕ ਜਨੇਊ ਬਣਦਾ ਹੈ। ਜਨੇਊ ਖੱਬੇ ਮੋਢੇ ਤੋਂ ਪਹਿਨ ਕੇ ਸੱਜੀ ਵੱਖੀ ਵੱਲ ਲਟਕਾਇਆ ਜਾਂਦਾ ਹੈ, ਪਰ ਪਿੱਤਰੀ ਕਰਮ ਕਰਨ ਵੇਲੇ ਜਨੇਊ ਸੱਜੇ ਮੋਢੇ 'ਤੇ ਪਹਿਨੀਦਾ ਹੈ। ਮਰਿਆਦਾ ਅਨੁਸਾਰ ਬ੍ਰਾਹਮਣ ਦਾ ਜਨੇਊ ਸੰਸਕਾਰ ਗਰਭ ਤੋਂ ਲੈ ਕੇ 8ਵੇਂ ਸਾਲ ਵਿੱਚ ਹੋਣਾ ਚਾਹੀਦਾ ਹੈ, ਖੱਤਰੀ ਦਾ 11ਵੇਂ ਸਾਲ ਅਤੇ ਵੈਸ਼ ਦਾ 12ਵੇਂ ਸਾਲ ਵਿੱਚ। ਬ੍ਰਾਹਮਣ ਦਾ ਬਸੰਤ ਰੁੱਤੇ, ਖੱਤਰੀ ਦਾ ਗਰਮੀ ਰੁੱਤੇ ਅਤੇ ਵੈਸ਼ ਦਾ ਪਤਝੜ ਵਿੱਚ। ਸੰਸਕਾਰ ਆਦਿਕ ਕਰਮ ਕਰਾਉਣ ਲਈ ਹਰੇਕ ਹਿੰਦੂ ਘਰ ਦਾ ਇੱਕ ਪੁਰੋਹਿਤ ਹੁੰਦਾ ਹੈ, ਜੋ ਬ੍ਰਾਹਮਣ ਜਾਤੀ ਵਿੱਚੋਂ ਹੀ ਹੋ ਸਕਦਾ ਹੈ। ਬਾਬਾ ਕਾਲੂ ਜੀ ਦੇ ਘਰ ਦਾ ਪੁਰੋਹਿਤ ਪੰਡਿਤ ਹਰਦਿਆਲ ਸੀ, ਜੋ ਤਲਵੰਡੀ ਦਾ ਹੀ ਵਸਨੀਕ ਸੀ। ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਇਸੇ ਨੇ ਬਣਾਈ ਸੀ। ਜਨਮ ਪੱਤਰੀ ਉਹ ਕਾਗਜ਼ ਹੁੰਦਾ ਹੈ ਜਿਸ ਉੱਤੇ ਕਿਸੇ ਦੇ ਜਨਮ ਸਮੇਂ ਦੇ ਦਿਨ, ਥਿੱਤ, ਸਾਲ, ਯੋਗ ਕਰਨ, ਨਛੱਤਰ, ਰਾਸ ਅਤੇ ਗ੍ਰਹਿਆਂ ਦੀ ਚੰਗੀ ਮੰਦੀ ਦਸ਼ਾ ਦਾ ਨਿਰਣਾ ਲਿਖਿਆ ਹੁੰਦਾ ਹੈ। ਪੰਨਾ 16। ਜਦੋਂ ਗੁਰੂ ਨਾਨਕ ਦੇਵ ਜੀ ਦਸਾਂ ਦੇ ਹੋਏ ਤਾਂ ਮਰਿਆਦਾ ਅਨੁਸਾਰ ਉਹਨਾਂ ਨੂੰ ਜਨੇਊ ਪਾਉਣ ਲਈ ਪੰਡਿਤ ਹਰਦਿਆਲ ਨੂੰ ਸੱਦਿਆ ਗਿਆ। ਇਹ ਅਧਿਕਾਰ ਪੁਰੋਹਿਤ ਦਾ ਹੀ ਹੁੰਦਾ ਹੈ। ਘਰ ਵਿੱਚ ਪੁੱਤਰ ਦਾ ਜਨਮ ਧਰਮ ਸ਼ਾਸਤਰਾਂ ਅਨੁਸਾਰ ਇੱਕ ਬੜੀ ਵਡਭਾਗਤਾ ਹੈ। ਪੁੱਤਰ ਹੀ ਪਿੱਤਰਾਂ ਨੂੰ ਪੂਨਾਮ ਦੇ ਨਰਕ ਤੋਂ ਬਚਾਉਂਦਾ ਹੈ। ਪੁੱਤਰ ਹੀ ਪਿੱਤਰਾਂ ਨਿਮਿਤ ਜੱਗ, ਸ਼ਰਾਧ ਆਦਿਕ ਕਰਨ ਦਾ ਅਧਿਕਾਰੀ ਹੈ। ਇਹ ਅਧਿਕਾਰ ਧੀ ਨੂੰ ਨਹੀਂ ਹੈ। ਜਨੇਊ ਪਹਿਰਨ ਦਾ ਅਧਿਕਾਰ ਵੀ ਪੁੱਤਰ ਨੂੰ ਹੀ ਹੈ, ਧੀ ਨੂੰ ਨਹੀਂ। ਸੋ ਜਿਵੇਂ ਪੁੱਤਰ ਦਾ ਜਨਮ ਗ੍ਰਿਸਤੀ ਵਾਸਤੇ ਬੜੀ ਖੁਸ਼ੀ ਦਾ ਅਵਸਰ ਲਿਆਉਂਦਾ ਹੈ, ਤੇਵੇਂ ਹੀ ਜਨੇਊ ਪਹਿਰਨ ਦੀ ਰੀਤ ਵੀ ਬੜੇ ਚਾ ਮਲਾਰ ਵਾਲੀ ਹੁੰਦੀ ਹੈ। ਸਾਰੇ ਸਾਕ ਅੰਗ ਸੱਦੇ ਜਾਂਦੇ ਹਨ। ਵਿਆਹ ਸ਼ਾਦੀ ਵਾਂਗ ਹੀ ਖਾਣ ਪਕਾਉਣ ਦੇ ਬੜੇ ਉਚੇਚ ਕੀਤੇ ਜਾਂਦੇ ਹਨ। ਸਰਦੇ ਪੁੱਜਦੇ ਘਰਾਂ ਵਿੱਚ ਮਾਸ ਵੀ ਬਣਦਾ ਹੈ। ਬਾਬਾ ਕਾਲੂ ਜੀ ਨੇ ਵੀ ਸਾਰੇ ਸਾਕ ਅੰਗ ਸੱਦੇ। ਅਦੁੱਤੀ ਦ੍ਰਿੜਤਾ। ਤਲਵੰਡੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਰੋਸ਼ਨ ਦਿਮਾਗੀ ਦੀ ਚਰਚਾ ਤਾਂ ਪਹਿਲਾਂ ਹੀ ਸੀ, ਪਰ ਕਿਸੇ ਨੂੰ ਅਜੇ ਇਹ ਨਹੀਂ ਸੀ ਪਤਾ ਕਿ 10 ਸਾਲਾਂ ਦਾ ਬਾਲਕ ਹਿੰਦੂ ਸ਼ਾਸਤਰਾਂ ਦੇ ਸਦੀਆਂ ਦੇ ਬਣੇ ਭਰਮ ਭਾਅ ਦਾ ਟਾਕਰਾ ਕਰਨ ਨੂੰ ਤਿਆਰ ਹੋ ਪਵੇਗਾ। ਜਦੋਂ ਨਗਰ ਦਾ ਸ਼ਰੀਕਾ ਬਰਾਦਰੀ, ਨਗਰ ਦੇ ਪੈਂਚ ਅਤੇ ਸਾਰੇ ਸਾਕ ਅੰਗ ਜੁੜ ਬੈਠੇ ਤਾਂ ਪੁਰੋਹਿਤ ਹਰਦਿਆਲ ਨੇ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਹਿਰਾਉਣ ਲਈ ਸ਼ਾਸਤਰਾਂ ਦੀ ਰੋਹ ਰੀਤੀ ਆਰੰਭ ਕੀਤੀ। ਸਤਿਗੁਰੂ ਜੀ ਵੀ ਪੰਡਿਤ ਦੇ ਪਾਸ ਬੈਠੇ ਹੋਏ ਸਭ ਕੁਝ ਦੇਖਦੇ ਰਹੇ। ਜਦੋਂ ਗ੍ਰਹਿ ਪੂਜਾ, ਦੇਵ ਪੂਜਾ ਆਦਿਕ ਹੋ ਚੁੱਕੀਆਂ ਸਨ ਤਾਂ ਸਾਰੇ ਮੇਲ ਦੀਆਂ ਅੱਖਾਂ ਗੁਰੂ ਨਾਨਕ ਦੇਵ ਜੀ ਅਤੇ ਪੰਡਿਤ ਹਰਦਿਆਲ ਉੱਤੇ ਟੇਕ ਗਈਆਂ। ਜਨੇਊ ਪੈਂਦੇ ਸਾਰ ਸਭਨਾਂ ਨੇ ਬਾਬਾ ਕਾਲੂ ਅਤੇ ਮਾਤਾ ਤ੍ਰਿਪਤਾ ਜੀ ਨੂੰ ਵਧਾਈਆਂ ਦੇਣੀਆਂ ਸਨ। ਪੰਡਿਤ ਹਰਦਿਆਲ ਜਨੇਊ ਫੜ ਕੇ ਗੁਰੂ ਨਾਨਕ ਦੇਵ ਜੀ ਦੇ ਗਲ ਵਿੱਚ ਪਾਉਣ ਲੱਗਾ, ਪਰ ਭਰੀ ਸੱਥ ਵਿੱਚ
ਉਹਨਾਂ ਨੇ ਪੰਡਿਤ ਜੀ ਦਾ ਹੱਥ ਰੋਕ ਦਿੱਤਾ ਅਤੇ ਕਹਿਣ ਲੱਗੇ, ਪੰਡਿਤ ਜੀ, ਜਨੇਊ ਪਾਇਆ ਸਾਡੇ ਲੋਕਾਂ ਦਾ ਦੂਜਾ ਜਨਮ ਹੁੰਦਾ ਹੈ, ਜਿਸ ਨੂੰ ਤੁਸੀਂ ਆਤਮਕ ਜਨਮ ਆਖਦੇ ਹੋ, ਤਾਂ ਫਿਰ ਉਹ ਜਨੇਊ ਵੀ ਕਿਸੇ ਹੋਰ ਕਿਸਮ ਦਾ ਹੀ ਚਾਹੀਦਾ ਸੀ ਜੋ ਆਤਮਾ ਲਈ ਫੱਬਵਾਂ ਹੁੰਦਾ। ਜਿਹੜਾ ਜਨੇਊ ਤੁਸੀਂ ਮੈਨੂੰ ਦੇ ਰਹੇ ਹੋ, ਇਹ ਤਾਂ ਕਪਾਹ ਦੇ ਧਾਗੇ ਦਾ ਹੈ, ਇਹ ਮੈਲਾ ਵੀ ਹੋ ਜਾਏਗਾ, ਇਹ ਟੁੱਟ ਵੀ ਜਾਏਗਾ, ਇਸ ਨੂੰ ਵਟਾਉਣ ਦੀ ਲੋੜ ਵੀ ਪਏਗੀ। ਜਦੋਂ ਅੰਤ ਵੇਲੇ ਆਤਮਾ ਅਤੇ ਸਰੀਰ ਦਾ ਸਦੀਵੀ ਵਿਛੋੜਾ ਹੋਵੇਗਾ, ਇਹ ਜਨੇਊ ਸਰੀਰ ਦੇ ਨਾਲ ਹੀ ਚਿਖਾ ਵਿੱਚ ਸੜ ਜਾਏਗਾ, ਫਿਰ ਇਹ ਜਨੇਊ ਆਤਮਕ ਜਨਮ ਲਈ ਕਿਵੇਂ ਹੋਇਆ? ਗੱਲ ਬੜੀ ਸਾਦਾ ਸੀ, ਹਰੇਕ ਦੀ ਸਮਝ ਗੋਚਰੀ ਸੀ, ਪਰ ਅਜੇ ਤੱਕ ਬੜੇ ਬੜੇ ਸਿਆਣਿਆਂ ਨੂੰ ਵੀ ਕਦੇ ਔੜੀ ਨਹੀਂ ਸੀ। ਜੇ ਕਿਸੇ ਨੂੰ ਕਦੇ ਔੜੀ ਸੀ ਤਾਂ ਹਿੰਮਤ ਨਹੀਂ ਸੀ ਪਈ ਕਿ ਸ਼ਾਸਤਰਾਂ ਦਾ ਟਾਕਰਾ ਕਰਦਾ। 10 ਸਾਲਾਂ ਦੇ ਬਾਲਕ ਨੇ ਸ਼ਾਸਤਰਾਂ ਦੇ ਅਧਿਕਾਰ ਨੂੰ ਵੰਗਾਰਿਆ, ਸਾਰੇ ਲੋਕ ਹੈਰਾਨ ਰਹਿ ਗਏ। ਪੰਡਿਤ ਨੇ ਬੜੇ ਮਿੱਠੇ ਬੋਲਾਂ ਨਾਲ ਗੁਰੂ ਨਾਨਕ ਦੇਵ ਜੀ ਨੂੰ ਪ੍ਰੇਰਨ ਦੇ ਯਤਨ ਕੀਤੇ, ਸਹੇ ਦੀ ਨੀਂਹ ਉਸ ਨੂੰ ਪਹੇ ਦੀ ਪੈ ਗਈ ਸੀ। ਮਾਪਿਆਂ ਨੇ ਵੀ ਬੜੇ ਲਾੜ ਨਾਲ ਸਮਝਾਇਆ ਕਿ ਸ਼ਾਸਤਰਾਂ ਦੀ ਉਲੰਘਣਾ ਕਰਨਾ ਬੜਾ ਪਾਪ ਹੈ। ਪਿਆਰ ਵੀ ਕੀਤਾ ਗਿਆ, ਡਰਾਵੇ ਵੀ ਦਿੱਤੇ ਗਏ, ਪਰ ਗੁਰੂ ਨਾਨਕ ਦੇਵ ਜੀ ਆਪਣੇ ਇਰਾਦੇ ਉੱਤੇ ਦ੍ਰਿੜ ਰਹੇ। ਉਹਨਾਂ ਦਾ ਉੱਤਰ ਇਹ ਸੀ ਕਿ ਆਤਮਕ ਜਨਮ ਲਈ ਆਤਮਕ ਜਨੇਊ ਦੀ ਲੋੜ ਹੈ। ਜੇ ਪੰਡਿਤ ਜੀ ਦੇ ਪਾਸ ਉਹ ਜਨੇਊ ਮੌਜੂਦ ਹੈ ਤਾਂ ਬੇਸ਼ੱਕ ਦੇ ਦੇਣ, ਅਸੀਂ ਪਾ ਲੈਂਦੇ ਹਾਂ। ਕਰਮ ਕਾਂਡ ਦੇ ਸਦੀਆਂ ਦੇ ਬਣੇ ਹੋਏ ਪੱਕੇ ਭਰਮਗੜ ਉੱਤੇ 10 ਸਾਲਾਂ ਦੇ ਬਾਲਕ ਗੁਰੂ ਨਾਨਕ ਦੇਵ ਜੀ ਦੀ ਇਹ ਪਹਿਲੀ ਕਾਰੀ ਚੋਟ ਸੀ। ਜੀਵਨ ਸੰਗਰਾਮ ਵਿੱਚ ਇਹ ਪਹਿਲੀ ਜਿੱਤ ਸੀ ਜੋ ਬਾਲਕ ਗੁਰੂ ਨੇ ਆਪਣੀ ਦ੍ਰਿੜਤਾ ਦੇ ਬਲ ਨਾਲ ਹਾਸਲ ਕੀਤੀ। ਮਈਆਂ ਚਾਰਨੀਆਂ, ਰਾਏ ਬੁਲਾਰ 10 ਪਿੰਡਾਂ ਦਾ ਮਾਲਕ ਸੀ। ਉਸ ਦੇ ਪਿਓ ਰਾਏ ਭੋਏ ਨੂੰ ਮੁਸਲਮਾਨ ਹੋ ਜਾਣ ਉੱਤੇ ਹਕੂਮਤ ਵੱਲੋਂ ਇਹ ਜਾਗੀਰ ਮਿਲੀ ਸੀ। ਬਾਬਾ ਕਾਲੂ ਜੀ ਇਹਨਾਂ 10 ਪਿੰਡਾਂ ਦੇ ਪਟਵਾਰੀ ਸਨ। ਰਾਏ ਬੁਲਾਰ ਨੇ ਕੁਝ ਜ਼ਮੀਨ ਦੀ ਮਾਲਕੀ ਵੀ ਇਹਨਾਂ ਨੂੰ ਦੇ ਦਿੱਤੀ ਸੀ। ਵਾਹੀ ਦਾ ਕੰਮ ਬਾਬਾ ਜੀ ਮੁਜਾਰਿਆਂ ਪਾਸੋਂ ਕਰਾਉਂਦੇ ਸਨ, ਪਰ ਕਿਉਂਕਿ ਸਰਕਾਰੀ ਕੰਮ ਵਿੱਚ ਇਹਨਾਂ ਨੂੰ ਸਦਾ ਬਾਹਰ ਦੀਆਂ ਜ਼ਮੀਨਾਂ ਨਾਲ ਹੀ ਵਾਹ ਪੈਂਦਾ ਸੀ, ਸੋ ਆਪਣੀ ਜ਼ਮੀਨ ਦੀ ਨਿਗਰਾਨੀ ਵੀ ਆਪ ਹੀ ਕਰ ਲਿਆ ਕਰਦੇ ਸਨ। ਜ਼ਮੀਨ ਇਹਨਾਂ ਦੀ ਤਲਵੰਡੀ ਦੇ ਨੇੜੇ ਹੀ ਸੀ, ਜਿਸ ਕਰਕੇ ਗੁਰੂ ਨਾਨਕ ਦੇਵ ਜੀ ਵੀ ਛੋਟੀ ਉਮਰ ਤੋਂ ਹੀ ਆਪਣੇ ਖੇਤਾਂ ਵਿੱਚ ਫੇਰਾ ਤੋਰਾ ਰੱਖਣ ਲੱਗ ਪਏ ਸਨ। ਲੋਕ ਬਾਹਰ ਦੀਆਂ ਖੁੱਲ੍ਹੀਆਂ ਜ਼ਮੀਨਾਂ ਵਿੱਚ ਲਵੇਰਾ ਆਮ ਰੱਖਿਆ ਕਰਦੇ ਸਨ। ਸਾਰੀ ਦੀ ਸਾਰੀ ਜ਼ਮੀਨ ਨਾ ਕੋਈ ਵਾਹੁੰਦਾ ਸੀ, ਨਾ ਇਤਨੀ ਲੋੜ ਜਾਪਦੀ ਸੀ। ਮਾਲ ਡੰਗਰ ਦੇ ਚਾਰਨ ਵਾਸਤੇ ਖੁੱਲ੍ਹੇ ਖੇਤੇ ਹੁੰਦੇ ਸਨ। ਅਨਾਜ ਨਾਲੋਂ ਲੋਕ ਬੇਰ, ਪੀਲੂ ਆਦਿਕ ਵਧੀਕ ਵਰਤਦੇ ਸਨ। ਦੁੱਧ ਵੱਲੋਂ ਬੇਪਰਵਾਹੀ ਹੁੰਦੀ ਸੀ, ਪਰ ਜਿਤਨਾ ਕੁ ਫਸਲ ਲੋਕ ਬੀਜਦੇ ਸਨ ਉਹ ਉਹਨਾਂ ਲਈ ਬੜਾ ਬਹੁਮੁੱਲਾ ਹੁੰਦਾ ਸੀ। ਬਾਬਾ ਕਾਲੂ ਜੀ ਨੇ ਵੀ ਕਾਫੀ ਮਾਲ ਡੰਗਰ ਰੱਖਿਆ ਹੋਇਆ ਸੀ। ਕਾਮੇ ਨੌਕਰ ਪਸ਼ੂਆਂ ਨੂੰ ਛੇੜ ਕੇ ਜੂਹ ਵਿੱਚ ਲੈ ਜਾਇਆ ਕਰਦੇ ਸਨ। ਪਿੰਡ ਦੇ ਹੋਰ ਬਾਲਕਾਂ ਵਾਂਗ ਗੁਰੂ ਨਾਨਕ ਦੇਵ ਜੀ ਵੀ ਕਈ ਵਾਰ ਪੜ੍ਹਨੋਂ ਛੁੱਟੀ ਹੋਣ ਉੱਤੇ ਕਾਮਿਆਂ ਦੇ ਨਾਲ ਮਾਲ ਦੇ ਪਿੱਛੇ ਚਲੇ ਜਾਂਦੇ ਸਨ। ਛੋਟੀ ਉਮਰ ਤੋਂ ਹੀ ਇਹਨਾਂ ਦੀ ਸੁਰਤ ਦਾ ਰੁੱਖ ਕਰਤਾਰ ਦੀ ਯਾਦ ਵੱਲ ਸੀ, ਪਰ ਬਾਰ ਦੇ ਵਣ, ਕਰੀਰ, ਜੰਡ ਆਦਿਕ ਇਹਨਾਂ ਨੂੰ ਸਿਰਜਣਹਾਰ ਵੱਲ ਹੋਰ ਧੂਹ ਪਾਉਣ ਲੱਗ ਪਏ। ਰਾਏ ਬੁਲਾਰ ਪਿੰਡਾਂ ਦਾ ਮਾਲਕ ਸੀ। ਉਸ ਦੇ ਘਰ ਅੰਨ ਧੰਨ ਦੀ ਬੇਪਰਵਾਹੀ ਸੀ। ਬਾਬਾ ਕਾਲੂ ਜੀ ਪਟਵਾਰੀ ਵੀ ਸਨ ਅਤੇ ਕੁਝ ਜ਼ਮੀਨ ਵੀ ਮਾਲਕੀ ਵਾਲੇ ਸਨ। ਇਹਨਾਂ ਦੇ ਘਰ ਵਿੱਚ ਵੀ ਕੋਈ ਥੋੜ੍ਹ ਨਹੀਂ ਸੀ, ਪਰ ਨਗਰ ਦੇ ਸਾਰੇ ਹੀ ਲੋਕ ਤਾਂ ਸੌਖੇ ਨਹੀਂ ਹੋ ਸਕਦੇ। ਕਮੀਆਂ ਕਮੀਣਾਂ ਦਾ ਜੀਵਨ ਪੱਧਰ ਬਹੁਤ ਨੀਵਾਂ ਹੋਇਆ ਕਰਦਾ ਸੀ। ਗਰੀਬਾਂ ਦੇ ਬੱਚੇ ਆਮ ਤੌਰ ਉੱਤੇ ਸਾਰਾ ਦਿਨ ਡੰਗਰ ਚਾਰਨ ਉੱਤੇ ਰਹਿੰਦੇ ਸਨ। ਛੋਟੀ ਉਮਰ ਤੋਂ ਹੀ ਰੌਸ਼ਨ ਦਿਮਾਗ
ਗੁਰੂ ਨਾਨਕ ਦੇਵ ਜੀ ਨੇ ਗਰੀਬਾਂ ਦੀ ਗਰੀਬੀ ਨੇੜੇ ਹੋ ਕੇ ਵੇਖ ਲਈ, ਸੋ ਉਹਨਾਂ ਨਾਲ ਹਮਦਰਦੀ ਬਣਨੀ ਸਧਾਰਨ ਅਤੇ ਕੁਦਰਤੀ ਗੱਲ ਸੀ। ਤਲਵੰਡੀ ਦੇ ਚੁਫੇਰੇ ਦਸਾਂ ਪਿੰਡਾਂ ਦੀ ਜ਼ਮੀਨ ਦਾ ਮਾਲਕ ਇਕੱਲਾ ਰਾਏ ਬੁਲਾਰ ਸੀ, ਬਾਕੀ ਲੋਕ ਮੁਜਾਰੇ ਹੀ ਸਨ। ਆਪਣੀ ਜ਼ਮੀਨ ਉੱਤੇ ਅਨੇਕਾਂ ਵਾਰੀ ਜਾਂਦੇ ਰਹਿਣ ਦੇ ਕਾਰਨ ਤੀਖਣ ਬੁੱਧ ਗੁਰੂ ਨਾਨਕ ਦੇਵ ਜੀ ਨੇ ਗਰੀਬ ਮੁਜਾਰਿਆਂ ਦਾ ਰੋਜ਼ਾਨਾ ਜੀਵਨ ਚੰਗੀ ਤਰ੍ਹਾਂ ਵੇਖ ਪਰਖ ਲਿਆ ਸੀ। ਸਵੇਰ ਤੋਂ ਸ਼ਾਮ ਤੱਕ ਉਹਨਾਂ ਨੇ ਮਿੱਟੀ ਦੇ ਨਾਲ ਮਿੱਟੀ ਹੋਏ ਰਹਿਣਾ, ਪਰ ਜਦੋਂ ਮਿਹਨਤ ਦਾ ਫਲ ਮਿਲਣ ਦਾ ਵੇਲਾ ਆਉਣਾ ਤਾਂ ਬਹੁਤੀ ਕਮਾਈ ਜ਼ਮੀਨ ਦੇ ਮਾਲਕ ਦੇ ਘਰ ਪਹੁੰਚ ਜਾਣੀ। ਇਸ ਵੰਡ ਦਾ ਅਸਰ ਵੀ ਬਾਲ ਉਮਰੇ ਹੀ ਸਤਿਗੁਰੂ ਜੀ ਉੱਤੇ ਪੈਂਦਾ ਰਿਹਾ। ਕਿਸਾਨਾਂ ਦੀ ਹੱਡ ਭੰਨਵੀਂ ਮਿਹਨਤ ਵਾਸਤੇ ਉਹਨਾਂ ਦੇ ਦਿਲ ਵਿੱਚ ਡੂੰਘੀ ਕਦਰ ਬਣ ਗਈ। ਸਿੱਖ ਇਤਿਹਾਸ ਅਨੁਸਾਰ ਗੁਰੂ ਨਾਨਕ ਦੇਵ ਜੀ ਦੀ ਉਮਰ 10-12 ਸਾਲਾਂ ਦੀ ਸੀ ਜਦੋਂ ਇੱਕ ਵਾਰੀ ਮਈਆਂ ਦਾ ਮਾਹੀ ਕਿਤੇ ਵਾਂਢੇ ਗਿਆ ਹੋਇਆ ਸੀ। ਮਈਆਂ ਪਿੱਛੇ ਜਾਣ ਦਾ ਤਜਰਬਾ ਸਤਿਗੁਰੂ ਜੀ ਨੂੰ ਹੋ ਹੀ ਚੁੱਕਾ ਸੀ। ਪਿਤਾ ਜੀ ਦੀ ਆਗਿਆ ਅਨੁਸਾਰ ਮਈਆਂ ਛੇੜ ਕੇ ਜੂਹ ਵਿੱਚ ਲੈ ਗਏ। ਮਈਆਂ ਚਾਰਨ ਅਤੇ ਖੂਹ ਵਾਹੁਣ ਦੀ ਹੱਡ ਬੀਤੀ ਵਾਲੇ ਜਾਣਦੇ ਹਨ ਕਿ ਕਿਸ ਤਰ੍ਹਾਂ ਡੰਗਰਾਂ ਪਿੱਛੇ ਜਾ ਕੇ ਕਿਸੇ ਰੁੱਖ ਹੇਠ ਬੈਠਿਆਂ ਜਾਂ ਵਗਦੇ ਖੂਹ ਦੀ ਗਾਤੀ ਉੱਤੇ ਨੀਂਦ ਬਦੋ ਬਦੀ ਆਦਿ ਆਉਂਦੀ ਹੈ। ਸਿਆਣੀ ਉਮਰ ਵਾਲਿਆਂ ਦੀ ਵੀ ਪੇਸ਼ ਨਹੀਂ ਜਾਂਦੀ। ਚਰਦੇ ਪਸ਼ੂ ਵੀ ਦਾ ਲੱਗਣ ਅਤੇ ਸੁੱਕੇ ਸੜੇ ਘਾਹ ਬੂਟ ਤੋਂ ਹਰੇ ਖੇਤਾਂ ਵੱਲ ਖਿਸਕ ਤੁਰਦੇ ਹਨ। ਡਾਂਗਰੀ ਮੁੰਡੇ ਆਮ ਤੌਰ ਉੱਤੇ ਡੰਗਰਾਂ ਨੂੰ ਮੋੜਨ ਦੀਆਂ ਵਾਰੀਆਂ ਬੰਨ ਲੈਂਦੇ ਹਨ। ਸਾਖੀ ਅਨੁਸਾਰ ਇਉਂ ਜਾਪਦਾ ਹੈ ਕਿ ਉਸ ਦਿਨ ਗੁਰੂ ਨਾਨਕ ਦੇਵ ਜੀ ਇਕੱਲੇ ਹੀ ਮਈਆਂ ਚਾਰ ਰਹੇ ਸਨ, ਪਰ ਉਹਨਾਂ ਦੇ ਭਾਣੇ ਵਿੱਚ ਇਕੱਲ ਨਹੀਂ ਸੀ। ਕੁਦਰਤ ਵਿੱਚ ਵਸਦੇ ਕਾਦਰ ਨਾਲ ਸੁਰਤ ਜੋੜ ਲੈਣੀ, ਇਹ ਅਭਿਆਸ ਉਹ ਛੋਟੀ ਉਮਰ ਤੋਂ ਹੀ ਪਕਾ ਚੁੱਕੇ ਸਨ। ਰੁੱਖ ਦੀ ਠੰਡੀ ਛਾਂ ਹੇਠ ਬੈਠਿਆਂ ਕਿਤੇ ਅੱਖ ਲੱਗ ਗਈ ਹੋਵੇਗੀ, ਇਤਨੇ ਵਿੱਚ ਹੀ ਮਈਆਂ ਰਵਾਂ ਰਵੀਂ ਕਿਸੇ ਕਿਸਾਨ ਦੀ ਪੈੜੀ ਨੂੰ ਜਾ ਪਈਆਂ। ਫਸਲ ਬੰਨਾ ਵੇਖਣ ਆਏ ਕਿਸਾਨ ਨੇ ਦੂਰੋਂ ਮਈਆਂ ਪੈੜੀ ਵਿੱਚ ਵੜਦੀਆਂ ਵੇਖੀਆਂ, ਉਸ ਦੇ ਕਾਲਜੇ ਵਿੱਚ ਮਨੋ ਛੁਰੀ ਚੱਲ ਗਈ। ਪੰਨਾ 20। ਘਬਰਾਹਟ ਅਤੇ ਕ੍ਰੋਧ ਵਿੱਚ ਬੋਲਦਾ ਬਕਦਾ ਵਾਹੂ ਦਾ ਹੀ ਭੱਜਾ ਆਇਆ। ਇਹ ਰੌਲਾ ਸੁਣ ਕੇ ਗੁਰੂ ਨਾਨਕ ਦੇਵ ਜੀ ਦੀ ਅੱਖ ਖੁੱਲ੍ਹ ਗਈ। ਦੌੜ ਕੇ ਮਈਆਂ ਪੈਲੀ ਵਿੱਚੋਂ ਕੱਢੀਆਂ। ਗਰੀਬ ਕਿਸਾਨ ਦਾ ਰੌਲਾ ਸੁਣ ਕੇ ਦਿਲ ਵਿੱਚ ਬੜੀ ਚੋਭ ਲੱਗੀ। ਗਰੀਬਾਂ ਦਾ ਦੁੱਖ ਵੰਡਾਉਣ ਵਾਲਾ ਅਤੇ ਉਹਨਾਂ ਦੀ ਮਿਹਨਤ ਦੀ ਕਦਰ ਜਾਣਨ ਵਾਲਾ ਦਿਲ ਪਿਆਰ ਹਮਦਰਦੀ ਨਾਲ ਭਰ ਆਇਆ। ਕਿਸਾਨ ਨੇ ਨੇੜੇ ਆ ਕੇ ਮਈਆਂ ਦੇ ਛੇੜੂ ਗੁਰੂ ਨਾਨਕ ਦੇਵ ਜੀ ਨੂੰ ਵੇਖਿਆ। ਇੱਕੋ ਪਟਵਾਰੀ ਦੇ ਪੁੱਤਰ, ਦੂਜੇ ਉਹਨਾਂ ਦੀ ਉਜਤਾ ਦੀ ਚਰਚਾ ਘਰ ਘਰ ਵਿੱਚ। ਕਿਸਾਨ ਠੰਭਰ ਗਿਆ, ਬੋਲਣਾ ਬਕਣਾ ਤਾਂ ਛੱਡ ਦਿੱਤਾ, ਪਰ ਮਈਆਂ ਪੈਲੀ ਵਿੱਚ ਵੇਖ ਕੇ ਕ੍ਰੋਧ ਦੇ ਕਾਰਨ ਉਸ ਦੇ ਅੰਦਰ ਹਾਹੀਂ ਬਲ ਰਹੀਆਂ ਸਨ। ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਰਾਏ ਬੁਲਾਰ ਵੱਲ ਚੱਲ ਪਿਆ, ਨਾਲੇ ਹੀ ਮਈਆਂ ਹਿੱਕ ਲਈਆਂ। ਕਿਸਾਨ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਰਾਏ ਬੁਲਾਰ ਪਾਸ ਪਹੁੰਚਿਆ। ਉਸ ਨੇ ਤਪੇ ਦਿਲ ਨਾਲ ਆਪਣੀ ਸਾਰੀ ਵਿਥਿਆ ਦੱਸੀ। ਨਗਰ ਦੇ ਕਈ ਨਰ ਨਾਰ ਵੀ ਆ ਇਕੱਠੇ ਹੋਏ। ਗੁਰੂ ਨਾਨਕ ਦੇਵ ਜੀ ਨੇ ਬੜੇ ਠਰੰਮੇ ਨਾਲ ਉੱਤਰ ਦਿੱਤਾ ਕਿ ਸਾਰੇ ਜਗਤ ਦੀ ਸਾਰ ਰੱਖਣ ਵਾਲੇ ਕਾਦਰ ਦੀ ਮਿਹਰ ਨਾਲ ਕਿਸਾਨ ਦਾ ਖੇਤ ਹਰਿਆ ਭਰਿਆ ਹੀ ਹੈ। ਮਾਲਕ ਦੇ ਘਰ ਕੋਈ ਘਾਟ ਨਹੀਂ ਹੈ, ਉਸ ਦੇ ਦਰ ਤੋਂ ਸਭ ਕੁਝ ਮਿਲ ਜਾਂਦਾ ਹੈ। ਰਾਏ ਬੁਲਾਰ ਨੇ ਇੱਕ ਦੋ ਬੰਦੇ ਕਿਸਾਨ ਨਾਲ ਭੇਜੇ ਜੋ ਜਾ ਕੇ ਵੇਖ ਆਏ। ਸੱਚਮੁੱਚ ਹੀ ਖੇਤ ਵਿੱਚ ਕਿਤੇ ਕੋਈ ਬਹੁਤਾ ਉਜਾੜਾ ਨਹੀਂ ਸੀ ਦਿਸਦਾ। ਪੰਨਾ 21। ਕੁੜਮਾਈ ਅਤੇ ਵਿਆਹ। ਗੁਰੂ ਨਾਨਕ ਦੇਵ ਜੀ ਦੀ ਕੁੜਮਾਈ ਵਿਸਾਖ 1 ਸੰਮਤ 1542 ਨੂੰ ਹੋਈ। ਸੂਰਜ ਦੇ ਹਿਸਾਬ ਵਿਸਾਖ ਦੀ 5 ਤਰੀਕ ਸੀ। ਉਸ ਵੇਲੇ ਉਹਨਾਂ ਦੀ ਉਮਰ 16 ਸਾਲਾਂ ਦੀ ਸੀ। ਨਗਰ ਬਟਾਲੇ ਦੇ ਰਹਿਣ ਵਾਲੇ ਮੂਲ ਚੰਦ ਜੀ ਨੇ ਆਪਣੀ ਲੜਕੀ ਸੁਲੱਖਣੀ ਜੀ ਦਾ ਸਾਕ ਦਿੱਤਾ।
ਇਹ ਸਾਕ ਗੁਰੂ ਨਾਨਕ ਦੇਵ ਜੀ ਦੇ ਪਣਵਈਏ ਭਾਈ ਜੈ ਰਾਮ ਜੀ ਦੀ ਰਾਹੀਂ ਹੋਇਆ ਸੀ। ਬਾਬਾ ਮੂਲ ਚੰਦ ਜੀ ਪਿੰਡ ਪੱਖੋ ਕੇ ਰੰਧਾਵੇ ਦੇ ਪਟਵਾਰੀ ਸਨ। ਪੱਖੋ ਕੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਰਾਵੀ ਤੋਂ ਪਾਰਲੇ ਪਾਸੇ ਹੁਣ ਪਾਕਿਸਤਾਨ ਵਿੱਚ ਡੇਰਾ ਬਾਬਾ ਨਾਨਕ ਤੋਂ 5 ਮੀਲ ਦੀ ਵਿੱਥ ਉੱਤੇ ਹੈ। ਭਾਈ ਜੈ ਰਾਮ ਜੀ ਖਾਨਪੁਰ ਦੇ ਰਹਿਣ ਵਾਲੇ ਉੱਪਲ ਖੱਤਰੀ ਸਨ ਅਤੇ ਨਵਾਬ ਦੌਲਤ ਖਾਂ ਲੋਧੀ ਪਾਸ ਮਾਲ ਦੇ ਮਹਿਕਮੇ ਵਿੱਚ ਆਮਲ ਸਨ। ਬਾਬਾ ਕਾਲੂ ਜੀ ਤਲਵੰਡੀ ਦੇ ਪਟਵਾਰੀ ਸਨ। ਕਈ ਵਾਰੀ ਭਾਈ ਜੈ ਰਾਮ ਜੀ ਨੂੰ ਆਪਣੇ ਮਹਿਕਮੇ ਦੇ ਕੰਮ ਤਲਵੰਡੀ ਜਾਣਾ ਪੈਂਦਾ ਸੀ। ਇੱਕੋ ਮਹਿਕਮੇ ਦੇ ਹੋਣ ਕਰਕੇ ਦੋਹਾਂ ਦੀ ਸਾਂਝ ਬਣਦੀ ਗਈ ਅਤੇ ਆਖਰ ਬਾਬਾ ਕਾਲੂ ਜੀ ਨੇ ਆਪਣੀ ਲੜਕੀ ਬੀਬੀ ਨਾਨਕੀ ਦੀ ਸ਼ਾਦੀ ਉਹਨਾਂ ਨਾਲ ਕਰ ਦਿੱਤੀ। ਭਾਈ ਜੈ ਰਾਮ ਜੀ ਨੂੰ ਬਟਾਲੇ ਵੱਲ ਵੀ ਜਾਣਾ ਪੈਂਦਾ ਸੀ। ਬਾਬਾ ਮੂਲ ਚੰਦ ਜੀ ਨਾਲ ਸਾਂਝ ਬਣਨ ਉੱਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਲਈ ਸਾਕ ਦਾ ਪ੍ਰਬੰਧ ਕਰ ਦਿੱਤਾ। ਗੁਰੂ ਨਾਨਕ ਦੇਵ ਜੀ ਦਾ ਵਿਆਹ 24 ਜੇਠ 1544 ਨੂੰ ਹੋਇਆ। ਸੰਨ 1487 ਮਈ ਦੀ ਤਕਰੀਬਨ 21 ਤਰੀਕ ਉਸ ਵੇਲੇ ਉਹਨਾਂ ਦੀ ਉਮਰ 18 ਸਾਲਾਂ ਦੀ ਹੋ ਚੁੱਕੀ ਸੀ। ਜੰਝ ਬਟਾਲੇ ਗਈ ਸੀ। ਬਟਾਲਾ ਅੰਮ੍ਰਿਤਸਰੋਂ ਪਠਾਨਕੋਟ ਨੂੰ ਜਾਣ ਵਾਲੀ ਰੇਲਵੇ ਲਾਈਨ ਉੱਤੇ ਪ੍ਰਸਿੱਧ ਸਟੇਸ਼ਨ ਹੈ ਜਿੱਥੇ ਜੰਝ ਨੇ ਡੇਰਾ ਕੀਤਾ ਸੀ। ਉੱਥੇ ਅਜੇ ਵੀ ਉਸ ਵੇਲੇ ਦੀ ਕੱਚੀ ਕੰਧ ਦਾ ਨਮੂਨਾ ਸੰਭਾਲਿਆ ਹੋਇਆ ਹੈ। ਉੱਥੇ ਹਰ ਸਾਲ ਭਾਦਰੋਂ ਸੁਦੀ 7 ਨੂੰ ਮੇਲਾ ਲੱਗਦਾ ਹੈ। ਭਾਈ ਮਰਦਾਨਾ ਚੁੰਬੜ ਜਾਤ ਦੇ ਮਿਰਾਸੀ ਮੀਰ ਬਾਂਦਰੇ ਦਾ ਪੁੱਤਰ ਸੀ। ਇਸ ਦਾ ਜਨਮ ਤਲਵੰਡੀ ਵਿੱਚ ਫੱਗਣ ਸੰਮਤ 1516 ਨੂੰ ਹੋਇਆ। ਪੰਨਾ 22 ਗੁਰੂ ਨਾਨਕ ਦੇਵ ਜੀ ਨਾਲੋਂ ਉਮਰੋਂ ਇਹ 9 ਸਾਲ 2 ਮਹੀਨੇ ਵੱਡਾ ਸੀ। ਮਰਦਾਨੇ ਨੂੰ ਰਾਗ ਦਾ ਬੜਾ ਸ਼ੌਂਕ ਸੀ। ਮਰਾਸੀ ਦਿਆਂ ਬੱਚਿਆਂ ਨੂੰ ਰਾਗ ਦੀ ਹੀ ਗੁੜਤੀ ਮਿਲਦੀ ਹੈ। ਇਸ ਦਾ ਪਿਆਰਾ ਤੰਤੀ ਸਾਜ਼ ਰਬਾਬ ਸੀ। ਰਾਗ ਦੀ ਬਰਕਤ ਕਰਕੇ ਹੀ ਮਰਦਾਨੇ ਨੂੰ ਗੁਰੂ ਨਾਨਕ ਦੇਵ ਜੀ ਦੀ ਸੰਗਤ ਦਾ ਸੁਭਾਗ ਮਿਲਿਆ। ਇਸ ਦਾ ਨਾਮ ਸਤਿਗੁਰੂ ਜੀ ਦੇ ਨਾਮ ਨਾਲ ਅਟੁੱਟ ਤੌਰ ਉੱਤੇ ਜੁੜਿਆ ਹੋਇਆ ਹੈ। ਸਿੱਖ ਇਤਿਹਾਸ ਨੇ ਉਗੜ ਕੇ ਇਹ ਵੀ ਦੱਸਿਆ ਹੈ ਕਿ ਮਰਦਾਨੇ ਦਾ ਸਾਥ ਗੁਰੂ ਨਾਨਕ ਦੇਵ ਜੀ ਨਾਲ ਕਦੋਂ ਤੋਂ ਸ਼ੁਰੂ ਹੋਇਆ, ਪਰ ਪਿੰਡਾਂ ਦੇ ਜੀਵਨ ਨੂੰ ਜਾਣਨ ਵਾਲੇ ਇਹ ਅੰਦਾਜ਼ਾ ਲਾਏ ਬਿਨਾਂ ਨਹੀਂ ਰਹਿ ਸਕਦੇ ਕਿ ਇਹ ਸਾਥ ਛੋਟੀ ਉਮਰ ਤੋਂ ਹੀ ਬਣ ਗਿਆ ਹੋਵੇਗਾ। ਗੁਰੂ ਨਾਨਕ ਦੇਵ ਜੀ ਦੇ ਪਿਤਾ ਰਾਏ ਬੁਲਾਰ ਦੇ 10 ਪਿੰਡਾਂ ਦੇ ਪਟਵਾਰੀ ਸਨ। ਇਸ ਲਈ ਮਰਦਾਨੇ ਦੇ ਪਿਤਾ ਬਾਦਰੇ ਦਾ ਬਾਬਾ ਕਾਲੂ ਜੀ ਪਾਸ ਨਿੱਤ ਆਉਂਦੇ ਜਾਂਦੇ ਰਹਿਣਾ ਕੁਦਰਤੀ ਗੱਲ ਸੀ। ਇਸ ਘਰੋਂ ਉਸ ਦੀਆਂ ਸੈਂਕੜੇ ਲੋੜਾਂ ਪੂਰੀਆਂ ਹੋਣ ਦੀ ਸੰਭਾਵਨਾ ਸੀ। ਪਿਓ ਦੇ ਸਬੱਬ ਮਰਦਾਨੇ ਦਾ ਪੰਜਕ ਵੀ ਪੈ ਗਿਆ। ਬਾਬਾ ਕਾਲੂ ਜੀ ਦੀ ਆਪਣੀ ਭੋਏ ਦੀ ਮਾਲਕੀ ਸੀ। ਮਰਾਸੀਆਂ ਦੀ ਆਜੀਵਿਕਾ ਹੀ ਇਸੇ ਗੱਲ ਵਿੱਚ ਹੁੰਦੀ ਹੈ ਕਿ ਉਹ ਹਰੇਕ ਕਿਸਾਨ ਜਾਂ ਮਾਲਕ ਦੇ ਵੱਟੇ ਬੰਨੇ ਉੱਤੇ ਜਾ ਕੇ ਸਦਾ ਪੀਰਾਂ ਦੀ ਰੱਖ, ਅੱਲਾ ਦੀ ਰੱਖ ਆਖਦੇ ਰਹੇ। ਇਹੀ ਕਿੱਤਾ ਬਾਦਰੇ ਦਾ ਹੋ ਸਕਦਾ ਹੈ ਅਤੇ ਬਾਦਰੇ ਦੇ ਨਾਲ ਉਸ ਦੇ ਪੁੱਤਰ ਮਰਦਾਨੇ ਦਾ, ਪਰ ਉਸ ਦੇ ਗੁਣ ਦੀ ਕਦਰ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਆਪਣਾ ਬਣਾ ਲਿਆ। ਗੁਰੂ ਨਾਨਕ ਦੇਵ ਜੀ ਦੀ ਉਮਰ ਵਿਆਹ ਵੇਲੇ 18 ਸਾਲ ਦੀ ਸੀ। ਮਰਦਾਨਾ ਉਸ ਵੇਲੇ 27 ਸਾਲਾਂ ਦਾ ਸੀ। ਰਾਗ ਦੀ ਬਹੁਤੀ ਵਰਤੋਂ ਵਿਆਹਾਂ ਸਮੇਂ ਹੀ ਹੁੰਦੀ ਹੈ। ਮਰਾਸੀਆਂ ਨੇ ਉਂਝ ਵੀ ਜੰਝੇ ਜਾਣਾ ਹੀ ਸੀ, ਸੋ ਇਹ ਆਖਣਾ ਅਸਲੀਅਤ ਤੋਂ ਦੂਰ ਨਹੀਂ ਹੋਵੇਗਾ ਕਿ ਜੇਠ ਸੰਮਤ 1544 ਮਈ ਸੰਨ 1487 ਤੋਂ ਗੁਰੂ ਨਾਨਕ ਦੇਵ ਜੀ ਅਤੇ ਮਰਦਾਨੇ ਦੀ ਡੂੰਘੀ ਸਾਂਝ ਬਣ ਗਈ। ਰਾਗ ਦੇ ਕਦਰ ਸੁਨਾਸ ਸਤਿਗੁਰੂ ਜੀ ਦੀ ਸੰਗਤ ਵਿੱਚ ਰਹਿ ਕੇ ਮਰਦਾਨੇ ਇਸ ਗੁਣ ਵਿੱਚ ਦਿਨੋ ਦਿਨ ਵਧੀਕ ਤਾਕ ਹੁੰਦਾ ਗਿਆ। ਗੁਰੂ ਨਾਨਕ ਦੇਵ ਜੀ ਦਾ ਜੀਵਨ ਓਪਰੀ ਨਜ਼ਰੇ ਪੜ੍ਹਨ ਨਾਲ ਵੀ ਇਹ ਦਿਸ ਪੈਂਦਾ ਹੈ ਕਿ ਭਾਈ ਮਰਦਾਨੇ ਤੋਂ ਛੁੱਟ ਕਿਸੇ ਵੀ ਹੋਰ ਮਨੁੱਖ ਨੂੰ ਇਤਨੇ ਲੰਬੇ ਸਮੇਂ ਲਈ
ਸਤਿਗੁਰ ਜੀ ਦੇ ਨਾਲ ਰਹਿਣ ਦਾ ਸੁਭਾਗ ਨਸੀਬ ਨਹੀਂ ਹੋਇਆ। ਭਾਈ ਮਰਦਾਨੇ ਦਾ ਦੇਹਾਂਤ 13 ਮੱਘਰ ਸੰਮਤ 1581 ਨੂੰ ਹੋਇਆ ਸੀ। ਉਸ ਵੇਲੇ ਵੀ ਗੁਰੂ ਨਾਨਕ ਦੇਵ ਜੀ ਉਸ ਦੇ ਪਾਸ ਮੌਜੂਦ ਸਨ। ਕਰਤਾਰਪੁਰ ਵਿੱਚ ਸਤਿਗੁਰ ਜੀ ਦੇ ਆਪਣੇ ਜੋਤੀ ਜੋਤ ਸਮਾਉਣ ਤੋਂ 5 ਸਾਲ ਪਹਿਲਾਂ ਤੱਕ ਤਕਰੀਬਨ 47 ਸਾਲ ਭਾਈ ਮਰਦਾਨਾ ਗੁਰੂ ਨਾਨਕ ਦੇਵ ਜੀ ਦਾ ਸਾਥੀ ਰਿਹਾ। ਕੀਰਤਨ ਦੀ ਖਾਤਰ ਹੀ ਭਾਈ ਮਰਦਾਨੇ ਦੀ ਸਤਿਗੁਰ ਜੀ ਨਾਲ ਸਾਂਝ ਬਣੀ ਸੀ। ਘੱਟ ਤੋਂ ਘੱਟ 47 ਸਾਲ ਮਰਦਾਨੇ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਹਰ ਰੋਜ਼ ਸੁਣੀ ਅਤੇ ਗਾਈ। ਇਹ ਬੜੀ ਸਧਾਰਨ ਗੱਲ ਸੀ ਕਿ ਮਰਦਾਨਾ ਤਨੋ ਮਨੋ ਸਤਿਗੁਰੂ ਜੀ ਦਾ ਸ਼ਰਧਾਲੂ ਬਣ ਜਾਂਦਾ। ਇਹੀ ਕਾਰਨ ਹੈ ਕਿ ਸਿੱਖ ਪੰਥ ਵਿੱਚ ਉਸ ਨੂੰ ਭਾਈ ਦੀ ਪਦਵੀ ਮਿਲੀ ਆ ਰਹੀ ਹੈ। ਰਬਾਬ ਵਜਾਉਣ ਕਰਕੇ ਮਰਦਾਨਾ ਰਬਾਬੀ ਅਖਵਾਇਆ। ਉਸ ਤੋਂ ਪਿੱਛੋਂ ਉਸ ਦੀ ਕੁੱਲ ਦੇ ਲੋਕ ਜੋ ਗੁਰੂ ਘਰ ਵਿੱਚ ਕੀਰਤਨ ਕਰਦੇ ਰਹੇ ਰਬਾਬੀ ਹੀ ਅਖਵਾਉਂਦੇ ਰਹੇ। ਭਾਈ ਮਰਦਾਨੇ ਦੀ ਕੁੱਲ ਉਮਰ 75 ਸਾਲਾਂ ਦੀ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਰਾਗਾਂ ਵੱਲ ਧਿਆਨ ਕੀਤਿਆਂ ਸਪੱਸ਼ਟ ਹੈ ਕਿ 31 ਰਾਗਾਂ ਵਿੱਚੋਂ ਸਤਿਗੁਰੂ ਨਾਨਕ ਦੇਵ ਜੀ ਨੇ 19 ਵਰਤੇ ਹਨ, ਭਾਵ ਸਤਿਗੁਰੂ ਜੀ 19 ਰਾਗ ਗਾਇਆ ਕਰਦੇ ਸਨ। ਇਹ ਕਹਿਣਾ ਅਸਲੀਅਤ ਤੋਂ ਦੂਰ ਨਹੀਂ ਹੋ ਸਕਦਾ ਕਿ 47 ਸਾਲਾਂ ਦੀ ਸੰਗਤ ਦਾ ਸਦਕਾ ਭਾਈ ਮਰਦਾਨਾ ਉਹਨਾਂ 19 ਰਾਗਾਂ ਨੂੰ ਗਾਉਣ ਅਤੇ ਰਬਾਬ ਉੱਤੇ ਵਜਾਉਣ ਵਿੱਚ ਉੱਚ ਕੋਟੀ ਦਾ ਕਲਾਕਾਰ ਹੋ ਚੁੱਕਿਆ ਸੀ। ਉਹ 19 ਰਾਗ ਇਹ ਹਨ: 1 ਆਸਾ, 2 ਭੈਰੋ, 3 ਪ੍ਰਭਾਦੀ, 4 ਸੂਹੀ, 5 ਬਿਲਾਵਲ, 6 ਰਾਮਕਲੀ, 7 ਤੁਖਾਰੀ, 8 ਗੁਜਰੀ, 9 ਸਾਰੰਗ, 10 ਸ੍ਰੀ ਰਾਗ, 11 ਗੌੜੀ, 12 ਤਨਾਸਰੀ, 13 ਤਿਲੰਗ, 14 ਮਾਰੂ, 15 ਵਡਹੰਸ, 16 ਸੋਰਠ, 17 ਮਲਾਰ, 18 ਬਸੰਤ ਅਤੇ 19 ਕਾਨੜਾ। ਵਿਹਾਰਕਾਰ: ਗੁਰੂ ਨਾਨਕ ਦੇਵ ਜੀ ਦੀ ਬਾਲਕ ਉਮਰ ਬਾਰੇ ਸਿੱਖ ਇਤਿਹਾਸ ਸਿਰਫ 2-3 ਹੀ ਸਾਖੀਆਂ ਦਾ ਜ਼ਿਕਰ ਹੈ, ਜਿਨ੍ਹਾਂ ਤੋਂ ਇਹ ਪਤਾ ਮਿਲਦਾ ਹੈ ਕਿ ਲੋੜ ਅਨੁਸਾਰ ਉਹ ਮਹੀਆਂ ਚਾਰਨ ਜਾਂ ਫਸਲ ਬੰਨੇ ਦੀ ਰਾਖੀ ਲਈ ਜਾਂਦੇ ਹੁੰਦੇ ਸਨ। ਅਸਲ ਵਿੱਚ ਸਾਡੇ ਤੱਕ ਸਿਰਫ ਉਹ ਸਾਖੀਆਂ ਹੀ ਪਹੁੰਚੀਆਂ ਹਨ ਜੋ ਕਿਸੇ ਉਚੇਚੀ ਘਟਨਾ ਦਾ ਬਿਆਨ ਕਰਦੀਆਂ ਹਨ। ਇਹ ਅਨੁਮਾਨ ਗਲਤ ਨਹੀਂ ਹੋਵੇਗਾ ਕਿ ਕਾਮਿਆਂ ਦੇ ਹੁੰਦਿਆਂ ਵੀ ਪਾਂਧੇ ਅਤੇ ਮੌਲਵੀਆਂ ਤੋਂ ਵਿਹਲ ਲੱਗਣ ਉੱਤੇ ਉਹ ਆਪਣੇ ਖੇਤਾਂ ਵੱਲ ਵੀ ਤੋਰਾ ਫੇਰੀ ਰੱਖਦੇ ਸਨ। ਸਾਊ ਲੋਕਾਂ ਵਾਸਤੇ ਆਜੀਵਿਕਾ ਦੇ ਚਾਰ ਕਿੱਤੇ ਹੀ ਮੰਨੇ ਪਰਮੰਨੇ ਚਲੇ ਆ ਰਹੇ ਹਨ: ਵਾਹੀ, ਹੱਟੀ, ਵਪਾਰ ਅਤੇ ਨੌਕਰੀ। ਗੁਰੂ ਨਾਨਕ ਦੇਵ ਜੀ ਨੇ ਇਹਨਾਂ ਚੌਹਾਂ ਦਾ ਜ਼ਿਕਰ ਵੀ ਕੀਤਾ ਹੈ। ਵਪਾਰ ਵਾਸਤੇ ਹੱਟੀ ਦਾ ਤਜਰਬਾ ਹੋਣਾ ਜ਼ਰੂਰੀ ਹੈ ਜਾਂ ਘਰ ਵਿੱਚੋਂ ਪਹਿਲਾਂ ਹੀ ਕੋਈ ਧਿਰ ਵਪਾਰ ਕਰਦਾ ਹੋਵੇ ਜਿਸ ਦੇ ਨਾਲ ਸਿੱਧਾ ਹੀ ਵਪਾਰ ਨੂੰ ਹੱਥ ਪੈ ਸਕੇ। ਬਾਬਾ ਕਾਲੂ ਜੀ ਦਾ ਕਿੱਤਾ ਮੁਲਾਜ਼ਮਤ ਦਾ ਸੀ। ਗੁਰੂ ਨਾਨਕ ਦੇਵ ਜੀ ਦੇ ਵਪਾਰ ਬਾਰੇ ਸਿੱਖ ਇਤਿਹਾਸ ਨੇ ਸਿਰਫ ਇੱਕੋ ਸਾਖੀ ਦੱਸੀ ਹੈ। ਜਦੋਂ ਉਹ ਆਪਣੀ ਸਾਰੀ ਹੀ ਰਕਮ ਲੋੜਵੰਦਾਂ ਦੇ ਅੰਨ ਲਈ ਖਰਚ ਆਏ ਸਨ, ਉਸ ਵੇਲੇ ਉਹਨਾਂ ਦੀ ਉਮਰ 34 ਸਾਲਾਂ ਦੀ ਸੀ। ਮਹੀਆਂ ਚਾਰਨ ਅਤੇ ਫਸਲ ਬੰਨੇ ਦੀ ਰਾਖੀ ਦੀਆਂ ਸਾਖੀਆਂ ਵਾਂਗ ਵਪਾਰ ਦੀ ਇਹ ਸਾਖੀ ਵੀ ਉਚੇਚੀ ਘਟਨਾ ਦੀ ਖਾਤਰ ਹੀ ਹੈ, ਪਰ ਇਹ ਸਾਖੀ ਬੰਦਸ਼ ਨਹੀਂ ਲਾਉਂਦੀ ਕਿ ਸਤਿਗੁਰੂ ਜੀ ਸਿਰਫ ਇੱਕੋ ਵਾਰੀ ਹੀ ਵਪਾਰ ਕਰਨ ਗਏ ਸਨ। ਬਾਬਾ ਕਾਲੂ ਜੀ ਲਈ 10 ਪਿੰਡਾਂ ਦੀ ਪਟਵਾਰ ਦਾ ਰੁਝੇਵਾਂ ਬੜਾ ਕਾਫੀ ਸੀ। ਗੁਰੂ ਨਾਨਕ ਦੇਵ ਜੀ ਜਿਉਂ ਜਿਉਂ ਉਮਰੋਂ ਸਿਆਣੇ ਹੁੰਦੇ ਗਏ, ਇਹ ਕੁਦਰਤੀ ਗੱਲ ਸੀ ਕਿ ਵਾਹੀ ਆਦਿਕ ਦੀ ਨਿਗਰਾਨੀ ਦਾ ਭਾਰ ਉਹ ਆਪਣੇ ਪਿਤਾ ਜੀ ਦੇ ਸਿਰ ਤੋਂ ਹੌਲਾ ਕਰੀ ਜਾਂਦੇ। 34 ਸਾਲ ਦੀ ਉਮਰ ਵਿੱਚ ਉਹ ਚੂੜਕਾਣੇ ਵਪਾਰ ਕਰਨ ਲਈ ਗਏ। ਵਾਹੀ ਦੀ ਨਿਗਰਾਨੀ ਤੋਂ ਅਚਨਚੇਤ ਵਪਾਰ ਲਈ ਤੁਰ ਪੈਣਾ ਦੁਨਿਆਵੀ ਹੱਡ ਬੀਤੀ ਵਿੱਚ ਇੱਕ ਅਨੋਖੀ ਗੱਲ ਹੈ। ਸਤਿਗੁਰੂ ਜੀ ਦੀ ਸ਼ਾਦੀ 18 ਸਾਲ ਦੀ ਉਮਰ ਵਿੱਚ ਹੋਈ ਸੀ, ਸੋ ਇਹ ਅੰਦਾਜ਼ਾ ਵੀ ਕੁਰਾਹੇ ਨਹੀਂ ਲੈ ਜਾਂਦਾ
ਕਿ ਇਸ ਉਮਰੇ ਜਾਂ ਇਸ ਤੋਂ ਪਹਿਲਾਂ ਹੀ ਉਹਨਾਂ ਹੱਟੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਵਾਹੀ ਦੀ ਨਿਗਰਾਨੀ ਵੀ ਇਸ ਦੇ ਨਾਲ ਹੁੰਦੀ ਗਈ। ਹੱਟੀ ਦਾ ਇਹ ਤਜਰਬਾ ਸੀ ਜਿਸ ਕਰਕੇ ਉਹਨਾਂ ਨੂੰ ਸੁਲਤਾਨਪੁਰ ਦੇ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਸੀ। ਉਹਨਾਂ ਸਮਿਆਂ ਵਿੱਚ ਰੁਪਇਆ ਪੈਸਾ ਬਹੁਤ ਥੋੜ੍ਹਾ ਹੋਣ ਕਰਕੇ ਜ਼ਿਮੀਂਦਾਰ ਲੋਕ ਜ਼ਮੀਨ ਦਾ ਮਾਮਲਾ ਜਿਨਸ ਵਿੱਚ ਦਿਆ ਕਰਦੇ ਸਨ। ਉਹ ਸਾਰੀ ਜਿਨਸ ਸਰਕਾਰੀ ਗੋਦਾਮ ਵਿੱਚ ਜਮ੍ਹਾਂ ਹੋ ਜਾਂਦੀ ਸੀ, ਜਿਸ ਨੂੰ ਮੋਦੀਖਾਨਾ ਆਖਦੇ ਸਨ। ਮੋਦੀਖਾਨੇ ਦਾ ਹਿਸਾਬ ਰੱਖਣ ਵਾਲੇ ਮੁਲਾਜ਼ਮ ਨੂੰ ਮੋਦੀ ਆਖੀਦਾ ਸੀ। ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਦਾ ਬਹੁਤ ਹਿੱਸਾ ਜਿਨਸ ਵਿੱਚ ਹੀ ਮਿਲਦਾ ਸੀ। ਉਹ ਜਿਨਸ ਵੰਡਣੀ ਮੋਦੀ ਦਾ ਕੰਮ ਹੁੰਦਾ ਸੀ। ਜਿਹੜੀ ਜਿਨਸ ਵੱਧ ਰਹਿੰਦੀ ਸੀ ਉਹ ਵੇਚ ਕੇ ਸਰਕਾਰੀ ਖਜ਼ਾਨੇ ਵਿੱਚ ਰੁਪਇਆ ਜਮ੍ਹਾਂ ਕਰਾ ਦਿੱਤਾ ਜਾਂਦਾ ਸੀ। ਇਹ ਕੰਮ ਬੜੀ ਹੀ ਜ਼ਿੰਮੇਵਾਰੀ ਦਾ ਸੀ। ਤਜਰਬਾ, ਇਮਾਨਦਾਰੀ, ਲਿਆਕਤ, ਗੰਭੀਰਤਾ ਆਦਿ ਕਈ ਗੁਣਾਂ ਦੀ ਪਰਖ ਪ੍ਰਤੀਤ ਪਿੱਛੋਂ ਮੋਦੀ ਦਾ ਅਹੁਦਾ ਮਿਲਦਾ ਸੀ। ਪਰ ਦੁਨੀਆਦਾਰਾਂ ਦੇ ਵਿਹਾਰਕਾਰ ਅਤੇ ਗੁਰੂ ਨਾਨਕ ਦੇਵ ਜੀ ਦੇ ਵਿਹਾਰਕਾਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਇਸ ਫਰਕ ਨੂੰ ਸਮਝਣ ਲਈ ਗੁਰੂ ਨਾਨਕ ਦੇਵ ਜੀ ਬਾਰੇ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ। ਨੰਬਰ 1, ਕੀਰਤਨ ਦਾ ਇਸ਼ਕ। ਭਾਈ ਮਰਦਾਨੇ ਨਾਲ ਗੁਰੂ ਨਾਨਕ ਦੇਵ ਜੀ ਦੀ ਡੂੰਘੀ ਸਾਂਝ ਦਾ ਸਭ ਤੋਂ ਵੱਡਾ ਕਾਰਨ ਇਹੀ ਸੀ ਕਿ ਮਰਦਾਨਾ ਰਾਗ ਵਿੱਚ ਪ੍ਰਵੀਨ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਰਾਗਾਂ ਵਿੱਚੋਂ ਸਭ ਤੋਂ ਵਧੀਕ ਗਿਣਤੀ ਉਹਨਾਂ ਰਾਗਾਂ ਦੀ ਹੈ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਪਹਿਰ ਦਿਨ ਚੜ੍ਹੇ ਤੱਕ ਗਾਏ ਜਾਂਦੇ ਹਨ। ਨੰਬਰ 1 ਆਸਾ, ਨੰਬਰ 2 ਭੈਰੋ, ਨੰਬਰ 3 ਪ੍ਰਭਾਤੀ, ਨੰਬਰ 4 ਸੂਹੀ, ਨੰਬਰ 5 ਬਿਲਾਵਲ, ਨੰਬਰ 6 ਰਾਮਕਲੀ, ਨੰਬਰ 7 ਤੁਖਾਰੀ ਅਤੇ 8ਵਾਂ ਗੁਜਰੀ। ਮਾਲੂਮ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਸੋਚ ਇਸ਼ਨਾਨ ਆਦਿਕ ਤੋਂ ਵਿਹਲੇ ਹੋ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਪਹਿਰ ਦਿਨ ਚੜ੍ਹੇ ਤੱਕ ਕੀਰਤਨ ਰਾਹੀਂ ਅਕਾਲ ਪੁਰਖ ਦੀ ਯਾਦ ਵਿੱਚ ਜੁੜੇ ਰਹਿੰਦੇ ਸਨ। ਇਹਨਾਂ ਤੋਂ ਉੱਤਰ ਕੇ ਦਿਨ ਦੇ ਤੀਜੇ ਚੌਥੇ ਪਹਿਰ ਨੂੰ ਗਾਏ ਜਾਣ ਵਾਲੇ ਰਾਗ ਹਨ, ਜਿਵੇਂ ਸ੍ਰੀ ਰਾਗ, ਗੌੜੀ, ਧਨਾਸਰੀ, ਤਿਲੰਗ ਅਤੇ ਮਾਰੂ। ਰਾਤ ਦੇ ਰਾਗ ਨੰਬਰ 1 ਵਡਹੰਸ, ਨੰਬਰ 2 ਸੋਠ, 3 ਮਲਾਰ, 4 ਬਸੰਤ ਅਤੇ ਕਾਂਡੜਾ। ਦੁਪਹਿਰ ਵੇਲੇ ਦਾ ਸਿਰਫ ਇੱਕੋ ਰਾਗ ਗੁਰੂ ਨਾਨਕ ਦੇਵ ਜੀ ਨੇ ਲਿਆ ਹੈ, ਸਾਰੰਗ, ਪੰਨਾ 26। ਇੱਥੋਂ ਇਹੀ ਅਨੁਮਾਨ ਲੱਗਦਾ ਹੈ ਕਿ ਸਤਿਗੁਰ ਜੀ ਕੀਰਤਨ ਦੇ ਬੜੇ ਆਸ਼ਕ ਸਨ। ਕਾਰ ਵਿਹਾਰ ਉੱਤੇ ਜਾਣ ਤੋਂ ਪਹਿਲਾਂ ਅਤੇ ਪਿੱਛੋਂ ਨੀਂਦ ਤੋਂ ਉੱਠਦੇ ਅਤੇ ਸੌਣ ਤੋਂ ਪਹਿਲਾਂ ਕੀਰਤਨ ਸਦਾ ਉਹਨਾਂ ਦੀ ਰੂਹ ਦੀ ਖੁਰਾਕ ਬਣਦਾ ਸੀ। ਤਲਵੰਡੀ ਦੇ ਲੋਕ ਅਤੇ ਗੁਰੂ ਨਾਨਕ ਦੇਵ ਜੀ ਦੇ ਸਾਰੇ ਸਾਕ ਅੰਗ ਸ਼ਰੀਕਾ ਬਰਾਦਰੀ ਇਹੀ ਸਿੱਟਾ ਕੱਢ ਸਕੀ ਸੀ ਕਿ ਉਹ ਜੀ ਲਾ ਕੇ ਵਿਹਾਰਕਾਰ ਨਹੀਂ ਕਰ ਰਹੇ। ਦੁਨੀਆਦਾਰ ਤਾਂ ਸਵੇਂਗਾ, ਖਾਏਗਾ ਅਤੇ ਮਾਇਆ ਕਮਾਏਗਾ। ਸਤਸੰਗ ਆਦਿਕ ਵਿੱਚ ਉਹਨਾਂ ਦਾ ਜਾਣਾ ਰੱਬ ਦਾ ਉਲਾਂਭਾ ਲਾਉਣ ਵਾਲੀ ਗੱਲ ਹੀ ਹੋਇਆ ਕਰਦੀ ਹੈ। ਅੱਜ ਦਾ ਪੰਜਾਬੀ ਸ਼ਾਇਦ ਸਹੀ ਅੰਦਾਜ਼ਾ ਨਾ ਲਾ ਸਕੇ ਕਿ ਗੁਰੂ ਨਾਨਕ ਦੇਵ ਜੀ ਇਸ ਨਿੱਤ ਦੀ ਕਾਰ ਦਾ ਤਲਵੰਡੀ ਨਿਵਾਸੀਆਂ ਉੱਤੇ ਕੀ ਅਸਰ ਪੈ ਰਿਹਾ ਸੀ। ਇੱਕ ਪਾਸੇ ਇੱਕ ਅੱਤ ਨੀਵੀਂ ਜਾਤ ਦਾ ਗਰੀਬ ਮਰਦਾਨਾ, ਦੂਜੇ ਪਾਸੇ ਉੱਚੀ ਕੁਲ ਦੇ ਖੱਤਰੀ ਅਤੇ ਭੂਮੀਕਾਰ ਅਤੇ ਪਟਵਾਰੀ ਬਾਬਾ ਕਾਲੂ ਜੀ ਦੇ ਸਪੁੱਤਰ ਗੁਰੂ ਨਾਨਕ ਦੋਵੇਂ ਇੱਕੋ ਪੱਧਰ ਉੱਤੇ ਮਿਲ ਕੇ ਪਿਆਰ ਨਾਲ ਹਰ ਰੋਜ਼ ਕਈ ਕਈ ਘੰਟੇ ਰੱਬ ਦੀ ਸਿਫਤ ਸਲਾਹ ਦੇ ਗੀਤ ਗਾਉਣ, ਇਸ ਦਾ ਅਸਰ ਉਹਨਾਂ ਲੋਕਾਂ ਉੱਤੇ ਪੈਣੋਂ ਰਹਿ ਨਹੀਂ ਸੀ ਸਕਦਾ। ਉਹਨਾਂ ਦਾ ਪਰਸਪਰ ਡੂੰਘਾ ਪਿਆਰ ਇੱਕ ਹੈਰਾਨ ਕਰਨ ਵਾਲੀ ਗੱਲ ਸੀ। ਇਸ ਦੀ ਮਿਕਨਾਤੀਸੀ ਖਿੱਚ ਨੇ ਇਸ ਮੇਲ ਨੂੰ ਇੱਕ ਨਿਤ ਵੱਧਦਾ ਸਤਸੰਗ ਬਣਾ ਦਿੱਤਾ, ਜਿਸ ਵਿੱਚ ਤਲਵੰਡੀ ਨਿਵਾਸੀ ਨਰਨਾਰ ਆਪ ਮੁਹਾਰੇ ਸਾਂਝੀਵਾਲ ਬਣਨ ਲੱਗ ਪਏ। ਸਿੱਖ ਇਤਿਹਾਸ ਨੇ ਸਿਰਫ ਰਾਏ ਬੁਲਾਰ ਦੀ ਸ਼ਰਧਾ ਦਾ ਹੀ ਜ਼ਿਕਰ ਕੀਤਾ ਹੈ। ਨੰਬਰ 2,
ਹਰਮ ਤੇ ਸੰਤਾਂ ਸਾਧਾਂ ਨਾਲ ਮੇਲ। ਕਾਬਲ ਵੱਲੋਂ ਆਉਂਦੇ ਪਠਾਣਾਂ ਦੇ ਹਮਲਿਆਂ ਤੋਂ ਲਾਂਭੇ ਤਲਵੰਡੀ ਚੂੜਕਾਣੇ ਦੀ ਬਾਰ ਵਿੱਚ ਆ ਅਨੇਕਾਂ ਰਮਤੇ ਸੰਤ ਸਾਧ ਟਿਕੇ ਰਹਿੰਦੇ ਸਨ। ਪੰਨਾ 27। ਇਕੱਲੇ ਦੁਕੱਲੇ ਵੀ ਤੇ ਟੋਲਿਆਂ ਵਿੱਚ ਵੀ ਆਪਣੇ ਫਸਲ ਬੰਨੇ ਉੱਤੇ ਜਾਣ ਦੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਛੋਟੀ ਉਮਰ ਤੋਂ ਹੀ ਉਹਨਾਂ ਨਾਲ ਵਾਹ ਪੈਣ ਲੱਗ ਪਿਆ ਸੀ। 7 ਸਾਲ ਅਤੇ 9 ਸਾਲ ਦੀਆਂ ਅਨੋਖੀਆਂ ਘਟਨਾਵਾਂ ਦੇ ਕਾਰਨ ਉਹਨਾਂ ਦੀ ਰੋਸ਼ਨ ਦਿਮਾਗੀ ਅਤੇ ਨਿਰਭੈਤਾ ਤਲਵੰਡੀ ਦੇ ਘਰ ਘਰ ਵਿੱਚ ਧੁੰਮ ਚੁੱਕੀ ਹੋਈ ਸੀ। ਸੰਤਾਂ ਸਾਧਾਂ ਦੇ ਨਿਰੇ ਭੇਖ ਦਾ ਪਾਜ ਵੀ ਸਤਿਗੁਰੂ ਜੀ ਨੇ ਉਸੇ ਤਰ੍ਹਾਂ ਉਘੇੜਨਾ ਸ਼ੁਰੂ ਕਰ ਦਿੱਤਾ। ਭੋਲੇ ਭਾਲੇ ਲੋਕਾਂ ਨੂੰ ਵੀ ਕੱਚ ਅਤੇ ਸੱਚ ਵਿੱਚ ਫਰਕ ਦਿਸਣ ਲੱਗ ਪਿਆ। ਕਈ ਸੰਤ ਸਾਧ ਵੀ ਅਸਲੀਅਤ ਨੂੰ ਪਛਾਣ ਕੇ ਉਹਨਾਂ ਦੇ ਹਮ ਖਿਆਲ ਬਣਦੇ ਗਏ। ਕੀਰਤਨ ਵਾਲੇ ਸਤਸੰਗ ਵਿੱਚ ਉਹਨਾਂ ਰਮਤੇ ਸੰਤਾਂ ਸਾਧਾਂ ਨੇ ਵੀ ਸਾਂਝੀਵਾਲ ਬਣਨਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਦੇਵ ਜੀ ਦਾ ਕੁਝ ਸਮਾਂ ਹਰ ਰੋਜ਼ ਵਿਚਾਰ ਚਰਚਾ ਵਿੱਚ ਖਰਚ ਹੋਣ ਲੱਗ ਪਿਆ। ਕੀਰਤਨ ਵੱਲ ਬਹੁਤੀ ਰੁਚੀ ਵੇਖ ਕੇ ਲੋਕ ਅੱਗੇ ਹੀ ਮਿੱਥ ਚੁੱਕੇ ਸਨ ਕਿ ਬਾਬਾ ਕਾਲੂ ਦਾ ਪੁੱਤਰ ਜੀ ਲਾ ਕੇ ਕਾਰ ਵਿਹਾਰ ਨਹੀਂ ਕਰਦਾ। ਹੁਣ ਸੰਤਾਂ ਸਾਧਾਂ ਨਾਲ ਬੈਠਕ ਗੋਸ਼ਟ ਵੇਖ ਕੇ ਕਮਜ਼ੋਰ ਦਿਲ ਬੰਦਿਆਂ ਨੇ ਇਹ ਦੰਦ ਕਥਾ ਚਲਾ ਦਿੱਤੀ ਕਿ ਇਹ ਬਸ ਅੱਜ ਭੜਕ ਹੀ ਚੋਗਾ ਚੌੜ ਕਰਕੇ ਸਾਧਾਂ ਨਾਲ ਚਲਾ ਜਾਵੇਗਾ। ਸਾਰੇ ਹੀ ਨਿਰੇ ਭੇਖੀ ਨਹੀਂ ਹੋਇਆ ਕਰਦੇ। ਜਿਨ੍ਹਾਂ ਸਾਧਾਂ ਨੂੰ ਗੁਰੂ ਨਾਨਕ ਦੇਵ ਜੀ ਵਾਲਾ ਜੀਵਨ ਰਾਹ ਪਸੰਦ ਆਉਣ ਲੱਗ ਪਿਆ ਉਹਨਾਂ ਨਾਲ ਸਤਿਗੁਰੂ ਜੀ ਦੀ ਦਿਲੀ ਸਾਂਝ ਬਣਨੀ ਇੱਕ ਕੁਦਰਤੀ ਖੇਡ ਸੀ। ਸਾਧ ਸਰੀਰ ਅਤੇ ਰੋਟੀ ਕੱਪੜੇ ਆਦਿਕ ਦੀਆਂ ਲੋੜਾਂ ਬਾਰੇ ਪਰ ਅਧੀਨ ਹੁੰਦੇ ਹਨ, ਪਰ ਗੁਰੂ ਨਾਨਕ ਦੇਵ ਜੀ ਆਪਣੀ ਰੋਜ਼ੀ ਆਪ ਕਮਾਉਂਦੇ ਸਨ। ਅਨੇਕਾਂ ਵਾਰੀ ਉਹ ਲੋੜਵੰਦਾਂ ਦੀਆਂ ਗਰਜ਼ਾਂ ਪੂਰੀਆਂ ਕਰ ਦਿੰਦੇ ਸਨ। ਇੱਥੋਂ ਵੀ ਲੋਕ ਇਹੀ ਸਿੱਟਾ ਕੱਢਦੇ ਗਏ ਕਿ ਕਾਲੂ ਦਾ ਪੁੱਤਰ ਘਰ ਉਜਾੜ ਰਿਹਾ ਹੈ। ਬਾਬਾ ਕਾਲੂ ਜੀ ਵੀ ਕਈ ਵਾਰ ਸਤਿਗੁਰੂ ਜੀ ਨੂੰ ਇਸ ਖੁੱਲ੍ਹ ਦਿੱਲੀ ਵੱਲੋਂ ਵਰਜਦੇ ਰਹਿੰਦੇ ਸਨ। ਸਿੱਖ ਇਤਿਹਾਸ ਨੇ ਵਨਗੀ ਵਜੋਂ 1-2 ਘਟਨਾਵਾਂ ਹੀ ਦੱਸੀਆਂ ਹਨ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਕਿਸੇ ਸਤਸੰਗੀ ਨੂੰ ਗੜਵੀ ਜਾਂ ਹੱਥ ਦੀ ਮੁੰਦਰੀ ਦਿੱਤੀ ਸੀ। ਭਾਰਤ ਦੇ ਲੋਕਾਂ ਉੱਤੇ ਬਿਬਤਾ। 11ਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਨੇ ਪੰਜਾਬ ਅਤੇ ਪੰਜਾਬ ਦੇ ਰਸਤੇ ਭਾਰਤ ਦੇ ਹੋਰ ਹਿੱਸਿਆਂ ਉੱਤੇ ਬੜੇ ਹਮਲੇ ਕੀਤੇ। ਪੰਨਾ 28। ਇਹਨਾਂ ਨਾਲ ਉਸ ਨੇ ਪੰਜਾਬ ਦੇ ਹਿੰਦੂ ਰਾਜ ਦਾ ਲੱਕ ਤੋੜ ਦਿੱਤਾ। ਮਹਿਮੂਦ ਤੋਂ ਪਿੱਛੋਂ ਭਾਰਤ ਉੱਤੇ ਮੁਸਲਮਾਨਾਂ ਲਈ ਹਮਲੇ ਕਰਨ ਦਾ ਰਾਹ ਖੁੱਲ੍ਹ ਗਿਆ। 2 ਸਦੀਆਂ ਵਿੱਚ ਹੀ ਹਿੰਦੂ ਤਾਕਤ ਕੇਵਲ ਨਾ ਮਾਤਰ ਰਹਿ ਗਈ ਅਤੇ 13ਵੀਂ ਸਦੀ ਦੇ ਸ਼ੁਰੂ ਵਿੱਚ ਮੁਸਲਿਮ ਰਾਜ ਪੱਕੇ ਪੈਰਾਂ ਉੱਤੇ ਕਾਇਮ ਹੋ ਗਿਆ। ਸੰਨ 1206 ਤੋਂ ਲੈ ਕੇ 1526 ਤੱਕ ਪਠਾਣਾ ਦੇ 5 ਖਾਨਦਾਨਾਂ ਨੇ ਇੱਥੇ ਰਾਜ ਕੀਤਾ। ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਹੋਇਆ ਤਦੋਂ ਅਖੀਰਲੇ ਲੋਧੀ ਖਾਨਦਾਨ ਦਾ ਪਹਿਲਾ ਬਾਦਸ਼ਾਹ ਬਹਿਲੋਲ ਦਿੱਲੀ ਦੇ ਤਖ਼ਤ ਉੱਤੇ ਬੈਠਾ ਹੋਇਆ ਸੀ। ਕਾਬਲ ਤੋਂ ਭਾਰਤ ਉੱਤੇ ਹਮਲੇ ਆਮ ਤੌਰ ਉੱਤੇ ਹਸਨ ਅਦਾਲ, ਭੇਰਾ, ਵਜ਼ੀਰਾਬਾਦ, ਸਿਆਲਕੋਟ, ਸੈਦਪੁਰ, ਅਹਿਮਦਾਬਾਦ ਅਤੇ ਲਾਹੌਰ ਦੇ ਰਸਤੇ ਹੀ ਹੁੰਦੇ ਰਹੇ। ਲਾਹੌਰ ਤੋਂ ਪੱਛਮ ਵੱਲ ਦਾ ਬਾਰ ਦਾ ਇਲਾਕਾ ਜਲ ਹਰਿਆਵਲਹੀਣ ਕੰਗਾਲ ਇਲਾਕਾ ਸੀ। ਉਹ ਜਰਵਾਣਿਆਂ ਦੀ ਨਜ਼ਰੋਂ ਸਦਾ ਓਹਲੇ ਹੀ ਰਿਹਾ। ਭਾਰਤ ਦੇ ਰਸਤੇ ਸੰਤ ਸਾਧ ਚੂੜਕਾਣਾ ਤਲਵੰਡੀ ਦੀ ਬਾਰ ਵਿੱਚ ਹੀ ਆ ਕੇ ਟਿਕਿਆ ਕਰਦੇ ਸਨ। ਇਹਨਾਂ ਲੋਕਾਂ ਦੀ ਰਾਹੀਂ ਹੀ ਦੇਸ਼ ਦੀ ਸਦਗਤੀ ਜਾਂ ਦੁਰਗਤੀ ਦੀਆਂ ਖਬਰਾਂ ਇੱਕ ਥਾਂ ਤੋਂ ਦੂਜੀ ਥਾਂ ਅੱਪੜਦੀਆਂ ਸਨ। ਪਰ ਜਿੱਥੇ ਜਰਵਾਣਿਆਂ ਨੇ ਪ੍ਰਿਥਵੀ ਰਾਜ ਵਰਗੇ ਸੂਰਮੇ ਰਾਜਪੂਤਾਂ ਦਾ ਘਾਣ ਕਰਕੇ ਰੱਖ ਦਿੱਤਾ, ਉੱਥੇ ਗਰੀਬ ਪਰਜਾ ਦੀ ਕੀ ਜਾ ਸੀ। ਭਾਰਤ ਵਿੱਚ ਪੈਰ ਟਿਕਾਉਂਦਿਆਂ ਹੀ ਮੁਸਲਮਾਨ ਬਾਦਸ਼ਾਹ ਨੇ ਪਹਿਲਾ ਕੰਮ ਇਹ ਕੀਤਾ
ਕਿ ਦੇਸ਼ ਦੀ ਤਕਰੀਬਨ ਸਾਰੀ ਜ਼ਰਖੇਜ਼ ਜ਼ਮੀਨ ਵੱਡੇ ਵੱਡੇ ਮੁਸਲਮਾਨਾਂ ਨੂੰ ਜ਼ਗੀਰ ਉੱਤੇ ਦੇ ਦਿੱਤੀ। ਪਰ ਜ਼ਮੀਨ ਤੋਂ ਵੀ ਪਹਿਲਾਂ ਹੱਲਾ ਹੈ ਜਰ ਅਤੇ ਜ਼ਮੀਰ ਉੱਤੇ। ਸੰਨ 1947 ਦੀ ਪੰਜਾਬ ਵੰਡ ਜਿਨ੍ਹਾਂ ਨੇ ਅੱਖੀਂ ਵੇਖੀ ਹੈ ਉਹ ਉਸ ਘੋਰ ਭਿਆਨਕ ਸਮੇਂ ਦਾ ਸਹੀ ਅੰਦਾਜ਼ਾ ਲਾ ਸਕਦੇ ਹਨ। ਗੁਰੂ ਨਾਨਕ ਦੇਵ ਜੀ ਨੂੰ ਰਮਤੇ ਸੰਤਾਂ ਸਾਧਾਂ ਨਾਲ ਜੋ ਤਲਵੰਡੀ ਦੀ ਜੂਹ ਵਿੱਚ ਆ ਕੇ ਟਿਕਿਆ ਕਰਦੇ ਸਨ, ਛੋਟੀ ਉਮਰ ਤੋਂ ਹੀ ਵਾਹ ਪੈ ਰਿਹਾ ਸੀ। ਜਨਤਾ ਉੱਤੇ ਪੈ ਰਹੀ ਬਿਪਤਾ ਦੀਆਂ ਖਬਰਾਂ ਬਾਲ ਵਰੇਸ ਤੋਂ ਹੀ ਉਹਨਾਂ ਦੇ ਕੰਨੀ ਪੈਣ ਲੱਗ ਪਈਆਂ ਸਨ। ਉਹਨਾਂ ਦੇ ਸੁਭਾਅ ਵਿੱਚ ਡੂੰਘੀ ਗੰਭੀਰਤਾ ਦਿਨੋ ਦਿਨ ਵਧਣ ਲੱਗ ਪਈ। ਜ਼ਗੀਰਾਂ ਆਦਿ ਦੇ ਲਾਲਚ ਨੇ ਅਨੇਕਾਂ ਵੱਡੇ ਵੱਡੇ ਹਿੰਦੂ ਘਰਾਣਿਆਂ ਨੂੰ ਆਪਣੇ ਧਰਮ ਤੋਂ ਥਿੜਕਾ ਦਿੱਤਾ। ਰਾਏ ਬੁਲਾਰ ਦੇ ਪਿਓ ਰਾਏ ਭੋਏ ਦੀ ਮਿਸਾਲ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਮੌਜੂਦ ਸੀ। ਪੰਨਾ 29। ਜਥੇਬੰਦ ਜਰਵਾਣਿਆਂ ਦਾ ਟਾਕਰਾ ਰਣ ਭੂਮੀ ਵਿੱਚ ਕਰਨ ਦੀ ਹਿੰਮਤ ਤਾਂ ਘੱਟ ਗਈ, ਪਰ ਹਿੰਦੂ ਜਨਤਾ ਨੇ ਆਪਣੇ ਲਈ ਕਈ ਭਾਈਚਾਰਕ ਨਿਯਮ ਨਵੇਂ ਬਣਾ ਲਏ ਜਾਂ ਪੁਰਾਣਿਆਂ ਵਿੱਚ ਤਬਦੀਲੀ ਕਰ ਲਈ। ਮੁਸਲਮਾਨਾਂ ਨਾਲ ਭਾਈਚਾਰਕ ਨਾ ਮਿਲ ਵਰਤਣ ਨੂੰ ਇਤਨੀ ਸਿਖਰ ਤੱਕ ਪਹੁੰਚਾ ਦਿੱਤਾ ਗਿਆ ਕਿ ਮਗਰੋਂ ਇਹ ਸਧਾਰਨ ਆਤਮਕ ਜੀਵਨ ਲਈ ਇੱਕ ਕੋਝਾ ਰੋਗ ਹੀ ਬਣ ਗਿਆ। ਬਹੂ ਬੇਟੀਆਂ ਦੀ ਇੱਜ਼ਤ ਦੀ ਰਾਖੀ ਲਈ ਛੋਟੀ ਉਮਰੇ ਹੀ ਵਿਆਹ ਦੇਣ ਦੇ ਰਿਵਾਜ਼ ਨੂੰ ਉਤਸ਼ਾਹਤ ਦਿੱਤਾ ਗਿਆ। ਮਰੇ ਖਸਮ ਨਾਲ ਉਸ ਦੀ ਚਿਤਾ ਉੱਤੇ ਉਸ ਦੀ ਵਿਧਵਾ ਦੇ ਸੜਨ ਦੀ ਰੀਤ ਜ਼ੋਰ ਫੜਨ ਲੱਗ ਪਈ। ਕਈ ਘਰਾਣਿਆਂ ਵਿੱਚ ਲੋਕ ਜੰਮਦੀਆਂ ਧੀਆਂ ਨੂੰ ਜਾਨੋਂ ਮਾਰਨ ਲੱਗ ਪਏ। ਜਿਉਂ ਜਿਉਂ ਗੁਰੂ ਨਾਨਕ ਦੇਵ ਜੀ ਵਡੇਰੀ ਉਮਰ ਦੇ ਹੁੰਦੇ ਗਏ ਆਪਣੇ ਸਮਾਜ ਦੀ ਇਹ ਸਾਰੀ ਨਿਗਰ ਦੀ ਦਸ਼ਾ ਮੁੜ ਮੁੜ ਉਹਨਾਂ ਦੇ ਸਾਹਮਣੇ ਆਉਣ ਲੱਗ ਪਈ। ਪਰ ਜਰਵਾਣਿਆਂ ਦੇ ਅੱਤਿਆਚਾਰਾਂ ਨਾਲੋਂ ਵਧੇਰੇ ਦਰਦਨਾਕ ਸੀ ਲਾਪਰਵਾਹੀ ਉਹਨਾਂ ਲੋਕਾਂ ਦੀ ਜੋ ਆਪਣੇ ਆਪ ਨੂੰ ਧਰਮ ਦੇ ਨੇਤਾ ਅਤੇ ਰਾਖੇ ਅਖਵਾਉਂਦੇ ਸਨ। 18-20 ਸਾਲ ਦੀ ਉਮਰ ਦੇ ਸਧਾਰਨ ਗੱਭਰੂ ਤਾਂ ਇਹ ਸਭ ਕੁਝ ਵੇਖ ਸੁਣ ਕੇ ਬੇਪਰਵਾਹ ਰਹਿ ਸਕਦੇ ਸਨ, ਪਰ ਮਨੁੱਖਤਾ ਦੇ ਸੱਚੇ ਦਰਦੀ ਗੁਰੂ ਨਾਨਕ ਦੇਵ ਜੀ ਤੋਂ ਇਸ ਭਿਆਨਕ ਦਸ਼ਾ ਨੂੰ ਆਈ ਗਈ ਕਰਨ ਦੀ ਆਸ ਨਹੀਂ ਸੀ ਹੋ ਸਕਦੀ। ਅਨੇਕਾਂ ਵਾਰੀ ਐਸਾ ਹੋਣ ਲੱਗ ਪਿਆ। ਸਤਿਗੁਰੂ ਜੀ ਕਈ ਕਈ ਘੰਟੇ ਜਨਤਾ ਉੱਤੇ ਆਈ ਇਸ ਬਿਪਤਾ ਬਾਰੇ ਸੋਚੀ ਪਏ ਰਹਿੰਦੇ ਸਨ। ਹੱਟੀ ਦਾ ਕੰਮ ਵੀ ਭੁੱਲ ਜਾਂਦਾ ਸੀ। ਬੇਦਰਦ ਲੋਕ ਕੀ ਸਮਝਣ ਉਸ ਦਿਲ ਦੀ ਪੀੜ ਜਿਹੜਾ ਆਪਣੇ ਦੇਸ਼ ਦੀ ਬੇਪਤੀ ਦੀਆਂ ਖਬਰਾਂ ਸੁਣ ਕੇ ਤੜਪ ਪੈਂਦਾ ਸੀ। ਇਸ ਗੰਭੀਰਤਾ ਅਤੇ ਦੇਸ਼ ਦੀ ਉਦਾਸੀ ਤੋਂ ਵੀ ਲੋਕ ਇਹੀ ਅੰਦਾਜ਼ੇ ਲਾਉਂਦੇ ਸਨ ਕਿ ਕਾਲੂ ਦਾ ਪੁੱਤਰ ਫਕੀਰ ਹੋਣ ਨੂੰ ਫਿਰਦਾ ਹੈ। ਪੰਨਾ 30। ਵੈਦ ਦਾ ਆਉਣਾ। ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਜਿਨ੍ਹਾਂ ਦਿਨਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਤਦੋਂ ਦਿੱਲੀ ਦੇ ਤਖ਼ਤ ਉੱਤੇ ਲੋਧੀ ਖਾਨਦਾਨ ਦਾ ਦੂਜਾ ਬਾਦਸ਼ਾਹ ਸਿਕੰਦਰ ਬੈਠਾ ਹੋਇਆ ਸੀ। ਇਸ ਨੇ ਸੰਨ 1499 ਤੋਂ 1517 ਤੱਕ ਰਾਜ ਕੀਤਾ। 17 ਫਰਵਰੀ 1517 ਨੂੰ ਆਗਰੇ ਵਿੱਚ ਇਸ ਦੀ ਮੌਤ ਹੋਈ। ਇਸ ਨੇ ਦਿੱਲੀ ਦੀ ਥਾਂ ਆਗਰੇ ਨੂੰ ਰਾਜਧਾਨੀ ਬਣਾਇਆ ਸੀ। ਇਸ ਨੇ ਜਿਤਨਾ ਚਿਰ ਰਾਜ ਕੀਤਾ ਹਿੰਦੂ ਜਨਤਾ ਉੱਤੇ ਖਾਸ ਕਰਕੇ ਬਹੁਤ ਸਖਤੀਆਂ ਕੀਤੀਆਂ। ਇਨਸਾਫ਼ ਦੀ ਵਾਗਡੋਰ ਕਾਜ਼ੀਆਂ ਦੇ ਹੱਥ ਹੁੰਦੀ ਸੀ ਜੋ ਰੱਜ ਕੇ ਰਿਸ਼ਵਤ ਲੈਂਦੇ ਸਨ। ਸੰਨ 1490 ਵਿੱਚ ਸਿਕੰਦਰ ਬਨਾਰਸ ਗਿਆ। ਕਬੀਰ ਜੀ ਬਨਾਰਸ ਦੇ ਰਹਿਣ ਵਾਲੇ ਸਨ ਅਤੇ ਉਦੋਂ ਉਹ ਬਨਾਰਸ ਵਿੱਚ ਹੀ ਸਨ। ਉਹਨਾਂ ਦੀ ਨਿਰਭੈਤਾ ਦਾ ਅੰਦਾਜ਼ਾ ਲਾਉਣਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਹਨਾਂ ਦੇ ਸ਼ਬਦ ਪੜ੍ਹ ਕੇ ਵੇਖ ਲਵੋ। ਧਰਮ ਦੀਆਂ ਦੁਕਾਨਾਂ ਲਾ ਕੇ ਜਨਤਾ ਨੂੰ ਲੁੱਟਣ ਵਾਲੇ ਬ੍ਰਾਹਮਣਾਂ ਅਤੇ ਕਾਜ਼ੀਆਂ ਦੇ ਪਖੰਡ ਉਹ ਨਿਝਾਕ ਹੋ ਕੇ ਨਸ਼ਰ ਕਰਿਆ ਕਰਦੇ ਸਨ। ਜਦੋਂ ਸਿਕੰਦਰ ਬਨਾਰਸ ਗਿਆ ਤਾਂ ਕਾਜ਼ੀਆਂ ਨੇ ਕਬੀਰ ਸਾਹਿਬ ਦੇ ਵਿਰੁੱਧ ਉਹਨਾਂ ਦੇ ਕੰਨ ਰੱਜ ਕੇ ਭਰੇ।
ਉਸ ਨੇ ਹੁਕਮ ਦਿੱਤਾ ਕਿ ਕਬੀਰ ਜੀ ਨੂੰ ਮਸਤ ਹਾਥੀ ਦੇ ਸਾਹਮਣੇ ਸੁੱਟਿਆ ਜਾਵੇ। ਇਸ ਘਟਨਾ ਦਾ ਜ਼ਿਕਰ ਕਬੀਰ ਜੀ ਨੇ ਆਪ ਵੀ ਕੀਤਾ ਹੈ ਕਿ ਮਸ਼ਕਾਂ ਬੰਨ੍ਹ ਕੇ ਉਹਨਾਂ ਨੂੰ ਹਾਥੀ ਅੱਗੇ ਸੁੱਟਿਆ ਗਿਆ ਸੀ, ਪਰ ਕੁਦਰਤ ਕਰਤਾਰ ਦੀ ਹਾਥੀ ਕਬੀਰ ਦੇ ਨੇੜੇ ਨਾ ਢੁੱਕਿਆ। ਸਿਕੰਦਰ ਨੇ ਇਹ ਸਭ ਕੁਝ ਅੱਖੀਂ ਵੇਖਿਆ, ਕਬੀਰ ਜੀ ਦੀ ਬਜ਼ੁਰਗੀ ਦਾ ਕਾਇਲ ਹੋ ਕੇ ਉਹਨਾਂ ਨੂੰ ਛੱਡ ਦਿੱਤਾ। ਸੰਤਾਂ ਸਾਧਾਂ ਰਾਹੀਂ ਇਹ ਖਬਰ ਸਾਰੇ ਭਾਰਤ ਵਿੱਚ ਖਿਲਰ ਗਈ। ਗੁਰੂ ਨਾਨਕ ਦੇਵ ਜੀ ਨੇ ਵੀ ਸੁਣੀ ਹੋਵੇਗੀ। ਇਹ ਕੋਈ ਸਧਾਰਨ ਜਿਹੀ ਗੱਲ ਨਹੀਂ ਸੀ। ਰਿਸ਼ਵਤਖੋਰ ਕਾਜ਼ੀ ਇਨਸਾਫ ਦੇ ਪਰਦੇ ਪਿੱਛੇ ਬੇਸ਼ੱਕ ਮਨ ਮੰਨੇ ਅਤਿਆਚਾਰ ਜਨਤਾ ਉੱਤੇ ਕਰੀ ਜਾਣ, ਪਰ ਜੇ ਕੋਈ ਜਨ ਸਧਾਰਨ ਜ਼ੁਬਾਨ ਖੋਲ੍ਹ ਬੈਠੇ ਤਾਂ ਉਸ ਨੂੰ ਸਖ਼ਤੀ ਨਾਲ ਦਬਾਇਆ ਜਾਂਦਾ ਸੀ। ਫਿਰ ਆਪਣੇ ਲੋਕਾਂ ਨੂੰ ਜਗਾਉਣ ਅਤੇ ਜਥੇਬੰਦ ਕਰਨ ਲਈ ਕਿਹੜਾ ਤਰੀਕਾ ਵਰਤਿਆ ਜਾਵੇ? ਸਿੱਖ ਇਤਿਹਾਸ ਅਨੁਸਾਰ 22 ਸਾਲਾਂ ਦੀ ਉਮਰੇ ਸਨ 1491 ਵਿੱਚ ਗੁਰੂ ਨਾਨਕ ਦੇਵ ਜੀ ਕਈ ਦਿਨ ਚੁੱਪ ਹੀ ਰਹੇ, ਨਾ ਅੰਨ ਹੀ ਜੇਵੇ, ਨਾ ਕਿਸੇ ਸਿਉਂ ਬੋਲੇ, ਨਾ ਬਕੇ। ਸ਼ਰੀਕੇ ਬਰਾਦਰੀ ਦੇ ਭਰਾਵਾਂ ਦੀ ਸਲਾਹ ਮਤ ਨਾਲ ਦਾਦਾ ਕਾਲੂ ਵੈਦ ਬੁਲਾਇਆ ਲੈ ਆਇਆ। ਇਹ ਸਾਖੀ ਪ੍ਰਸਿੱਧ ਹੈ। ਵੈਦ ਨੇ ਗੁਰੂ ਨਾਨਕ ਦੇਵ ਜੀ ਦਾ ਕੋਈ ਸਰੀਰਕ ਰੋਗ ਪਛਾਣਨ ਲਈ ਉਹਨਾਂ ਦੀ ਨਬਜ਼ ਨੂੰ ਹੱਥ ਪਾਇਆ, ਪਰ ਨਬਜ਼ ਚੰਗੀ ਭਲੀ ਸੀ, ਬਿਲਕੁਲ ਅਰੋਗ ਸਰੀਰ ਸੀ। ਵੈਦ ਕਿਹੜਾ ਰੋਗ ਦੱਸੇ ਅਤੇ ਕਿਹੜੀ ਦਵਾਈ ਦੇਵੇ? ਸਤਿਗੁਰੂ ਜੀ ਨੇ ਉਸ ਦੀ ਘਬਰਾਹਟ ਅਤੇ ਹੈਰਾਨੀ ਦੂਰ ਕਰਨ ਲਈ ਉਸ ਨੂੰ ਸਮਝਾਇਆ, ਤੇਰੀ ਵਿਦਿਆ ਅਤੇ ਤੇਰੀ ਮਿਹਨਤ ਇੱਥੇ ਕੋਈ ਕਾਟ ਨਹੀਂ ਕਰ ਸਕਦੀ। ਮੇਰੇ ਸਰੀਰ ਵਿੱਚ ਕੋਈ ਰੋਗ ਨਹੀਂ ਹੈ, ਹਾਂ ਦਿਲ ਵਿੱਚ ਐਸਾ ਦਰਦ ਹੈ ਜਿਸ ਦੀ ਪਛਾਣ ਤੈਨੂੰ ਨਹੀਂ। ਇਸ ਦਰਦ ਨੂੰ ਉਹੀ ਸਮਝ ਸਕਦਾ ਹੈ ਜਿਸ ਦੇ ਅੰਦਰ ਅਹਿਸਾਸ ਹੈ। ਪੰਨਾ 31। ਚੂੜਕਾਣੇ ਦਾ ਖਰਾ ਸੌਦਾ। ਗੁਰੂ ਨਾਨਕ ਦੇਵ ਜੀ ਦਾ ਹੱਟੀ ਵਪਾਰ ਦਾ ਵਿਹਾਰ ਕਾਰ ਇਸੇ ਤਰ੍ਹਾਂ 14-15 ਸਾਲ ਚੱਲਦਾ ਰਿਹਾ। ਨਾਲੋ ਨਾਲ ਭਾਈ ਮਰਦਾਨੇ ਦੀ ਮਿਲਵਰਤਨ ਦਾ ਸਦਕਾ ਰੂਹ ਦੀ ਖੁਰਾਕ ਕੀਰਤਨ ਤੋਂ ਵੀ ਖੁੰਝਾਈ ਨਾ ਹੋਈ। ਜਿਉਂ ਜਿਉਂ ਕੀਰਤਨ ਦੀ ਸ਼ੋਭਾ ਖਿਲਰਦੀ ਗਈ, ਤਿਉਂ ਤਿਉਂ ਹੋਰ ਵੀ ਕਈ ਲੋਕ ਸਤਸੰਗੀ ਬਣਦੇ ਗਏ, ਤਲਵੰਡੀ ਦੇ ਵਸਨੀਕ ਵੀ ਅਤੇ ਰਮਤੇ ਸੰਤ ਸਾਧ ਵੀ ਜੋ ਉੱਥੇ ਆ ਟਿਕਦੇ ਸਨ। ਸਤਸੰਗ ਦੀ ਸਾਂਝ ਕਰਕੇ ਸਤਿਗੁਰੂ ਜੀ ਇਹਨਾਂ ਲੋਕਾਂ ਦੀਆਂ ਭੋਜਨ ਸਾਧਨ ਆਦਿਕ ਦੀਆਂ ਜ਼ਰੂਰੀ ਲੋੜਾਂ ਵੀ ਪੂਰੀਆਂ ਕਰ ਦਿਆ ਕਰਦੇ ਸਨ। ਜਿਸ ਸਮੇਂ ਦਾ ਜ਼ਿਕਰ ਚੱਲ ਰਿਹਾ ਹੈ, ਭੋਏ ਦੀ ਅੱਤ ਕਾਣੀ ਵੰਡ ਦੇ ਕਾਰਨ ਬਹੁਤੇ ਲੋਕ ਰੋਟੀ ਕੱਪੜੇ ਤੋਂ ਆਤਰ ਹੀ ਰਹਿੰਦੇ ਸਨ। ਜੇ ਕਦੇ ਔੜ ਲੱਗ ਜਾਂਦੀ ਤਾਂ ਕਾਲ ਆਤਰ ਗਰੀਬਾਂ ਦੇ ਆਹੂ ਲਾਉਂਦਾ। ਬਾਹਰ ਵਿੱਚ ਵਾਹੀ ਖੇਤੀ ਆਮ ਤੌਰ ਉੱਤੇ ਵਰਖਾ ਦੇ ਆਸਰੇ ਹੁੰਦੀ ਸੀ, ਸੋ ਜਦੋਂ ਕਦੇ ਵਰਖਾ ਦਾ ਰੁੱਤ ਰਤਾ ਕੋ ਅੱਗੇ ਪਿੱਛੇ ਹੋ ਜਾਂਦਾ, ਉਹਨਾਂ ਗਰੀਬਾਂ ਦੇ ਭਾਅ ਦੀ ਬਣ ਜਾਂਦੀ ਸੀ। ਗੁਰੂ ਨਾਨਕ ਦੇਵ ਜੀ ਨਿਰੇ ਪਰਦੇਸੀ ਲੋੜਵੰਦਾਂ ਦੀ ਲੋੜ ਹੀ ਪੂਰੀ ਨਹੀਂ ਸਨ ਕਰਦੇ, ਆਪਣੀ ਕਮਾਈ ਵਿੱਚੋਂ ਆਪਣੇ ਚੌਗਿਰਦੇ ਦੇ ਲੋੜਵੰਦ ਗਰੀਬਾਂ ਦੀ ਬਾਂਹ ਵੀ ਫੜਿਆ ਕਰਦੇ ਸਨ। ਇਹਨਾਂ ਦਾ ਨਤੀਜਾ ਇਹ ਨਿਕਲਦਾ ਸੀ ਕਿ ਮਾਇਆ ਇੱਕ ਹੱਥ ਆ ਕੇ ਦੂਜੇ ਹੱਥ ਨਿਕਲ ਜਾਂਦੀ ਸੀ। ਬਾਬਾ ਕਾਲੂ ਜੀ ਆਪਣੇ ਪੁੱਤਰ ਦੀ ਇਸ ਕਿਰਤ ਕਮਾਈ ਉੱਤੇ ਖੁਸ਼ ਨਹੀਂ ਸਨ। ਪੰਨਾ 32। ਕਈ ਸਿੱਖ ਇਤਿਹਾਸਕਾਰਾਂ ਨੇ ਖਰੇ ਸੌਦੇ ਦੀ ਸਾਖੀ ਲਿਖੀ ਹੈ ਜੋ ਸਿੱਖ ਕੌਮ ਵਿੱਚ ਬੜੀ ਹੀ ਪ੍ਰਸਿੱਧ ਹੈ। ਜਦੋਂ ਦੀ ਇਹ ਵਾਰਤਾ ਹੈ ਤਦੋਂ ਸਤਿਗੁਰੂ ਨਾਨਕ ਦੇਵ ਜੀ ਦੀ ਉਮਰ 34-35 ਸਾਲਾਂ ਦੀ ਸੀ। ਹੱਟੀ ਵਾਸਤੇ ਸੌਦਾ ਖਰੀਦਣ ਲਈ ਚੂੜਕਾਣੇ ਨੂੰ ਚੱਲ ਪਏ। ਤਲਵੰਡੀਓ ਸਭ ਤੋਂ ਨੇੜੇ ਵੱਡਾ ਨਗਰ ਇਹੀ ਸੀ। ਭਾਈ ਮਰਦਾਨਾ ਜੀ ਵੀ ਨਾਲ ਸੀ। ਜਦੋਂ ਕਦੇ ਸੌਦਾ ਖਰੀਦਣ ਦੇ ਕੰਮ ਤਲਵੰਡੀ ਤੋਂ ਬਾਹਰ ਜਾਂਦੇ ਸਨ, ਮਰਦਾਨਾ ਸਦਾ ਨਾਲ ਹੁੰਦਾ ਸੀ, ਕਿਉਂਕਿ ਕੀਰਤਨ ਵੱਲੋਂ ਨਾਗਾ ਗੁਰੂ ਨਾਨਕ ਦੇਵ ਜੀ ਵਾਸਤੇ ਅਸਹਿ ਹੋ ਚੁੱਕਾ ਸੀ।
34 35 ਸਾਲਾਂ ਦੀ ਉਮਰ ਤੱਕ ਸੌਦਾ ਪੱਤਾ ਖਰੀਦਣ ਵੇਚਣ ਵਾਲੇ ਦਾ ਆਪਣਾ ਤਜਰਬਾ ਇਤਨਾ ਹੋ ਜਾਂਦਾ ਹੈ ਕਿ ਉਸ ਨੂੰ ਕਿਸੇ ਦੀ ਸਿੱਖ ਮਤ ਦੀ ਲੋੜ ਨਹੀਂ ਪੈਂਦੀ। ਪਰ ਮਾਪੇ ਸੁਭਾਵਕ ਹੀ ਆਪਣੇ ਜਵਾਨ ਪੁੱਤਰਾਂ ਨੂੰ ਵੀ ਕਈ ਵਾਰੀ ਤੁਰਨ ਲੱਗਿਆਂ ਕੋਈ ਨਾ ਕੋਈ ਸਿੱਖਿਆ ਦੇ ਹੀ ਦਿੰਦੇ ਹਨ। ਸਾਖੀਕਾਰ ਲਿਖਦੇ ਹਨ ਕਿ ਜਦੋਂ ਗੁਰੂ ਨਾਨਕ ਦੇਵ ਜੀ ਚੂੜਕਾਣੇ ਨੂੰ ਤੁਰਨ ਲੱਗੇ ਤਾਂ ਉਹਨਾਂ ਦੇ ਪਿਤਾ ਬਾਬਾ ਕਾਲੂ ਜੀ ਨੇ ਸੁਚੇਤ ਕਰਨ ਲਈ ਉਹਨਾਂ ਨੂੰ ਆਖਿਆ ਕਿ ਮਾਲ ਧਿਆਨ ਨਾਲ ਖਰੀਦਣਾ, ਖਰਾ ਹੋਵੇ ਤਾਂ ਜੋ ਲਾਹੇਵੰਦਾ ਹੋ ਸਕੇ। ਇਹ ਜ਼ਿਕਰ ਸੰਨ 1503-4 ਦਾ ਹੈ। ਸਿਕੰਦਰ ਲੋਧੀ ਦਾ ਰਾਜ ਸੀ। ਉਸ ਨੇ ਦਿੱਲੀ ਦੀ ਥਾਂ ਆਗਰੇ ਨੂੰ ਰਾਜਧਾਨੀ ਬਣਾ ਲਿਆ ਸੀ ਕਿਉਂਕਿ ਉਸ ਦਾ ਸਾਰਾ ਧਿਆਨ ਬਿਹਾਰ ਵੱਲ ਸੀ, ਜਿਸ ਨੂੰ ਉਸ ਨੇ ਫਤਿਹ ਕਰਕੇ ਆਪਣੇ ਰਾਜ ਵਿੱਚ ਰਲਾ ਰਿਹਾ ਸੀ। ਪੰਜਾਬ ਦੇ ਜਗੀਰਦਾਰ ਇਸ ਗੱਲੋਂ ਖੁਸ਼ ਸਨ ਕਿ ਬਾਦਸ਼ਾਹ ਉਹਨਾਂ ਤੋਂ ਦੂਰ ਪਰੇ ਗਿਆ ਹੋਇਆ ਹੈ। ਹਿੰਦੂ ਸਿਕੰਦਰ ਦੇ ਹੱਥੋਂ ਤੰਗ ਸਨ ਹੀ ਪੰਜਾਬ ਦੇ ਹਾਲਾਤ ਅਟਕਵੇਂ ਜਿਹੇ ਹੋ ਗਏ। ਔੜ ਦੇ ਕਾਰਨ ਗਰੀਬਾਂ ਦਾ ਹੱਥ ਕਾਫੀ ਤੰਗ ਹੋ ਗਿਆ ਅਤੇ ਸੰਤਾਂ ਸਾਧਾਂ ਦੀ ਸੇਵਾ ਵੀ ਘੱਟ ਗਈ। ਗੁਰੂ ਨਾਨਕ ਦੇਵ ਜੀ ਘਰੋਂ 20 ਰੁਪਏ ਲੈ ਕੇ ਤੁਰੇ ਸਨ। ਭਾਵੇਂ ਕਾਲ ਜਿਹੀ ਹਾਲਤ ਸੀ, ਫਿਰ ਵੀ ਉਸ ਜ਼ਮਾਨੇ ਦੇ 20 ਰੁਪਏ ਅੱਜ ਕੱਲ੍ਹ ਦੇ 2000 ਨਾਲੋਂ ਚੰਗੇ ਸਨ। ਅੰਨ ਦੇ ਕਾਲ ਸਮੇਂ ਪਿੰਡਾਂ ਨਾਲੋਂ ਸ਼ਹਿਰਾਂ ਨਗਰਾਂ ਦੀ ਹਾਲਤ ਵਧੇਰੇ ਖਰਾਬ ਹੋ ਜਾਂਦੀ ਹੈ। ਤਲਵੰਡੀ ਤੋਂ ਵਾਪਸ ਆਉਂਦੇ ਸੰਤਾਂ ਦੀ ਇੱਕ ਮੰਡਲੀ ਚੂੜਕਾਣੇ ਟਿਕੀ ਹੋਈ ਗੁਰੂ ਨਾਨਕ ਦੇਵ ਜੀ ਨੂੰ ਮਿਲ ਪਈ। ਉਹਨਾਂ ਵਿੱਚ ਕਈ ਅੱਗੇ ਹੀ ਸਤਿਗੁਰੂ ਜੀ ਦੇ ਸਤ ਸੰਗੀ ਵਾਕਫ ਬਣ ਚੁੱਕੇ ਸਨ। ਇੱਕ ਦੋ ਦਿਨਾਂ ਤੋਂ ਇਹਨਾਂ ਦੀ ਅੰਨ ਪਾਣੀ ਬਾਰੇ ਕਿਸੇ ਬਾਤ ਨਹੀਂ ਸੀ ਪੁੱਛੀ। ਸਤਿਗੁਰੂ ਜੀ ਨੇ ਉਹਨਾਂ ਵਾਸਤੇ ਲੰਗਰ ਦਾ ਪ੍ਰਬੰਧ ਕਰ ਦਿੱਤਾ। ਕਈਆਂ ਨੂੰ ਵਸਤਰ ਆਦਿਕ ਵੀ ਲੋੜ ਸੀ। ਲੰਗਰ ਖੋਲ੍ਹਣ ਉੱਤੇ ਹੋਰ ਵੀ ਕਈ ਗਰੀਬ ਆ ਪਹੁੰਚੇ। 20 ਰੁਪਇਆਂ ਦੀ ਸਾਰੀ ਰਕਮ ਇਸ ਕੰਮ ਉੱਤੇ ਖਰਚ ਹੋ ਗਈ। ਗੁਰੂ ਨਾਨਕ ਦੇਵ ਜੀ ਵਾਸਤੇ ਇਹ ਇੱਕ ਸਧਾਰਨ ਜਿਹਾ ਕੰਮ ਸੀ। ਆਪਣੀ ਕਮਾਈ ਵਿੱਚੋਂ ਉਹ ਸਦਾ ਲੋੜਵੰਦਾਂ ਦੀ ਮਦਦ ਕਰਦੇ ਚੱਲੇ ਆ ਰਹੇ ਸਨ, ਪਰ ਇਸ ਵਾਰ ਰਕਮ ਬਹੁਤ ਵਧੀ ਖਰਚ ਹੋ ਗਈ। ਸਖੀ ਦਿਲ ਕਮਾਊ ਲਈ ਮਾਇਆ ਹੱਥਾਂ ਦੀ ਮੈਲ ਹੈ। ਪਰ ਬਾਬਾ ਕਾਲੂ ਜੀ ਨੂੰ ਸਤਿਗੁਰੂ ਜੀ ਦੀ ਇਤਨੀ ਖੁੱਲ੍ਹ ਦਿਲੀ ਉੱਤੇ ਬੜਾ ਗੁੱਸਾ ਆਇਆ। ਪੁੱਤਰ ਭਾਵੇਂ ਕਿਤਨਾ ਵੱਡਾ ਕਮਾਊ ਅਤੇ ਸਿਆਣਾ ਹੋ ਜਾਵੇ, ਪਿਓ ਦੀਆਂ ਨਜ਼ਰਾਂ ਵਿੱਚ ਉਹ ਬਾਲ ਹੀ ਹੁੰਦਾ ਹੈ। ਬਾਬਾ ਕਾਲੂ ਜੀ ਬਹੁਤ ਨਾਰਾਜ਼ ਹੋਏ। ਉਹਨਾਂ ਦੀਆਂ ਇਹ ਆਸਾਂ ਮੁੱਕ ਗਈਆਂ ਕਿ ਉਹਨਾਂ ਦਾ ਪੁੱਤਰ ਕਦੇ ਖੱਟ ਕਮਾ ਕੇ ਦੁਨੀਆਦਾਰਾਂ ਵਾਲਾ ਨਾਮਣਾ ਖੱਟੇਗਾ। ਆਖਰ ਦੁਨੀਆਂ ਵਿੱਚ ਧਨ ਨੂੰ ਹੀ ਮਾਣ ਮਿਲਦਾ ਹੈ। ਧਨੀ ਹੀ ਖਾਨਦਾਨੀ, ਧਨੀ ਹੀ ਅਕਲ ਵਾਲਾ, ਧਨੀ ਹੀ ਸ਼ਰੀਫ ਅਤੇ ਇਮਾਨਦਾਰ, ਧਨੀ ਹੀ ਧਰਮੀ ਅਤੇ ਧਨੀ ਹੀ ਦਾਨੀ। ਗੁਰੂ ਨਾਨਕ ਦੇਵ ਜੀ ਬਾਬਾ ਕਾਲੂ ਦੇ ਮਨੋਂ ਚੜ੍ਹ ਗਏ। ਇਹ ਖਬਰ ਬੀਬੀ ਨਾਨਕੀ ਅਤੇ ਭਾਈ ਜੈ ਰਾਮ ਜੀ ਨੂੰ ਵੀ ਅੱਪੜ ਗਈ। ਭਾਈ ਜੈ ਰਾਮ ਜੀ ਦਾ ਸੁਲਤਾਨਪੁਰ ਦੇ ਨਵਾਬ ਦੌਲਤ ਖਾਨ ਨਾਲ ਬੜਾ ਅਸਰ ਰਸੂਖ ਸੀ। ਉਹਨਾਂ ਨੇ ਨਵਾਬ ਨੂੰ ਪ੍ਰੇਰਿਆ ਕਿ ਗੁਰੂ ਨਾਨਕ ਨੂੰ ਆਪਣਾ ਮੋਦੀ ਬਣਾ ਲਏ। ਆਪ ਪੁੱਜ ਕੇ ਇਮਾਨਦਾਰ ਅਤੇ ਮਿਹਨਤੀ ਸਨ ਅਤੇ ਜੇ ਪਿਤਾ ਜੀ ਨੂੰ ਦੁੱਖ ਸੀ ਤਾਂ ਇਹੀ ਕਿ ਉਹ ਆਪਣੀ ਕਮਾਈ ਗਰੀਬਾਂ ਨੂੰ ਕਿਉਂ ਖਵਾਉਂਦੇ ਹਨ। ਸਾਰੇ ਮਹਿਕਮਿਆਂ ਵਿੱਚ ਮਿਹਨਤੀ ਅਤੇ ਇਮਾਨਦਾਰ ਕਰਮਚਾਰੀ ਕਿਤੇ ਭਾਗਾਂ ਨਾਲ ਲੱਭਦੇ ਹਨ। ਸੋ ਨਵਾਬ ਤੁਰੰਤ ਮੰਨ ਗਿਆ। ਭਾਈ ਜੈ ਰਾਮ ਜੀ ਨੇ ਬਾਬਾ ਕਾਲੂ ਜੀ ਅਤੇ ਗੁਰੂ ਨਾਨਕ ਜੀ ਨੂੰ ਸੁਨੇਹਾ ਭੇਜ ਦਿੱਤਾ। ਪੰਨਾ 34 ਸੁਲਤਾਨਪੁਰ ਨਵਾਬ ਦੇ ਮੋਦੀ ਸੁਲਤਾਨਪੁਰ ਨੂੰ। ਜਦੋਂ ਭਾਈ ਜੈ ਰਾਮ ਨੇ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਆਉਣ ਲਈ ਸੁਨੇਹਾ ਭੇਜਿਆ ਤਾਂ ਉਹਨਾਂ ਦੀ ਉਮਰ ਉਸ ਵੇਲੇ 35 ਸਾਲ 6.5 ਮਹੀਨੇ ਸੀ। ਇੱਕ ਜਨਮ ਸਾਖੀ ਵਾਲਾ ਲਿਖਦਾ ਹੈ, 35 ਬਰਸਾਂ ਕਾ ਅਰਸ਼ਾਂ ਸਾਢਿਆਂ
महा का जब हुआ तब आए जय राम को मिले। सो ये जिक्र तकरीबन चार मगर सम्मत 1561 का है। ईस्वी सन अनुसार तकरीबन 30 अक्टूबर 1504 सी। सुल्तानपुर कपूरथले तो 16 मील दक्षण पासे है। 11वीं सदी विच महमूद गजनवी दे फौजदार सुल्तान खान लोधी ने यह नगर वसाया सी। उस वेले तक सतगुरु जी दे घर दोवें साहबजादे बाबा श्री चंद ते बाबा लखमीदास जी पैदा हो चुके सन। सिख इतिहास अनुसार बाबा श्री चंद जी का जन्म भादरों सुदी 9 संमत 1551 अगस्त सन 1494 नूं होया सी। अते बाबा लखमीदास जी का 29 फगण संमत 1553 नूं मार्च 1497 तलवंडी तो तुरन लग्या। गुरु नानक देव जी ने भाई मरदाने नूं अपने नाल लै लिया। मरदाना भी सतगुरु जी तो बिना नहीं सी रह सकदा। 17-18 सालां दी अत नेड़ दी प्रीत बन चुकी सी। साथ छड्डदा भी किवें, बाकी लोकां दीआं नज़रां विच मरदाना एक गरीब मरासी ही सी। सावी मनुखता वाला सलूक उस नूं सिर्फ सतगुरु जी तो ही मिल रहा सी। पन्ना 35। गुरू साहब परिवार नूं अपने माता पिता पास ही छड्ड आए। बाबा श्री चंद जी की उम्र उस वेले 10 सालां दी सी अते बाबा लखमीदास जी की 7 सालां दी। मोदीखाना उस समय किसान लोग सरकारी मामला आम तौर पर जिनस विच दिया करते सन। सरकारी मुलाजमान तनखाह का बहुता हिस्सा इसे जिनस विचों मिलता सी। मुलाजमान नूं इह जिनस तोल के देनी दिवाणी मोदी की जिम्मेवारी होंदी सी। वध रही जिनस वेच के रुपया सरकारी खजाने विच जमा करवाउणा हुंदा सी। सारा सरकारी कामकार इसे महकमे दे आसरे सी। मोदी का अहुदा बड़ी भारी जिम्मेवारी का सी। इस अहुदे उत्ते किसी मन्ने परमन्ने ईमानदार आदमी की लोड़ हुंदी सी, जो ना सरकार नाल अते ना ही मुलाजमां अते होर गाहकां नाल घट वध तोलण की ठगी करे। नवाब दौलत खां ने भाई जय राम जी की सिफारिश से गुरु नानक देव जी नूं मोदी के अहुदे ते रख लिया। सन 1504 दे नवंबर का महीना शुरू सी। रोजाना किरिया जिवें तलवंडी विच रहिंदिआं गुरु नानक देव जी भाई मरदाने नाल मिल के अमृत वेले तो दिन चढ़े तक कीर्तन करते सन। हट्टी पट्टी तो वेले हो के तीजे चौथे पैर अते रात नूं सौण तो पहला फिर कीर्तन का आहार रखते सन। उस तरह सुल्तानपुर जाके भी अकाल पुरख की सिफत सलाह वाली एक कार जारी रही। वेई नदी सुल्तानपुर दे कोल दी वगदी सी। वेई नाम दीआं नदियां दो हन, काली वेई ते चिट्टी वेई। काली वेई जिला हुशियारपुर की तहसील दसूहा पिंड टेरकेआणा छंभ विचों निकल के पुरानी रियासत कपूरथले दे इलाके विचों लंघदी होई सुल्तानपुरों अगां जा के सतलुज विच हरीके पत्तण तो 10 कु मील उपरले पासे मिल जाती है। गुरू साहब सवा पहर रात रहिंदी उठ के काली वेई विच इशनान करदे अते फिर भाई मरदाने नाल रल के कीर्तन विच जुड़दे सन। इत्थे भी कई सतसंगी बन गए। दिनों दिन सतसंग रौनक फड़दा गया। इत्थे सतसंग की बरकत नाल पिंड मैलसियां दे नंबड़दार भाई भगीरथ ने दुर्गा की पूजा छड़ के सिख धर्म ग्रहण किया सी। गुरु नानक देव जी दे सिखां विचों एक तुरने सिर सिख होया है। मोदी दी कार।
ਜਿਸ ਕਿਸੇ ਨੂੰ ਕਦੇ ਕਚਹਿਰੀਆਂ ਜਾਂ ਮਾਲ ਦੇ ਮਹਿਕਮੇ ਵਾਲਿਆਂ ਨਾਲ ਵਾਹ ਪਿਆ ਹੈ, ਉਹ ਜਾਣਦਾ ਹੈ ਕਿ ਇੰਨੀ ਥਾਈਂ ਰਿਸ਼ਵਤ ਆਦਿਕ ਦਾ ਬੜਾ ਜ਼ੋਰ ਹੁੰਦਾ ਹੈ। ਕੋਈ ਵਿਰਲਾ ਹੀ ਹੁੰਦਾ ਹੈ ਜੋ ਇਸ ਬੁਰਾਈ ਤੋਂ ਬਚਿਆ ਰਹੇ। ਇਮਾਨਦਾਰ ਮਨੁੱਖ ਨਿਰੀ ਮਾਇਕ ਆਮਦਨ ਨੂੰ ਹੀ ਲੱਤ ਨਹੀਂ ਮਾਰਦਾ, ਉਸ ਨੂੰ ਅਨੇਕਾਂ ਵਿਰੋਧੀਆਂ ਨਾਲ ਵੀ ਟਾਕਰਾ ਕਰਨਾ ਪੈਂਦਾ ਹੈ। ਰਿਸ਼ਵਤਖੋਰ ਕਰਮਚਾਰੀ ਆਪਣੇ ਆਪਣੇ ਮਹਿਕਮੇ ਵਿੱਚੋਂ ਇਮਾਨਦਾਰ ਮੁਲਾਜ਼ਮਾਂ ਦਾ ਕੰਡਾ ਕਿਸੇ ਨਾ ਕਿਸੇ ਤਰੀਕੇ ਨਾਲ ਕੱਢਣ ਦਾ ਯਤਨ ਕਰਦੇ ਰਹਿੰਦੇ ਹਨ। ਰਿਸ਼ਵਤ ਦੇਣ ਦਿਵਾਣ ਵਾਲਿਆਂ ਨੂੰ ਵੀ ਇਮਾਨਦਾਰ ਮੁਲਾਜ਼ਮ ਪਸੰਦ ਨਹੀਂ ਆਉਂਦਾ, ਕਿਉਂਕਿ ਉਹਨਾਂ ਦੇ ਕਈ ਯੋਗ ਅਯੋਗ ਕੰਮ ਰੁਕ ਜਾਂਦੇ ਹਨ। ਪਰ ਆਮ ਜਨਤਾ ਨੂੰ ਇਮਾਨਦਾਰ ਮੁਲਾਜ਼ਮ ਬੜਾ ਪਿਆਰਾ ਲੱਗਦਾ ਹੈ। ਗੁਰੂ ਨਾਨਕ ਦੇਵ ਜੀ ਬਾਰੇ ਜਨਮ ਸਾਖੀ ਵਾਲਾ ਲਿਖਦਾ ਹੈ, ਐਸਾ ਕੰਮ ਕਰਨ ਜੋ ਸਭ ਕੋਈ ਖੁਸ਼ੀ ਹੋਵੇ, ਸਭ ਲੋਕ ਆਖਣ ਜੋ ਵਾਹ ਵਾਹ ਕੋਈ ਭਲਾ ਹੈ, ਸਭ ਕੋ ਖਾਨ ਆਗੇ ਸਿਫਾਰਿਸ਼ ਕਰੇ, ਖਾਨ ਬਹੁਤ ਖੁਸ਼ੀ ਹੋਵਾ। ਗਰੀਬਾਂ ਲੋੜਵੰਦਾਂ ਦੀ ਸਹਾਇਤਾ, ਤਲਵੰਡੀ ਵਾਂਗ ਇੱਥੇ ਵੀ ਆਪਣੀ ਕਮਾਈ ਵਿੱਚੋਂ ਗੁਰੂ ਨਾਨਕ ਦੇਵ ਜੀ ਖੁੱਲ੍ਹੇ ਦਿਲ ਗਰੀਬਾਂ ਲੋੜਵੰਦਾਂ ਦੀ ਮਦਦ ਕਰਦੇ ਰਹੇ। ਸਿੱਖ ਇਤਿਹਾਸ ਨੇ ਵਨਗੀ ਵਜੋਂ ਇੱਕ ਸਾਖੀ ਦਿੱਤੀ ਹੈ, ਇਹ ਸੁਣ ਕੇ ਨਵਾਬ ਦਾ ਮੋਦੀ ਗਰੀਬਾਂ ਨਾਲ ਬੜਾ ਦਰਦ ਵੰਡਦਾ ਹੈ। ਇੱਕ ਗਰੀਬ ਬ੍ਰਾਹਮਣ ਨੇ ਆ ਕੇ ਬੇਨਤੀ ਕੀਤੀ ਕਿ ਮੇਰੀ ਜਵਾਨ ਲੜਕੀ ਵਿਆਹੁਣ ਯੋਗ ਹੋ ਗਈ ਹੈ, ਪਰ ਮੇਰੇ ਪੱਲੇ ਕੁਝ ਨਹੀਂ। ਪੰਨਾ 37। ਵਿਆਹ ਵਿੱਚ ਜੋ ਜੋ ਕੁਝ ਚਾਹੀਦਾ ਸੀ ਗੁਰੂ ਨਾਨਕ ਦੇਵ ਜੀ ਨੇ ਉਸ ਦੀ ਸੂਚੀ ਤਿਆਰ ਕਰਾਈ। ਕੁਝ ਸਮਾਨ ਐਸਾ ਸੀ ਜਿਸ ਦੇ ਖਰੀਦਣ ਲਈ ਲਾਹੌਰ ਜਾਣ ਦੀ ਲੋੜ ਪੈ ਗਈ। ਸੁਲਤਾਨਪੁਰ ਦਾ ਬਹੁਤਾ ਵਣਜ ਵਪਾਰ ਲਾਹੌਰ ਨਾਲ ਹੀ ਹੁੰਦਾ ਸੀ। ਸੁਲਤਾਨਪੁਰ ਦੇ ਰਾਜਸੀ ਸੰਬੰਧ ਲਾਹੌਰ ਨਾਲ ਸਨ। ਲਾਹੌਰ ਦਾ ਗਵਰਨਰ ਤਾਤਾਰ ਖਾਨ ਲੋਧੀ ਨਵਾਬ ਦੌਲਤ ਖਾਂ ਦਾ ਪਿਓ ਸੀ। ਗੁਰੂ ਨਾਨਕ ਦੇਵ ਜੀ ਨੇ ਭਾਗੀਰਥ ਨੂੰ ਗਰੀਬ ਬ੍ਰਾਹਮਣ ਦੀ ਲੜਕੀ ਦੇ ਵਿਆਹ ਦੀ ਸਮੱਗਰੀ ਖਰੀਦਣ ਲਈ ਲਾਹੌਰ ਭੇਜਿਆ, ਜੋ ਉੱਥੋਂ ਦੇ ਇੱਕ ਵਪਾਰੀ ਮਨਸੁੱਖ ਨੂੰ ਜਾ ਮਿਲਿਆ। ਦੀਵੇ ਤੋਂ ਦੀਵਾ। ਮਨਸੁੱਖ ਨੂੰ ਭਾਈ ਭਾਗੀਰਥ ਦੇ ਜੀਵਨ ਵਿੱਚ ਕੋਈ ਐਸੀ ਸਵਾਦ ਦੀ ਖਿੱਚ ਜਾਪੀ ਕਿ ਉਸ ਪਾਸੋਂ ਗੁਰੂ ਨਾਨਕ ਦੇਵ ਜੀ ਦੀ ਸ਼ੋਭਾ ਵਡਿਆਈ ਸੁਣ ਕੇ ਉਹ ਵੀ ਉਸ ਦੇ ਨਾਲ ਸਤਿਗੁਰ ਜੀ ਦੇ ਦਰਸ਼ਨ ਕਰਨ ਲਈ ਸੁਲਤਾਨਪੁਰ ਆ ਗਿਆ। ਪਹਿਲਾਂ ਉਸ ਦੇ ਮਨ ਵਿੱਚ ਇਹ ਗੰਢ ਬੱਝੀ ਹੋਈ ਸੀ ਕਿ ਸਭ ਸੰਤਾਂ ਸਾਧਾਂ ਠੱਗੀ ਚਲਾਈ ਹੋਈ ਹੈ, ਸੱਚਾਈ ਕਿਤੇ ਨਹੀਂ। ਪਰ ਗੁਰੂ ਨਾਨਕ ਦੇਵ ਜੀ ਦੀ ਰੋਜ਼ਾਨਾ ਜੀਵਨ ਮਰਿਆਦਾ, ਰਹਿਣੀ ਬਹਿਣੀ, ਕਿਰਤਕਾਰ ਅਤੇ ਗਰੀਬ ਪਰਵਰੀ ਵੇਖ ਕੇ ਮਨਸੁੱਖ ਦਾ ਮਨ ਭਤੀਜ ਗਿਆ। ਕੁਝ ਸਮਾਂ ਸੁਲਤਾਨਪੁਰ ਰਹਿ ਕੇ ਸਤਸੰਗ ਵਿੱਚ ਸਿੱਖੀ ਜੀਵਨ ਦਾ ਰਸਤਾ ਦ੍ਰਿੜ ਕਰਕੇ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਮੁੜ ਆਪਣੇ ਕਾਰ ਵਿਹਾਰ ਵਿੱਚ ਜਾ ਲੱਗਾ। ਮਨਸੁੱਖ ਵਪਾਰ ਦਾ ਕੰਮ ਕਰਦਾ ਸੀ ਅਤੇ ਦੂਰ ਦੂਰ ਦੇ ਸ਼ਹਿਰਾਂ ਅਤੇ ਦੇਸ਼ਾਂ ਵਿੱਚ ਇਸ ਦਾ ਆਉਣ ਜਾਣ ਸੀ। ਸਿੱਖ ਇਤਿਹਾਸ ਅਨੁਸਾਰ ਮਨਸੁੱਖ ਸਿੰਗਲਾ ਦੀ ਵੀ ਜਾਇਆ ਕਰਦਾ ਸੀ। ਕੁਦਰਤ ਦਾ ਨਿਯਮ ਹੈ ਕਿ ਕਿਸੇ ਦੇ ਉੱਚੇ ਜੀਵਨ ਤੋਂ ਹੀ ਨੀਵਾਂ ਸੁਚੱਜਾ ਜੀਵਨ ਬਣਦਾ ਹੈ। ਮਨਸੁੱਖ ਕਈ ਵਾਰ ਵਪਾਰ ਦੇ ਸੰਬੰਧ ਵਿੱਚ ਸਿੰਗਲਾ ਦੀ ਜਾ ਚੁੱਕਿਆ ਸੀ। ਅਨੇਕਾਂ ਵਪਾਰੀ ਅਤੇ ਲੰਕਾ ਨਿਵਾਸੀ ਉਸ ਦੇ ਜਾਣੂ ਪਛਾਣੂ ਬਣ ਚੁੱਕੇ ਸਨ। ਸਿੰਗਲਾਦੀਪ ਦੇ ਇੱਕ ਰਾਜੇ ਸ਼ਿਵਨਾਭ ਨਾਲ ਵੀ ਉਸ ਦੀ ਡੂੰਘੀ ਸਾਂਝ ਸੀ। ਗੁਰੂ ਨਾਨਕ ਦੇਵ ਜੀ ਤੋਂ ਨਵਾਂ ਜੀਵਨ ਲੈ ਕੇ ਜਦੋਂ ਮਨਸੁੱਖ ਸਿੰਗਲਾਦੀਪ ਗਿਆ ਤਾਂ ਉਸ ਦੇ ਪੁਰਾਣੇ ਜਾਣੂ ਪਛਾਣੂ, ਉਸ ਦੀ ਨਵੀਂ ਰਹਿਣੀ ਬਹਿਣੀ, ਉਸ ਦੇ ਨਵੇਂ ਸੁਭਾਅ, ਉਸ ਦੇ ਨਵੇਂ ਸੁੱਚੇ ਵਣਜ ਵਪਾਰ ਨੂੰ ਤੱਕ ਕੇ ਬੜੇ ਹੈਰਾਨ ਹੋਏ। ਕਈ ਸੰਘਾਲੀ ਲੋਕ ਸਤਸੰਗ ਦੇ ਆਸਰੇ ਗੁਰੂ ਨਾਨਕ ਦੇਵ ਜੀ ਦੇ ਨਾਮ ਲੇਵਾ ਬਣੇ। ਰਾਜਾ ਸ਼ਿਵਨਾਭ ਵੀ ਗੁਰੂ ਚਰਨਾਂ ਦਾ ਭੌਰਾ ਬਣਿਆ। ਮਨਸੁੱਖ ਸੰਨ 1506-7 ਵਿੱਚ
ਸਿੰਗਲਾ ਦੀ ਬਗਿਆ ਸੀ। ਪੰਨਾ 38। ਪਰਿਵਾਰ ਸੁਲਤਾਨਪੁਰ ਵਿੱਚ। ਸੁਲਤਾਨਪੁਰ ਵਿੱਚ ਕੁਝ ਦਿਨ ਸਤਿਗੁਰੂ ਜੀ ਨੇ ਰੋਟੀ ਦਾ ਪ੍ਰਬੰਧ ਵੱਡੀ ਭੈਣ ਜੀ ਦੇ ਘਰ ਹੀ ਰੱਖਿਆ, ਫਿਰ ਆਪਣੇ ਪਰਿਵਾਰ ਨੂੰ ਤਲਵੰਡੀ ਤੋਂ ਮੰਗਾ ਲਿਆ। ਸਤਿਸੰਗ ਦੇ ਵਧਣ ਨਾਲ ਕਈ ਸਤਸੰਗੀਆਂ ਨੂੰ ਅਤੇ ਦੂਰੋਂ ਨੇੜਿਓਂ ਆਏ ਲੋੜਵੰਦਾਂ ਨੂੰ ਪ੍ਰਸ਼ਾਦਾ ਛਕਾਉਣਾ ਗੁਰੂ ਨਾਨਕ ਦੇਵ ਜੀ ਦੀ ਨਿੱਤ ਦੀ ਕਾਰ ਸੀ। ਇਤਨੇ ਕੰਮ ਦਾ ਭਾਰ ਬਹੁਤਾ ਚਿਰ ਭੈਣ ਉੱਤੇ ਨਹੀਂ ਸੀ ਪਾਇਆ ਜਾ ਸਕਦਾ। ਸਤਿਗੁਰੂ ਜੀ ਦੇ ਮਾਤਾ ਪਿਤਾ ਤਲਵੰਡੀ ਹੀ ਰਹੇ। ਚੁਗਲੀਆਂ। ਥੋੜ੍ਹੇ ਹੀ ਮਹੀਨਿਆਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਖੁੱਲ੍ਹ ਦਿਲੀ ਅਤੇ ਗਰੀਬ ਪਰਵਰੀ ਦੀ ਸ਼ੋਭਾ ਚੁਫੇਰੇ ਦੂਰ ਦੂਰ ਤੱਕ ਫੈਲ ਗਈ। ਨਵਾਬ ਦੌਲਤ ਖਾਂ ਦੇ ਰਿਸ਼ਵਤਖੋਰ ਕਰਮਚਾਰੀਆਂ ਨੇ ਉਸ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਨਵਾਂ ਮੋਦੀ ਸਰਕਾਰੀ ਮੋਦੀਖਾਨਾ ਲੁਟਾਈ ਜਾ ਰਿਹਾ ਹੈ। ਇਹ ਚੁਗਲੀਆਂ ਸੁਣ ਕੇ ਨਵਾਬ ਨੂੰ ਕਈ ਵਾਰੀ ਹੌਲ ਵੀ ਪੈਂਦੇ ਹੋਣਗੇ, ਪਰ ਜਦੋਂ ਉਹ ਗੁਰੂ ਨਾਨਕ ਦੇਵ ਜੀ ਦੇ ਸੁੱਚੇ ਜੀਵਨ ਨੂੰ ਦੇਖਦਾ ਸੀ ਤਾਂ ਉਸ ਦਾ ਮਨ ਖਲੋ ਜਾਂਦਾ ਸੀ। ਇਸ ਤਰ੍ਹਾਂ ਇੱਕ ਪੂਰਾ ਸਾਲ ਲੰਘ ਗਿਆ। ਲੇਖਾ ਹੋਣ ਉੱਤੇ ਨਵਾਬ ਦੀ ਤਸੱਲੀ ਹੋ ਗਈ। ਚੁਗਲੀਆਂ ਤਾਂ ਦੂਜੇ ਸਾਲ ਵੀ ਹੁੰਦੀਆਂ ਰਹੀਆਂ, ਪਰ ਹੁਣ ਨਵਾਬ ਦਾ ਮਨ ਪਤੀਤ ਚੁੱਕਾ ਸੀ। ਫਿਰ ਵੀ ਉਸ ਨੂੰ ਇਉਂ ਜਾਪਦਾ ਰਹਿੰਦਾ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਮਨ ਦੁਨੀਆਦਾਰਾਂ ਵਾਂਗ ਕੰਮ ਵਿੱਚ ਗੱਡਿਆ ਹੋਇਆ ਨਹੀਂ ਹੈ। ਇਸ ਤਰ੍ਹਾਂ ਹੀ ਪੌਣੇ 3 ਕੁ ਸਾਲ ਸਤਿਗੁਰੂ ਜੀ ਨੂੰ ਮੋਦੀਖਾਨੇ ਦੀ ਕਾਰ ਕਰਦਿਆਂ ਲੰਘ ਗਏ। ਪੰਨਾ 39। ਹੈ ਕਰਦੀ ਸੁਣੀ ਲੁਕਾਈ। ਸਿੱਖ ਇਤਿਹਾਸ ਵਿੱਚ ਵੀ ਨਦੀ ਵਾਲੀ ਸਾਖੀ ਬੜੀ ਪ੍ਰਸਿੱਧ ਹੈ। ਗੁਰੂ ਨਾਨਕ ਦੇਵ ਜੀ ਸਦਾ ਵਾਂਗ ਭਾਦਰੋਂ ਸੁਦੀ 13 ਸੰਮਤ 1564 ਨੂੰ ਕਾਲੀ ਵੇਈ ਵਿੱਚ ਇਸ਼ਨਾਨ ਕਰਨ ਲਈ ਵੜੇ। ਈਸਵੀ ਸੰਨ ਅਨੁਸਾਰ 23 ਅਗਸਤ ਦੇ ਕਰੀਬ ਸੀ। ਅਜੇ ਵਰਖਾ ਰੁੱਤ ਮੁੱਕੀ ਨਹੀਂ ਸੀ, ਹੜ੍ਹਾਂ ਦੀ ਬਹਾਰ ਸੀ। ਸਿੱਖ ਇਤਿਹਾਸ ਅਨੁਸਾਰ ਸਤਿਗੁਰੂ ਜੀ ਇਸ਼ਨਾਨ ਕਰਨ ਗਏ, ਮੁੜ ਨਦੀ ਤੋਂ ਬਾਹਰ ਨਾ ਨਿਕਲੇ, 3 ਦਿਨ ਲੋਪ ਰਹੇ। ਨਾਲ ਗਿਆ ਟਹਿਲੀਆ, ਦਿਨ ਚੜ੍ਹੇ ਤੱਕ ਉਡੀਕ ਕੇ ਵਾਪਸ ਆ ਗਿਆ ਅਤੇ ਖਬਰ ਦਿੱਤੀ ਸੀ ਗੁਰੂ ਨਾਨਕ ਸਾਹਿਬ ਦੀ ਵੱਡੀ ਭੈਣ ਬੇਬੇ ਨਾਨਕੀ ਤੋਂ ਸਿਵਾ ਸਭ ਨੂੰ ਇਹ ਖਿਆਲ ਬਣ ਗਿਆ ਕਿ ਉਹ ਹੜ੍ਹ ਵਿੱਚ ਰੁੜ ਗਏ ਜਾਂ ਡੁੱਬ ਗਏ ਹਨ। ਫੁੱਟਨੋਟ। ਸੁਲਤਾਨਪੁਰ ਤੋਂ ਪੱਖੋ ਕੇ ਰੰਧਾਵਾ 50 ਮੀਲਾਂ ਦੇ ਕਰੀਬ ਹੈ। ਭਾਈ ਜੈ ਰਾਮ ਜੀ ਨੇ ਮੂਲ ਚੰਦ ਜੀ ਨੂੰ ਇਸ ਘਟਨਾ ਬਾਰੇ ਸੁਨੇਹਾ ਭੇਜ ਦਿੱਤਾ। ਇੱਕ ਪੁਰਾਣਾ ਜਨਮ ਸਾਖੀ ਵਾਲਾ ਲਿਖਦਾ ਹੈ, ਜਿਉਂ ਕੱਪੜੇ ਉਤਾਰ ਨਫ਼ਰ ਕੋ ਪਕੜਾਏ, ਜੂੜਾ ਕਰ ਕਰ ਜਿਉਂ ਦਰਿਆ ਵਿੱਚ ਜਿਉਂ ਡੁਬਕੀ ਮਾਰੀ, ਤਿਉਂ ਫੇਰ ਨਾ ਨਿਕਲਿਆ। ਇਹ ਜਨਮ ਸਾਖੀ ਬਾਬਾ ਪ੍ਰਿਥੀ ਚੰਦ ਦੇ ਪੁੱਤਰ ਬਾਬਾ ਮਿਹਰਵਾਨ ਦੀ ਲਿਖਾਈ ਹੋਈ ਹੈ। ਪਾਠਕ ਲਫ਼ਜ਼ ਜੂੜਾ ਵੱਲ ਧਿਆਨ ਦੇਣ। ਗੁਰੂ ਨਾਨਕ ਦੇਵ ਜੀ ਕੇਸਾਧਾਰੀ ਸਨ। ਭਾਈ ਗੁਰਦਾਸ ਜੀ ਦੀ ਇਸ਼ਾਰੇ ਮਾਤਰ ਦਿੱਤੀ ਸਾਖੀ ਤੋਂ ਪਤਾ ਚੱਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਪ੍ਰਭੂ ਚਰਨਾਂ ਵਿੱਚ ਜੁੜ ਕੇ ਗਰੀਬ ਜਨਤਾ ਉੱਤੇ ਉੱਚ ਜਾਤੀਏ ਲੋਕਾਂ ਅਤੇ ਜਾਬਰ ਹਾਕਮਾਂ ਵੱਲੋਂ ਹੋ ਰਹੇ ਜ਼ੁਲਮਾਂ ਨੂੰ ਦੂਰ ਕਰਨ ਬਾਰੇ ਇਕਾਂਤ ਵਿੱਚ ਵਿਚਾਰਾਂ ਕਰ ਰਹੇ ਸਨ। ਇਹ ਇੱਕ ਬੜਾ ਮਹਾਨ ਕੰਮ ਸੀ, ਬੜੀ ਹੀ ਕੁਰਬਾਨੀ ਦੀ ਲੋੜ ਸੀ। ਇਸ ਕੰਮ ਨੂੰ ਪੂਰੀ ਕਾਮਯਾਬੀ ਨਾਲ ਸਿਰੇ ਚਾੜਨ ਲਈ ਬੜਾ ਵਿਚਾਰ ਭਰਿਆ ਪ੍ਰੋਗਰਾਮ ਚਾਹੀਦਾ ਸੀ। ਜਿਹੜੇ ਧਰਮ ਅਸਥਾਨ ਜਨਤਾ ਨੂੰ ਜੀਵਨ ਜਾਚ ਸਿਖਾਉਣ ਲਈ ਬਣੇ ਸਨ, ਅੱਜ ਉਹੀ ਜਨਤਾ ਦੇ ਦੁੱਖਾਂ ਦਾ ਵਸੀਲਾ ਸਨ। ਹਿੰਦੂ ਤੀਰਥ, ਯੋਗੀਆਂ ਦੇ ਮੱਠ, ਇਸਲਾਮ ਦੇ ਧਰਮ ਕੇਂਦਰ, ਸਭਨਾ ਥਾਵਾਂ ਦੇ ਧਰਮ ਰੱਖਿਅਕ ਜਨਤਾ ਨੂੰ ਪੈਰਾਂ ਹੇਠ ਲਤਾੜ ਰਹੇ ਸਨ। ਬ੍ਰਾਹਮਣਾਂ, ਯੋਗੀਆਂ, ਸਿੱਧਾਂ, ਸੈਯਦਾਂ, ਪੀਰਾਂ, ਫਕੀਰਾਂ, ਸਭਨਾ ਦੀਆਂ ਜਨਤਾ ਉੱਤੇ ਹੋ ਰਹੀਆਂ ਵਧੀਕੀਆਂ ਨਸ਼ਰ ਕਰਨੀਆਂ ਪੈਣੀਆਂ ਸਨ, ਜਿਸ ਕਰਕੇ ਇਹਨਾਂ ਦਾ ਵੈਰ ਸਹੇੜਨਾ ਪੈਣਾ ਸੀ। ਪੰਨਾ 40। ਸਹਿਮੀ ਹੋਈ ਜਨਤਾ ਨੂੰ ਜਗਾਉਣਾ ਪੈਣਾ ਸੀ
ਅਤੇ ਦਲੇਰ ਹੋ ਕੇ ਆਪਣੇ ਪੈਰਾਂ ਉੱਤੇ ਖਲੋਣ ਲਈ ਹੱਲਾਸ਼ੇਰੀ ਦੇਣੀ ਪੈਣੀ ਸੀ। ਇਹ ਇੱਕ ਬਗਾਵਤ ਦੇ ਤੁਲ ਸੀ। ਗੁਰੂ ਨਾਨਕ ਦੇਵ ਜੀ ਦੀ ਉਮਰ ਉਸ ਵੇਲੇ 38 ਸਾਲ ਸੀ। ਉਹਨਾਂ ਦੇ ਦੋਵੇਂ ਪੁੱਤਰ ਸ੍ਰੀ ਚੰਦ ਅਤੇ ਲਖਮੀ ਦਾਸ ਅਜੇ ਅਣਜਾਣ ਉਮਰ ਸਨ। ਜੇ ਗਰੀਬਾਂ ਦੀ ਦੁਖੀਆਂ ਦੀ ਬਾਂਹ ਫੜਨੀ ਸੀ ਤਾਂ ਇਹਨਾਂ ਮਾਸੂਮ ਬੱਚਿਆਂ ਨੂੰ ਪਰ ਅਧੀਨ ਕਰਨਾ ਪੈਣਾ ਸੀ। ਉਹਨਾਂ ਦੀ ਇਸਤਰੀ ਵੀ ਅਜੇ ਜਵਾਨ ਉਮਰ ਸੀ, ਜਿਸ ਨੂੰ ਪਤੀ ਦੇ ਸਾਥ ਦੀ ਲੋੜ ਦਾ ਅੰਦਾਜ਼ਾ ਇਸ ਪੰਜਾਬੀ ਅਖਾਣ ਤੋਂ ਲੱਗ ਸਕਦਾ ਹੈ ਕਿ ਅਨਾਥ ਇਸਤਰੀ ਆਟੇ ਦਾ ਪੇੜਾ ਹੈ, ਘਰ ਵਿੱਚ ਚੂਹੇ ਖਾਣ ਨੂੰ ਪੈਂਦੇ ਹਨ ਅਤੇ ਬਾਹਰ ਕਾਂ। ਗਰੀਬਾਂ ਦੀ ਸਾਰ ਲੈਣ ਤੁਰਿਆਂ ਗੁਰੂ ਨਾਨਕ ਦੇਵ ਜੀ ਉੱਤੇ ਜੋ ਸਰੀਰਕ ਔਖਿਆਈਆਂ ਆਉਣੀਆਂ ਸਨ ਉਹ ਵੀ ਕੋਈ ਸਧਾਰਨ ਨਹੀਂ ਸਨ। ਹਜ਼ਾਰਾਂ ਮੀਲਾਂ ਦਾ ਪੈਦਲ ਸਫ਼ਰ, ਕਈ ਕਈ ਦਿਨਾਂ ਦੀ ਭੁੱਖ ਤ੍ਰੇਹ, ਕਿਤੇ ਮੀਲਾਂ ਤੱਕ ਰੇਗਿਸਤਾਨ ਹੀ ਰੇਗਿਸਤਾਨ, ਕਹਿਰ ਦੀਆਂ ਲੋਹਾਂ ਵਿੱਚ ਭੱਠ ਤਪਦੇ ਰੇਤ ਥੱਲੇ, ਕਿਤੇ ਜੰਗਲ ਹੀ ਜੰਗਲ, ਕਿਤੇ ਲਹੂ ਪੀਣੇ ਮੱਛਰ, ਨਾ ਦਿਨੇ ਚੈਨ ਲੈਣ ਦੇਣ, ਨਾ ਰਾਤ ਨੂੰ, ਨਾ ਮਾਤਰ ਕੱਜਣ ਵਿੱਚ ਗਰਮੀ ਅਤੇ ਸਰਦੀ ਦਾ ਕਸ਼ਟ। ਓਪਰੇ ਓਪਰੇ ਬੰਦੇ, ਓਪਰੀ ਓਪਰੀ ਬੋਲੀ, ਕਿਤੇ ਸ਼ਹਿਰਾਂ ਦੇ ਚਲਾਕ ਅਤੇ ਕੋਰੇ ਲੋਕ, ਕਿਤੇ ਜਾਂਗਲੀ ਅਤੇ ਮਾਣ ਸਿਖਾਣੇ ਲੋਕ। ਜੇ ਦੁਖੀਆਂ ਦਾ ਦਰਦ ਵੰਡਣ ਤੁਰਿਆ ਸੀ ਤਾਂ ਅਜਿਹੇ ਅਨੇਕਾਂ ਭਿਆਨਕ ਔਖ ਅੱਖਾਂ ਪਾੜ ਪਾੜ ਕੇ ਵਿਖਾਲੀ ਦੇ ਰਹੇ ਸਨ। ਦੂਜਾ ਪਾਸਾ ਸੀ ਘਰ ਦਾ ਸੁੱਖ, ਆਗਿਆਕਾਰੀ ਇਸਤਰੀ ਅਤੇ ਤੋਤਲੀਆਂ ਗੱਲਾਂ ਕਰਦੇ ਬੱਚਿਆਂ ਦਾ ਪਿਆਰ, ਸੌਖੀ ਰੋਜ਼ੀ, ਇੱਜ਼ਤ ਅਤੇ ਸਤਿਕਾਰ ਭਰੀ ਰੋਜ਼ੀ। ਨਵਾਬ ਦੌਲਤ ਖਾਂ ਨੂੰ ਭਾਗਾਂ ਨਾਲ ਇਹ ਇਮਾਨਦਾਰ ਮੋਦੀ ਮਿਲਿਆ ਸੀ। ਉਹ ਤਾਂ ਲੱਟੂ ਹੋਇਆ ਹੋਇਆ ਸੀ, ਇੱਥੋਂ ਤੱਕ ਕਿ ਭਾਈ ਗੁਰਦਾਸ ਜੀ ਉਸ ਵਿੱਚ ਅਤੇ ਸਿਦਕੀ ਸਿੱਖ ਵਿੱਚ ਫਰਕ ਨਹੀਂ ਲੱਭ ਸਕੇ ਅਤੇ ਦੌਲਤ ਖਾਂ ਨੂੰ ਸਿੱਖਾਂ ਦੀ ਕਤਾਰ ਵਿੱਚ ਗਿਣ ਗਏ। ਮੋਦੀ ਦੇ ਕੰਮ ਵਿੱਚ ਗੁਰੂ ਨਾਨਕ ਸਾਹਿਬ ਦੀ ਇਮਾਨਦਾਰੀ ਅਤੇ ਗਰੀਬ ਪਰਵਰੀ ਦੀ ਸ਼ੋਭਾ ਘਰ ਘਰ ਹੋ ਰਹੀ ਸੀ। ਸੁਲਤਾਨਪੁਰ ਦੀਆਂ ਗਲੀਆਂ ਅਤੇ ਕੱਖਾਂ ਨੂੰ ਵੀ ਜੀਭ ਲੱਗੀ ਹੋਈ ਸੀ ਅਤੇ ਆਖਦੇ ਸਨ ਧੰਨ ਨਾਨਕ ਮੋਦੀ। ਜੇ ਗਰੀਬਾਂ ਦੀ ਸਾਰ ਲੈਣ ਤੁਰਨਾ ਸੀ ਤਾਂ ਇਹਨਾਂ ਸਾਰੇ ਸੁੱਖਾਂ ਨੂੰ ਲੱਤ ਮਾਰਨੀ ਪੈਣੀ ਸੀ। ਮਨ ਦੋਹਾਂ ਪਾਸਿਆਂ ਨੂੰ ਤੱਕੜੀ ਵਿੱਚ ਤੋਲ ਰਿਹਾ ਸੀ, ਕਲਯੁੱਗ ਬਾਜੀ ਜਿੱਤਣ ਲਈ ਪੂਰਾ ਜ਼ੋਰ ਲਾ ਰਿਹਾ ਸੀ, ਪਰ ਚੁਫਾਲ ਡਿੱਗ ਪਿਆ। ਗੁਰੂ ਨਾਨਕ ਦੇਵ ਜੀ ਨੇ ਫੈਸਲਾ ਕਰ ਲਿਆ ਕਿ ਸੜ ਰਹੀ ਧਰਤੀ ਉੱਤੇ ਠੰਡ ਵਰਤਾਉਣ ਲਈ ਨਿੱਜੀ ਸੁੱਖ ਕੁਰਬਾਨ ਕਰਨੇ ਹੀ ਸਹੀ ਰਸਤਾ ਹੈ। ਆਪ ਨੇ ਭਾਦਰੋਂ ਸੁਦੀ 15 ਨੂੰ ਸਵੇਰੇ ਹੀ ਸੁਲਤਾਨਪੁਰ ਦੇ ਬਾਹਰ ਕਬਰਸਤਾਨ ਵਿੱਚ ਆ ਡੇਰਾ ਕੀਤਾ। ਪਲਾਂ ਵਿੱਚ ਹੀ ਘਰ ਭਰ ਖਬਰ ਖਿਲਰ ਗਈ ਕਿ ਉਹਨਾਂ ਦਾ ਪਿਆਰਾ ਮੋਦੀ ਜਿਉਂਦਾ ਹੈ ਅਤੇ ਨਗਰੋਂ ਬਾਹਰ ਕਬਰਸਤਾਨ ਵਿੱਚ ਆਇਆ ਬੈਠਾ ਹੈ। ਨਵਾਬ ਦੌਲਤ ਖਾਂ ਤੋਂ ਲੈ ਕੇ ਗਰੀਬ ਤੋਂ ਗਰੀਬ ਤੱਕ ਆ ਟੁੱਕੇ, ਪਰ ਹੁਣ ਸੁਲਤਾਨਪੁਰ ਦੇ ਨਿੱਕੇ ਜਿਹੇ ਮੋਦੀ ਖਾਨੇ ਵਿੱਚ ਬੈਠਣੋਂ ਇਨਕਾਰ ਹੋ ਚੁੱਕਾ ਸੀ। ਜਗਤ ਉੱਚੀਆਂ ਨੀਵੀਆਂ ਜਾਤਾਂ ਦੇ ਵਿਤਕਰਿਆਂ, ਅਮੀਰੀ ਗਰੀਬੀ ਦੀਆਂ ਵਿੱਥਾਂ ਅਤੇ ਹਿੰਦੂ ਮੁਸਲਮਾਨ ਕਾਫਰ ਮੋਮਨ ਦੇ ਪਾੜਿਆਂ ਵਿੱਚ ਦੁਖੀ ਹੋ ਰਿਹਾ ਸੀ। ਸੁਲਤਾਨਪੁਰ ਨਿਵਾਸੀ ਬੁੱਢੇ ਅਤੇ ਬੱਚੇ ਤੱਕ 2.5-3 ਸਾਲਾਂ ਦੇ ਅੰਦਰ ਹੀ ਗੁਰੂ ਨਾਨਕ ਦੇਵ ਜੀ ਨਾਲ ਅਤਿ ਨੇੜੇ ਦੀ ਸਾਂਝ ਬਣਾ ਚੁੱਕੇ ਸਨ। ਉਹ ਇਹ ਸੁਣ ਕੇ ਘਬਰਾ ਜੇ ਗਏ ਕਿ ਉਹਨਾਂ ਦਾ ਹਰਮਨ ਪਿਆਰਾ ਮੋਦੀ ਉਹਨਾਂ ਤੋਂ ਸਦਾ ਵਾਸਤੇ ਵਿਛੜ ਚੱਲਿਆ ਹੈ। ਵੇਈ ਨਦੀ ਤੋਂ ਵਾਪਸ ਆ ਕੇ ਗੁਰੂ ਸਾਹਿਬ ਨੇ ਉਹਨਾਂ ਨਾਲ ਪਹਿਲੀ ਗੱਲ ਹੀ ਇਹ ਕੀਤੀ, ਨਾ ਕੋਈ ਹਿੰਦੂ ਨਾ ਮੁਸਲਮਾਨ। ਸਮਝਾਇਆ ਇਹ ਕਿ ਹਿੰਦੂ ਮੁਸਲਮਾਨ ਵਾਲੇ ਵਿਤਕਰੇ ਛੱਡੋ, ਖਾਲਕ ਨੂੰ ਸਾਰੀ ਖਲਕਤ ਵਿੱਚ ਵੇਖੋ। ਨਵਾਬ ਦੌਲਤ ਖਾਂ ਨੂੰ ਅਤੇ ਸਾਰੇ ਸੁਲਤਾਨਪੁਰ ਨਿਵਾਸੀਆਂ ਨੂੰ ਦੱਸਿਆ
ਕਿ ਅਸਾਂ ਦੂਰ ਦੁਰੇਡੇ ਦੇਸ਼ਾਂ ਦੇ ਚੱਕਰ ਲਾ ਕੇ ਹਿੰਦੂ ਮੁਸਲਮਾਨ ਵਾਲੀ ਵਿੱਥ ਦੂਰ ਕਰਨ ਦੇ ਯਤਨ ਕਰਨੇ ਹਨ, ਤਾਂ ਕਿ ਲੋਕ ਸਿਰਜਣਹਾਰ ਖਾਲਕ ਨੂੰ ਉਸ ਦੀ ਰਚੀ ਖਲਕਤ ਵਿੱਚ ਵੇਖ ਸਕਣ ਅਤੇ ਜਗਤ ਵਿੱਚ ਠੰਡ ਸ਼ਾਂਤੀ ਵਰਤੇ। ਨਵਾਬ ਅਤੇ ਕਾਜ਼ੀ ਨਾਲ ਨਿਵਾਜ਼। ਨਵਾਬ ਦੌਲਤ ਖਾਂ ਦੇ ਨਾਲ ਸੁਲਤਾਨਪੁਰ ਦਾ ਵੱਡਾ ਕਾਜ਼ੀ ਵੀ ਗੁਰੂ ਨਾਨਕ ਦੇਵ ਜੀ ਨੂੰ ਵੇਖਣ ਕਬਰਸਤਾਨ ਵਿੱਚ ਆਇਆ ਹੋਇਆ ਸੀ। ਜਦੋਂ ਉਸ ਨੇ ਸਤਿਗੁਰੂ ਜੀ ਤੋਂ ਇਹ ਸੁਣਿਆ ਕਿ ਸਾਰੀ ਖਲਕਤ ਵਿੱਚ ਕੇਵਲ ਇੱਕ ਖਾਲਕ ਵੱਸਦਾ ਹੈ, ਤਾਂ ਉਸ ਨੂੰ ਕਹਿਣ ਲੱਗਾ ਕਿ ਅਸੀਂ ਹੁਣ ਪੇਸ਼ੀ ਦੀ ਨਮਾਜ਼ ਪੜ੍ਹਨ ਜਾ ਰਹੇ ਹਾਂ। ਪੰਨਾ 42 ਫੁੱਟਨੋਟ। ਹਦੀਸ ਅਨੁਸਾਰ ਹਰੇਕ ਮੁਸਲਮਾਨ ਨੂੰ ਹਦਾਇਤ ਹੈ ਕਿ ਉਹ ਪੰਜ ਵੇਲੇ ਜ਼ਰੂਰ ਨਮਾਜ਼ ਪੜ੍ਹੇ। ਉਹ ਪੰਜ ਨਮਾਜ਼ਾਂ ਇਹ ਹਨ: ਸਲਾਤੁਲ ਫਜ਼ਲ, ਨਮਾਜ਼ ਸੁਬਾ, ਪਉ ਫਟਾਲੇ ਤੋਂ ਲੈ ਕੇ ਸੂਰਜ ਚੜ੍ਹਨ ਤੱਕ ਦੀ ਨਮਾਜ਼। ਦੂਜੀ ਸੁਲਤਾਨ ਜ਼ੁਹਰ, ਨਮਾਜ਼ ਪੇਸ਼ੀਨ, ਸੂਰਜ ਢਲਣ ਵੇਲੇ ਦੀ ਨਮਾਜ਼। ਨੰਬਰ 3 ਸੁਲਾਤੁਲ ਅਸਰ, ਨਮਾਜ਼ ਦੀਗਰ, ਤੀਜੇ ਪਹਿਰ ਦੀ ਨਮਾਜ਼। 4 ਸਲਾਤੁਲ ਮਗਰਿਬ, ਨਮਾਜ਼ ਸ਼ਾਮ ਨੂੰ ਡੁੱਬਣ ਤੋਂ ਲੈ ਕੇ ਆਕਾਸ਼ ਦੀ ਲਾਲੀ ਮਿੱਟ ਜਾਣ ਤੱਕ ਦੀ ਨਮਾਜ਼। ਸਲਾਤੁਲ ਇਸ਼ਾ, ਨਮਾਜ਼ ਖੁਫਤਨ, ਸੌਣ ਵੇਲੇ ਦੀ ਨਮਾਜ਼। ਜੇ ਤੁਹਾਨੂੰ ਹਿੰਦੂ ਮੁਸਲਮਾਨ ਸਭਨਾ ਵਿੱਚ ਇੱਕੋ ਰੱਬ ਦਿਸਦਾ ਹੈ, ਤਾਂ ਆਓ ਸਾਡੇ ਨਾਲ ਰਲ ਕੇ ਅਤੇ ਨਮਾਜ਼ ਪੜ੍ਹੋ। ਅਸੀਂ ਉਸੇ ਸਭ ਵਿੱਚ ਵਸਦੇ ਰੱਬ ਦੀ ਇਬਾਦਤ ਕਰਨ ਮਸਜਿਦ ਵਿੱਚ ਜਾ ਰਹੇ ਹਾਂ। ਗੁਰੂ ਨਾਨਕ ਦੇਵ ਜੀ ਅੰਮ੍ਰਿਤ ਵੇਲੇ ਹੀ ਕਬਰਸਤਾਨ ਵਿੱਚ ਪਹੁੰਚ ਗਏ ਸਨ। ਸੁਲਤਾਨਪੁਰ ਦੇ ਲੋਕਾਂ ਦਾ ਇਕੱਠ ਉੱਥੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਬਣਿਆ ਰਿਹਾ। ਜਦੋਂ ਦਿਨ ਢਲਣ ਲੱਗਾ ਤਾਂ ਕਾਜ਼ੀ ਨੇ ਪੇਸ਼ੀ ਦੀ ਨਮਾਜ਼ ਪੜ੍ਹਨ ਲਈ ਸਤਿਗੁਰੂ ਜੀ ਨੂੰ ਮਸਜਿਦ ਵਿੱਚ ਚੱਲਣ ਲਈ ਆਖਿਆ। ਸਤਿਗੁਰੂ ਜੀ ਨਵਾਬ ਅਤੇ ਕਾਜ਼ੀ ਨਾਲ ਤੁਰ ਪਏ। ਪੁਰਾਤਨ ਜਨਮ ਸਾਖੀ ਵਾਲਾ ਲਿਖਦਾ ਹੈ, ਤਬ ਪੇਸ਼ੀ ਕੀ ਨਮਾਜ਼ ਕਾ ਵਕਤ ਹੋਇਆ, ਸਭ ਉੱਠ ਕਰ ਨਮਾਜ਼ ਗੁਜ਼ਾਰਨ ਗਏ ਔਰ ਬਾਬਾ ਵੀ ਨਾਲ ਗਿਆ। ਮਸਜਿਦ ਵਿੱਚ ਨਮਾਜ਼ ਪੜ੍ਹਨ ਆਏ ਸਾਰੇ ਮੁਸਲਮਾਨਾਂ ਦੇ ਅੱਗੇ ਖਲੋ ਕੇ ਕਾਜ਼ੀ ਨੇ ਨਮਾਜ਼ ਪੜ੍ਹਨੀ ਸ਼ੁਰੂ ਕੀਤੀ। ਗੁਰੂ ਨਾਨਕ ਦੇਵ ਜੀ ਵੀ ਉਸ ਦੇ ਪਾਸ ਖੜ੍ਹੇ ਹੋ ਗਏ। ਜਦੋਂ ਸਾਡੇ ਨਾਲ ਗੱਲਾਂ ਕਰਦੇ ਕਿਸੇ ਮਨੁੱਖ ਦਾ ਮਨ ਕਿਸੇ ਹੋਰ ਪਾਸੇ ਚਲਾ ਜਾਏ, ਅਸੀਂ ਉਸ ਦੇ ਚਿਹਰੇ ਤੋਂ ਸਮਝ ਲੈਂਦੇ ਹਾਂ ਕਿ ਇਸ ਦਾ ਧਿਆਨ ਕਿਸੇ ਹੋਰ ਥਾਂ ਉੱਤੇ ਹੈ। ਮਨੁੱਖ ਦਾ ਚਿਹਰਾ ਉਸ ਦੇ ਮਨ ਦਾ ਮਨੋ ਸ਼ੀਸ਼ਾ ਹੈ। ਸਤਿਗੁਰੂ ਜੀ ਨੇ ਨਮਾਜ਼ ਪੜ੍ਹਦੇ ਕਾਜ਼ੀ ਵੱਲ ਤੱਕਿਆ, ਤੱਕ ਕੇ ਹੱਸ ਪਏ। ਸਾਫ਼ ਦਿਸ ਰਿਹਾ ਸੀ ਕਿ ਕਾਜ਼ੀ ਦੀ ਸਿਰਫ ਜੀਭ ਹੀ ਰਵਾਂ ਰਵੀਂ ਕੁਰਾਨ ਦੀਆਂ ਆਇਤਾਂ ਪੜ੍ਹੀ ਜਾ ਰਹੀ ਹੈ, ਮਨ ਉੱਥੇ ਹਾਜ਼ਰ ਨਹੀਂ ਹੈ। ਮੁਸਲਮਾਨੀ ਰਾਜ, ਮੁਸਲਮਾਨਾਂ ਦਾ ਧਰਮ ਅਸਥਾਨ ਮਸਜਿਦ, ਸੁਲਤਾਨਪੁਰ ਦਾ ਸਭ ਤੋਂ ਵੱਡਾ ਹਾਕਮ ਅਤੇ ਵੱਡਾ ਕਾਜ਼ੀ, ਸੈਂਕੜੇ ਮੁਸਲਮਾਨਾਂ ਸਮੇਤ ਨਮਾਜ਼ ਵਿੱਚ ਸ਼ਾਮਲ। ਕਿਸੇ ਸੂਰਮੇ ਦਾ ਹੀ ਕੰਮ ਸੀ ਕਿ ਨਮਾਜ਼ ਪੜ੍ਹਦੇ ਕਾਜ਼ੀ ਦੇ ਪਾਸ ਖਲੋ ਕੇ ਉਸ ਦੇ ਮੂੰਹ ਵੱਲ ਤੱਕ ਕੇ ਉਸ ਦਾ ਹਾਸਾ ਉਡਾਏ। ਪੰਨਾ 43 ਨਮਾਜ਼ ਵਰਗਾ ਬੜਾ ਹੀ ਪਾਕ ਕੰਮ ਕਰਦੇ ਸਭ ਤੋਂ ਵੱਡੇ ਕਾਜ਼ੀ ਉੱਤੇ ਉਸ ਦੇ ਕੋਲ ਖਲੋ ਕੇ ਹੱਸਦੇ ਗੈਰ ਮੁਸਲਿਮ ਵਾਸਤੇ ਸ਼ਰ੍ਹਾਂ ਦੇ ਹੁਕਮ ਨੂੰ ਗੁਰੂ ਨਾਨਕ ਦੇਵ ਜੀ ਚੰਗੀ ਤਰ੍ਹਾਂ ਜਾਣਦੇ ਸਨ। ਉਹਨਾਂ ਦੀ ਉਮਰ ਉਸ ਵੇਲੇ 38 ਸਾਲਾਂ ਦੀ ਸੀ। ਜਿਸ ਰਸਤੇ ਬਾਰੇ 2 ਦਿਨ ਸੋਚਦੇ ਰਹੇ ਸਨ, ਉਹ ਰਸਤਾ ਲੰਘਦਾ ਹੀ ਇਹੋ ਜਿਹੀਆਂ ਕੰਡਿਆਲੀਆਂ ਝਾੜੀਆਂ ਵਿੱਚੋਂ ਦੀ ਸੀ। 9 ਸਾਲਾਂ ਦੀ ਉਮਰੇ ਆਪ ਨੇ ਹਿੰਦੂ ਭਾਈਚਾਰੇ ਦੇ ਇਕੱਠ ਵਿੱਚ ਬ੍ਰਾਹਮਣ ਦੇ ਖਲਾਰੇ ਭਰਮਜਾਲ ਦੀ ਅਸਲੀਅਤ ਦੱਸੀ ਸੀ। ਅੱਜ ਇਹ ਦੂਜਾ ਮੌਕਾ ਸੀ। ਗੁਰੂ ਨਾਨਕ ਦੇਵ ਜੀ ਦੇ ਹਰੇਕ
ਨਾਮ ਲੇਵਾ ਸਿੱਖ ਵਾਸਤੇ ਸਤਿਗੁਰੂ ਜੀ ਦੀ ਨਿਰਭੈਤਾ ਦਾ ਇਹ ਦੂਜਾ ਚਾਨਣ ਮੁਨਾਰਾ ਹੈ, ਜਿਸ ਦੀ ਰੌਸ਼ਨੀ ਨਾਲ ਉਸਨੇ ਵੇਖਣਾ ਹੈ ਕਿ ਨਿਰਾ ਕਰਮ ਕਾਂਡ ਨਿਰੀ ਸ਼ਰ੍ਹਾ ਜੀਵਨ ਦਾ ਸਹੀ ਰਸਤਾ ਨਹੀਂ ਹੈ। ਕਾਜ਼ੀ ਕਿਵੇਂ ਸਹਾਰ ਸਕਦਾ ਸੀ ਇਹ ਹਾਸਾ? ਉਸਨੇ ਨਮਾਜ਼ ਖਤਮ ਹੋਣ ਉੱਤੇ ਉੱਥੇ ਹੀ ਨਵਾਬ ਨੂੰ ਆਖਿਆ। ਨਵਾਬ ਨੇ ਖੁਦ ਵੀ ਇਹ ਸਭ ਕੁਝ ਅੱਖੀਂ ਵੇਖਿਆ ਸੀ, ਉਹ ਵੀ ਪਾਸ ਹੀ ਖੜ੍ਹਾ ਸੀ। ਉਸ ਵੱਲੋਂ ਹਾਸੇ ਦਾ ਕਾਰਨ ਪੁੱਛਣ ਉੱਤੇ ਸਤਿਗੁਰੂ ਜੀ ਨੇ ਉੱਤਰ ਦਿੱਤਾ ਕਿ ਕਾਜ਼ੀ ਸਾਹਿਬ ਆਪ ਹੀ ਸੱਚ ਦੱਸ ਦੇਣ। ਇਹਨਾਂ ਦਾ ਚਿਹਰਾ ਦੱਸ ਰਿਹਾ ਸੀ ਕਿ ਇਹਨਾਂ ਦਾ ਮਨ ਨਮਾਜ਼ ਵਿੱਚ ਨਹੀਂ ਸੀ। ਇਸ ਗੱਲ ਦਾ ਕੀ ਲਾਭ ਕਿ ਨਿਰੀ ਜੀਭ ਹੀ ਰਵਾਂ ਰਵੀਂ ਕੋਈ ਲਫ਼ਜ਼ ਪੜ੍ਹਦੀ ਜਾਏ। ਜਨਮ ਸਾਖੀ ਵਾਲਾ ਲਿਖਦਾ ਹੈ, ਤਬ ਬਾਬੇ ਕਹਿਆ ਖਾਨ ਜੀ, ਜਬ ਉਹ ਨਮਾਜ਼ ਉੱਪਰ ਖੜ੍ਹਾ ਥਾ ਤਬ ਇਸਕਾ ਮਨ ਠੌਰ ਨਾ ਥਾ। ਇਨਕੀ ਘੋੜੀ ਸੂਈ ਥੀ, ਵਛੇਰੀ ਜੰਮੀ ਥੀ, ਔਰ ਵਛੇਰੀ ਛੱਡ ਕਰ ਆਇਆ ਥਾ, ਔਰ ਵਿਹੜੇ ਵਿੱਚ ਖੂਹੀ ਥੀ, ਔਰ ਇਨ ਕਹਿਆ ਮਤ ਵਛੇਰੀ ਖੂਹੀ ਵਿੱਚ ਪਾਉਂਦੀ ਹੋਵੇ, ਇਸਕਾ ਮਨ ਊਹਾਂ ਗਿਆ, ਆਹਾ ਇਸ ਕੀ ਨਮਾਜ਼ ਕਬੂਲ ਨਹੀਂ ਪੜੀ। ਸੁਲਤਾਨਪੁਰ ਤੋਂ ਤਿਆਰੀ। ਭਾਦਰੋਂ ਸੁਦੀ 15 ਸੰਮਤ 1564 ਨੂੰ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨਾ ਛੱਡ ਦਿੱਤਾ। ਸੂਰਜ ਦੇ ਹਿਸਾਬ ਤਦੋਂ ਤਕਰੀਬਨ ਪਹਿਲੀ ਅੱਸੂ ਸੀ। ਈਸਵੀ ਅਨੁਸਾਰ ਸੰਨ 1507 ਅਗਸਤ ਦੀ ਤਕਰੀਬਨ 30 ਤਰੀਕ ਸੀ। ਪੰਨਾ 44 ਫੁੱਟਨੋਟ। ਅੱਜ ਕੱਲ੍ਹ ਅਸੀਂ ਵੇਖਦੇ ਹਾਂ ਕਿ ਅੰਗਰੇਜ਼ੀ ਮਹੀਨੇ ਦੇ ਤਕਰੀਬਨ ਅੱਧ ਵਿੱਚ ਜਾ ਕੇ ਦੇਸੀ ਮਹੀਨਾ ਸ਼ੁਰੂ ਹੁੰਦਾ ਹੈ। ਅੰਗਰੇਜ਼ੀ ਅਤੇ ਦੇਸੀ ਮਹੀਨੇ ਇਕੱਠੇ ਸ਼ੁਰੂ ਨਹੀਂ ਹੁੰਦੇ। ਅੱਸੂ ਦੀ ਸੰਗਰਾਂਦ ਸਤੰਬਰ ਦੇ ਅੱਧ ਵਿੱਚ ਆਉਂਦੀ ਹੈ। ਸ਼ਰਾਧ ਆਮ ਤੌਰ 'ਤੇ ਸਤੰਬਰ ਦੇ ਅੱਧ ਵਿੱਚ ਆਉਂਦੇ ਹਨ, ਅਗਸਤ ਦੇ ਅਖੀਰ ਵਿੱਚ ਨਹੀਂ। ਭਾਦੋਂ ਸੁਦੀ 15 ਨੂੰ ਪਹਿਲਾ ਸ਼ਰਾਧ ਹੁੰਦਾ ਹੈ। ਇਹ ਜ਼ਰੂਰੀ ਜਾਪਦਾ ਹੈ ਕਿ ਇਹ ਟੱਪਲਾ ਇੱਥੇ ਹੱਲ ਕੀਤਾ ਜਾਏ। ਯੂਰਪ ਦੇ ਈਸਾਈ ਮੁਲਕਾਂ ਵਿੱਚ ਈਸਾਈ ਸੰਨ ਦੀਆਂ ਤਰੀਕਾਂ ਬਾਰੇ ਕਈ ਵਾਰੀ ਫਰਕ ਪੈ ਜਾਂਦਾ ਸੀ। ਉਹਨਾਂ ਮੁਲਕਾਂ ਨੇ ਉਸ ਫਰਕ ਨੂੰ ਠੀਕ ਕਰਕੇ ਇੱਕੋ ਤਰੀਕ ਕਰ ਲਈ, ਪਰ ਇੰਗਲਿਸ਼ਤਾਨ ਨੇ ਨਾ ਕੀਤੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਸੰਨ 1752 ਦੇ ਸਤੰਬਰ ਤੱਕ ਉਹਨਾਂ ਦਾ ਯੂਰਪ ਦੇ ਮੁਲਕਾਂ ਨਾਲੋਂ 11 ਦਿਨਾਂ ਦਾ ਫਰਕ ਪੈ ਗਿਆ। ਇੰਗਲਿਸ਼ਤਾਨ 11 ਦਿਨ ਪਿੱਛੇ ਰਹਿ ਗਿਆ। ਸੰਨ 1752 ਤੱਕ ਜਦੋਂ ਸਾਡੇ ਦੇਸ਼ ਵਿੱਚ ਇੱਕ ਵਿਸਾਖ ਹੁੰਦਾ ਸੀ, ਇੰਗਲਿਸ਼ਤਾਨ ਵਿੱਚ 25 ਜਾਂ 30 ਮਾਰਚ ਹੁੰਦਾ ਸੀ। ਅੰਗਰੇਜ਼ਾਂ ਨੇ ਯੂਰਪ ਦੇ ਦੂਜੇ ਮੁਲਕਾਂ ਨਾਲ ਤਰੀਕ ਦੀ ਸਾਂਝ ਰੱਖਣ ਲਈ ਇਹ ਫੈਸਲਾ ਕੀਤਾ ਕਿ 2 ਸਤੰਬਰ ਤੋਂ ਪਿੱਛੋਂ 3 ਸਤੰਬਰ ਦੀ ਥਾਂ 14 ਸਤੰਬਰ ਕੀਤਾ ਜਾਏ। ਜਦੋਂ ਸਾਡੇ ਦੇਸ਼ ਵਿੱਚ ਸੰਮਤ 1801 ਦੇ ਅੱਸੂ ਦੀ ਸੰਗਰਾਂਦ ਸੀ ਅਤੇ ਚੰਦਰਮਾ ਦੇ ਹਿਸਾਬ ਭਾਦਰੋਂ ਸੁਦੀ 6 ਸੀ, ਉਸ ਦਿਨ ਇੰਗਲਿਸ਼ਤਾਨ ਵਿੱਚ 2 ਸਤੰਬਰ ਸੰਨ 1752 ਸੀ। ਦਿਨ ਬੁੱਧਵਾਰ, ਅਗਲੇ ਦਿਨ ਵੀਰਵਾਰ। 2 ਅੱਸੂ ਨੂੰ ਅੰਗਰੇਜ਼ਾਂ ਨੇ 14 ਸਤੰਬਰ ਕਰ ਲਿਆ। ਇਸ ਦਾ ਨਤੀਜਾ ਇਹ ਹੋਇਆ ਕਿ ਅਗਲੇ ਸਾਲ ਸੰਨ 1753 ਵਿੱਚ ਸਾਡੀ ਵਿਸਾਖ ਦੀ ਸੰਗਰਾਂਦ ਨੂੰ ਇੰਗਲਿਸ਼ਤਾਨ ਵਿੱਚ 9 ਅਪ੍ਰੈਲ ਸੀ। ਫਿਰ ਆਮ ਤੌਰ 'ਤੇ 10 ਅਪ੍ਰੈਲ ਨੂੰ ਵਿਸਾਖ ਦੀ ਪਹਿਲੀ ਤਰੀਕ ਹੋਣ ਲੱਗ ਪਈ। ਸੰਨ 1800 ਦੀ ਵਿਸਾਖੀ 11 ਅਪ੍ਰੈਲ ਸੀ। ਫਿਰ ਕਦੇ 11 ਅਤੇ ਕਦੇ 12 ਹੋਣ ਲੱਗ ਪਈ। ਸੰਨ 1902 ਵਿੱਚ ਵਿਸਾਖੀ 13 ਅਪ੍ਰੈਲ ਨੂੰ ਸੀ, ਕਦੇ 12 ਅਤੇ ਕਦੇ 13 ਨੂੰ। ਹੁਣ ਆਮ ਤੌਰ 'ਤੇ 13 ਅਪ੍ਰੈਲ ਨੂੰ ਵਿਸਾਖ ਦੀ ਸੰਗਰਾਂਦ ਆਉਂਦੀ ਹੈ। ਇਸੇ ਹਿਸਾਬ ਅੱਸੂ ਦੀ ਸੰਗਰਾਂਦ ਸਤੰਬਰ ਦੇ ਤਕਰੀਬਨ ਅੱਧ ਵਿੱਚ ਆ ਜਾਂਦੀ ਹੈ। ਸੋ ਜਦੋਂ ਤਕਰੀਬਨ 1 ਅੱਸੂ ਨੂੰ ਸੁਲਤਾਨਪੁਰ ਛੱਡਿਆ, ਤਦੋਂ ਅੰਗਰੇਜ਼ਾਂ ਦੇ ਦੇਸ਼ ਵਿੱਚ
30 ਅਗਸਤ ਦੇ ਕਰੀਬ ਤਰੀਕ ਸੀ। ਇਸ ਤਰ੍ਹਾਂ ਉਸ ਸਾਲ ਸਰਾਧ ਅਗਸਤ ਦੇ ਅਖੀਰ ਵਿੱਚ ਆ ਗਏ। ਸਰਾਧ ਸਦਾ ਭਾਦਰੋਂ ਸੁਦੀ 15 ਤੋਂ ਸ਼ੁਰੂ ਹੁੰਦੇ ਹਨ। ਮੋਦੀਖਾਨੇ ਦਾ ਲੇਖਾ। ਜਦੋਂ ਨਵਾਬ ਨੇ ਪੱਕ ਕਰ ਲਿਆ ਕਿ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨਾ ਜ਼ਰੂਰ ਛੱਡ ਦੇਣਾ ਹੈ ਤਾਂ ਸਾਰੇ ਹਿਸਾਬ ਦੀ ਪੜਤਾਲ ਕੀਤੀ ਗਈ। ਗਰੀਬਾਂ ਤੱਕ ਇਹ ਖਬਰ ਬਿਜਲੀ ਦੀ ਰੌਂ ਵਾਂਗ ਅਪੜ ਗਈ ਕਿ ਉਹਨਾਂ ਦਾ ਦਰਦੀ ਉਹਨਾਂ ਨੂੰ ਸਦਾ ਲਈ ਛੱਡ ਚੱਲਿਆ ਹੈ। ਅਨੇਕਾਂ ਦੀ ਭੀੜ ਉੱਥੇ ਹੋ ਗਈ। ਹਿਸਾਬ ਅਨੁਸਾਰ ਆਪਣੀ ਬਾਕੀ ਰਕਮ ਵਿੱਚੋਂ ਸਤਿਗੁਰੂ ਜੀ ਨੇ ਫਿਰ ਕਈਆਂ ਦੀ ਸਹਾਇਤਾ ਕਰ ਦਿੱਤੀ। ਪੰਨਾ 45। ਸੁਲਤਾਨਪੁਰ ਤੋਂ ਕੂਚ। ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਆਏ ਤਦੋਂ ਸੰਮਤ 1561 ਦੇ ਮਹੀਨਾ ਮੱਘਰ ਦੀ ਤਕਰੀਬਨ 4 ਤਰੀਕ ਸੀ। ਈਸਵੀ ਸੰਨ 1504 ਦੀ ਤਕਰੀਬਨ 30 ਅਕਤੂਬਰ ਜਿਸ ਦਿਨ ਸੁਲਤਾਨਪੁਰ ਛੱਡਿਆ ਉਸ ਦਿਨ ਸੰਮਤ 1564 ਦੇ ਮਹੀਨਾ ਅੱਸੂ ਦੀ ਤਕਰੀਬਨ 1 ਤਰੀਕ ਸੀ। ਈਸਵੀ ਸੰਨ ਅਨੁਸਾਰ 1507 ਦੇ ਅਗਸਤ ਦੀ 30 ਤਰੀਕ ਦੇ ਕਰੀਬ ਸਤਿਗੁਰੂ ਜੀ ਸੁਲਤਾਨਪੁਰ ਵਿੱਚ 2 ਸਾਲ 10 ਮਹੀਨੇ ਟਿਕੇ ਰਹੇ। ਪਰਿਵਾਰ ਦੀ ਸਪੁਰਦਗੀ। ਸਿੱਖ ਇਤਿਹਾਸ ਲਿਖਦਾ ਹੈ ਕਿ ਭਾਈ ਜੈ ਰਾਮ ਜੀ ਦਾ ਸੁਨੇਹਾ ਮਿਲਣ 'ਤੇ ਗੁਰੂ ਨਾਨਕ ਦੇਵ ਜੀ ਦੇ ਸਹੁਰਾ ਮੂਲ ਚੰਦ ਜੀ ਸੁਲਤਾਨਪੁਰ ਆ ਪਹੁੰਚੇ ਸਨ। ਸਤਿਗੁਰੂ ਜੀ ਨੇ ਉਹਨਾਂ ਨੂੰ ਮੋਦੀਖਾਨਾ ਤਿਆਗਣ ਬਾਰੇ ਸਾਰੀ ਗੱਲ ਸਮਝਾ ਦਿੱਤੀ ਅਤੇ ਆਪਣੇ ਪਰਿਵਾਰ ਦੀ ਸੌਂਪਣਾ ਉਹਨਾਂ ਨੂੰ ਕਰ ਦਿੱਤੀ। ਸਤਿਗੁਰੂ ਜੀ ਦੀ ਭੈਣ ਬੇਬੇ ਨਾਨਕੀ ਜੀ ਅਤੇ ਪਣਵਈਆ ਭਾਈ ਜੈ ਰਾਮ ਜੀ ਪਾਸ ਹੀ ਹਨ। ਗ੍ਰਿਸਤੀ ਦੇ ਦ੍ਰਿਸ਼ਟੀਕੋਣ ਤੋਂ ਪਰਿਵਾਰ ਤੋਂ ਵਿਛੜਨ ਦਾ ਉਹ ਸਮਾਂ ਬੜਾ ਹੀ ਪੀੜ ਭਰਿਆ ਹੋਵੇਗਾ। ਕਈ ਸਾਲਾਂ ਦਾ ਲੰਬਾ ਸਫ਼ਰ, ਪਤਾ ਨਹੀਂ ਮੁੜ ਮਿਲਣਾ ਹੈ ਕਿ ਨਹੀਂ, ਬੱਚਿਆਂ ਦੀ ਅਤੇ ਇਸਤਰੀ ਦੀ ਪਰ ਅਧੀਨਤਾ, ਇਹਨਾਂ ਖਿਆਲਾਂ ਨੇ ਸਾਰੇ ਪਰਿਵਾਰ ਨੂੰ ਵਿਆਕੁਲ ਕਰ ਦਿੱਤਾ। ਪਰ ਇਹ ਕੁਰਬਾਨੀ ਕੀਤੇ ਬਿਨਾਂ ਸਾਰੇ ਦੇਸ਼ ਦੇ ਵਿਲਕਦਿਆਂ ਦੀ ਬਾਂਹ ਕਿਵੇਂ ਫੜੀ ਜਾ ਸਕਦੀ ਸੀ।